ਸਾਲੇ ਕਿਵੇਂ ਬੇਲੀ ਸਰਕਾਰ ਨੂੰ ਸੁੱਤੇ ਪਏ ਆਗੇ, ਵਿਹਲੇ ਨਿਕੰਮੇ ਬਿਨਾਂ ਗੱਲ ਤੋਂ ਬੀਜੀ ਕਿਸੇ ਥੋਦੇ। ਚਲੋ ਚੱਲ। ਓ ਬਾਪੂ, ਆ ਤੇਰੀਆਂ ਝੂਠੀਆਂ ਸਰਜੀਕਲ ਸਟ੍ਰਾਈਕਾਂ ਤੋਂ ਮੁਲਕ ਵਾਂਗੂ ਅਸੀਂ ਅੱਕੇ ਪੈਂਗੇ। ਨਾਲੇ ਪਿਓਲੀ ਔਕਾਤ ਚ ਰਹਿ ਕਰ ਪਿਓਲੀ ਚ ਹੈ। ਫੈਮਿਲੀ 432 ਆ ਗਈ, ਪਰ ਤੂੰ ਫੈਮਿਲੀ 420 ਵਾਂਗੂ ਇਹ ਭੌਂਕਦਾ। ਕਲੇਸੀ ਬੁੜਾ, ਪੁੱਤ ਇਸੇ ਭੰਬੜ ਨਾਲ ਫੁੱਕੂ ਤੁਹਾਨੂੰ। ਚੱਲ ਉੱਠ, ਸੋਇਆ ਕਰੂੰਗਾ। ਤੇ ਸਵੇਰੇ ਸਵੇਰੇ ਮੇਰੇ ਘਰ ਵਾਲੀ ਬਾਹ ਲਹਿਰਾ ਕੇ ਟਰੇ ਦੇ ਵਿੱਚ ਬਿਸਕੁਟ ਚਾਹ ਰੱਖ ਕੇ ਲੈ ਕੇ ਆਇਆ ਕਰੂਗੀ ਤੇ ਮੈਨੂੰ ਕਿਹਾ ਕਰੂਗੀ, ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਹੈ। ਉੱਠ ਵੀ ਜਾਓ। ਖੰਡ ਦਾ ਫੱਕਾ ਲਾਇਆ ਕਰ, ਸੌਣ ਵੀ ਨੀ ਦਿੰਦਾ। ਉਹ ਵਿਆਹ ਇਹ ਨੀ ਹੋਣ ਦਿੰਦਾ ਯਾਰ, ਇਹ ਨੀ ਲੈਣ ਦਿੰਦਾ। ਤੂੰ ਕਿਉਂ ਹੈ ਕਿ ਚੌਕੀਦਾਰ? ਇੱਕ ਉਹ ਚੌਕੀਦਾਰ ਹੈ ਜਿਹਨੇ ਪੂਰਾ ਦੇਸ਼ ਲੁੱਟ ਕੇ ਖਾ ਲਿਆ। ਮਜਾਲ ਹੈ ਕੋਈ ਕੁੱਤਾ ਭੌਂਕਦਾ ਹੋਵੇ? ਉਹ ਇੱਕ ਆਹ ਚੌਕੀਦਾਰ ਹੈ ਜਿਹੜਾ ਆਪ ਹੀ ਕੁੱਤੇ ਵਾਂਗੂ ਭੌਂਕਦਾ ਰਹਿੰਦਾ। ਦੇਖ ਕੰਜਰ ਦੇ ਕਿਵੇਂ ਬੋਲਦੇ ਆ, ਸਾਰੀ ਰਾਤ ਸੌਂਦੇ ਨੀ ਹੈਗੇ, ਸਾਰਾ ਦਿਨ ਕੁੱਤੇ ਵਾਂਗੂ ਮੂੰਹ ਚੱਕ ਕੇ ਸੁੱਤੇ ਰਹਿੰਦੇ ਨੇ। ਓ ਬਾਪੂ, ਅਸੀਂ ਹੈਗੇ ਸਿੰਗਲ ਲੋਕ, ਸਾਡਾ ਦੇਰ ਰਾਤ ਜਾਗਣ ਦਾ ਮਤਲਬ ਸਿਰਫ ਨੈਟ ਪੈਕ ਖਤਮ ਕਰਨਾ ਹੁੰਦਾ। ਹਾਂ ਬਾਪੂ ਜੀ, ਜਦੋਂ ਮੋਬਾਈਲ ਦੀ ਬੈਟਰੀ ਸਿਰਫ 5% ਰਹਿ ਜੇ ਨਾ, ਫਿਰ ਤਾਂ ਕੋਈ ਟੈਨਸ਼ਨ ਹੀ ਨਹੀਂ ਹੁੰਦੀ, ਬਸ ਬੇਫਿਕਰੇ ਹੋ ਕੇ ਸੌ ਜਾਓ। ਓਏ ਮੈਂ ਤਾਂ ਇਹ ਕਹਿਣਾ ਬਈ, ਸੰਦੇਹਾ ਉੱਠਣਾ ਚਾਹੀਦਾ। ਸੰਦੇਹਾ ਉੱਠ ਕੇ ਕੀ ਗੋਡੀ ਕਰਨੀ ਹੈ? ਸਾਰੀ ਜਿੰਮੀ ਤਾਂ ਠੇਕੇ ਤੇ ਦੇ ਰੱਖੀ ਹੈ, ਮਾਰੀ ਜਾਂਦਾ ਗੱਲਾਂ ਨਾਲੇ। ਹੋਰ ਚਲੋ ਯਾਰ, ਚਲੋ ਸੌਈਏ। ਹੋਰ ਚਲੋ, ਮੈਂ ਤਾਂ ਮੋਬਾਈਲ ਦਾ ਨੈਟ ਪੈਕ ਪਵਾਇਆ ਹੋਇਆ, ਉਹਨੂੰ ਵੀ ਖਤਮ ਕਰਨਾ ਹੈ। ਖੜ ਜਾਓ ਮੇਰੇ ਸਾਏ ਤੇ, ਉਹ ਤੁਹਾਨੂੰ ਮੈਂ ਪਾਉਣਾ। ਆਈ ਆਈ ਬਾਪੂ, ਇਹ ਫੇਰ ਗੱਲ ਸੁਣ, ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਮੇਰੇ ਭਰਾ ਦੇ ਜੁੱਤੀ ਮਾਰੀ ਤਾਂ, ਜੇ ਪਿਓ ਦਾ ਪੁੱਤ ਹੈ ਨਾ, ਹੁਣ ਮਾਰ ਕੇ ਦਿਖਾ। ਇਹ ਕਿਹੜੀ ਗੱਲ ਬਾਪੂ, ਮੇਰੇ ਤਾਂ ਮਾਰ ਦੇਗਾ, ਜੇ ਤੇਰੇ ਚ ਹਿੰਮਤ ਹੈ ਤਾਂ ਮੇਰੇ ਵੱਡੇ ਭਾਈ ਦੇ ਮਾਰ ਕੇ ਦਿਖਾ। ਬਾਪੂ, ਤੈਨੂੰ ਮੇਰੇ ਜੁੱਤੀ ਮਾਰ ਤੋਂ ਪਹਿਲਾਂ ਮੇਰੇ ਭਰਾ ਦੀ ਲਾਸ਼ ਤੋਂ ਗੁਜ਼ਰਨਾ ਪਊਗਾ। ਲੈ ਪੁੱਤ, ਹੁਣ ਤੇਰੇ ਭਰਾ ਦੀ ਲਾਸ਼ ਤੋਂ ਨਹੀਂ ਨਿਕਲੂਗਾ। ਬਾਪੂ ਲੜਾਈ ਹੋ ਜੂਗੀ, ਹੁਣ ਜਾਂਦਾ ਕਿੱਥੇ? ਹੁਣ ਜਾਂਦਾ ਮਾਰੀ, ਹੁਣ ਚੱਲ ਨਿਕਲੋ। ਬਾਪੂ 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 ਬਾਪੂ, ਓਏ ਮੋਬਾਈਲ ਰਹਿ ਗਿਆ। ਤਾਲਾ ਲੱਗਦਾ ਮੋਬਾਈਲ ਦਾ, ਸਾਲਿਆਂ ਨੇ ਠਿੱਠ ਕਰੇ ਪਿਆਂਗੇ, 12 ਵਜੇ ਪਿਆਗੇ, ਸਾਲਿਆਂ ਨੇ ਆਏ ਨਹੀਂ ਹੈਗਾ। ਹੈ ਆ ਮੋਬਾਈਲ ਭੁੱਲ ਗਏ, ਹੁਣ ਆਪਾਂ ਚਲਾਵਾਂਗੇ ਕਿਟ ਕਾਊਟ। ਕਿਟ ਕਾਊਟ ਉਹ ਮੋਟੀ ਜੀ ਆਂਟੀ ਹੈ ਜਿਹੜੀ ਆਉਂਦੀ ਹੈ। ਹਾਏ ਓਏ, ਧਰਤੀ ਤੇ ਤਾਂ ਵਿਆਹ ਹੋਇਆ ਨੀ, ਹੁਣ ਉੱਪਰ ਜਾ ਕੇ ਇੰਦਰ ਦੀ ਕਿਸੇ ਕਟਰੀਨਾ ਕੈਫ ਨਾਲ ਹੀ ਲਾਉਂਗਾ ਫੇਰੇ। ਆਜ ਫਿਰ ਮਰਨੇ ਕੀ ਤਮੰਨਾ ਹੈ। ਓ ਚਾਚਾ ਕੀ ਹੋ ਗਿਆ? ਓਏ ਰੋਡੂ, ਓ ਰੋਡੂ ਕੁਝ ਪੁੱਛੀ ਨਾ। ਚੰਗਾ। ਹੈ ਓ ਬੋਲਿਆ, ਆ ਕੀ ਕਰ ਰਿਹਾ ਓਏ? ਓ ਦੀਦਾ ਨੀ ਮਰ ਰਿਹਾ, ਅੱਖਾਂ ਨੇ ਕਿ ਟਿੱਚ ਬਟਨ। ਓ ਤੇਰਾ ਵੀ ਕਿਹੜਾ ਕੁਝ ਯਕੀਨ ਆਉਂਦਾਗਾ, ਤੀਜੇ ਦਿਨ ਤਾਂ ਖੁਸ਼ ਕਰ ਦੇਣਾਗਾ ਕਹਿ ਕੇ ਮੈਂ ਮਰਦਾ ਹੈ ਨੀਗਾ। ਓ ਬੋਲੇ, ਜਿਵੇਂ ਚੈਨਲਾਂ ਦਾ ਕੋਈ ਭਰੋਸਾ ਨਹੀਂ ਨਾ, ਇਸੇ ਤਰ੍ਹਾਂ ਤੇਰਾ ਵੀ ਕੋਈ ਭਰੋਸਾ ਨਹੀਂ। ਜਿਵੇਂ ਲੋਕਾਂ ਦਾ ਮੀਡੀਆ ਤੋਂ ਯਕੀਨ ਉੱਠ ਗਿਆ, ਇਵੇਂ ਚੁੱਕੀ ਸਾਡਾ ਤੇਰੇ ਤੋਂ ਉੱਠ ਗਿਆ। ਸਭ ਨੂੰ ਪਤਾ ਤੂੰ ਸਿਰਫ ਭੌਂਕ ਸਕਦਾ, ਕਰਦਾ ਕੁਛ ਹੈ ਨਹੀਂ। ਉਹ ਤੂੰ ਕੋਈ ਦਰਖਤ ਤਾਂ ਵਧੀਆ ਚੁਣ ਲੈਂਦਾ। ਉਹ ਮੈਂ ਤਾਂ ਇਹਦੇ ਨਾਲ ਫਾਹ ਹੀ ਲੈਣਾ, ਮੈਂ ਕਿਹੜਾ ਇਹਦੇ ਨਾਲ ਸੈਲਫੀ ਲੈਣੀ ਹੈ। ਨਾਲੇ ਮੇਰੀ ਗੱਲ ਸੁਣ ਲਓ, ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੁਸੀਂ। ਉਹ ਮੈਂ ਤਾਂ ਕਹਿੰਦਾ ਤੇਰੀ ਵੀ ਮੌਤ ਆ ਜੇ। ਐ ਕਿਵੇਂ ਆਜੂ? ਹੈ ਮੈਨੂੰ ਨਹੀਂ ਹੈ। ਉਹ ਆ ਗਈ। ਹੈ ਮੇਲੋ ਦਾ ਭੂਤ? ਬਾਜੀ ਬਾਹ, ਯੋ ਤਾਂ ਨਕਸ਼ਾ ਹੀ ਬਦਲ ਗਿਆ ਮੇਰੇ ਘਰ ਕਾ। ਮੇਲੋ ਭਾਬੀ, ਪੈਰੀ ਪਾਵਾ ਬਾਪੂ ਜੀ। ਉਹ ਭਾਬੀ, ਭਾਬੀ ਤੂੰ ਜਿਉਣੀ ਹੈ? ਉਹ ਜਿਉਣੀ ਹੈ ਕਿ ਤੇਰੀ ਆਤਮਾ ਹੈ? ਉਹ ਡਰ ਨਾ, ਜਿਉਂਦੀ ਹਾਂ ਮੈਂ। ਤੂੰ ਤਾਂ ਮਰ ਗਈ ਸੀ। ਤੈਨੂੰ ਕਿਹਾ ਤਾਂ ਨਾ, ਕੱਲੀ ਨੀ ਮਰਨੇ ਕੀ, ਮੈਂ ਜਦ ਮਰੂੰਗੀ ਨਾ ਤੈਨੂੰ ਗੈਲ ਲੈ ਕੇ ਮਰੂੰ। ਓ ਵੈਰੀ ਗੁੱਡ, ਹੁਣ ਆਉ ਨਜ਼ਾਰਾ ਬਾਬੀ। ਥੈਂਕ ਯੂ। ਸੈਲਗਮ? ਹੈ ਸੈਲਗਮ? ਓ ਵੈਲਕਮ ਕਹਿੰਦੀ ਹੈ। ਹਾਂ ਹਾਂ, ਇਹੀ ਕਹਿਣ ਲੱਗੀ ਸੀ ਮੈਂ। ਪਰ ਭਾਈ ਤੇਰਾ ਤਾਂ ਐਕਸੀਡੈਂਟ ਹੋ ਗਿਆ ਸੀ। ਹਾਂ ਬਾਪੂ ਜੀ, ਮੇਰੇ ਸਿਰ ਮਾ ਸੱਟ ਲੱਗੀ ਸੀ। ਵਿਚਾਰੇ ਜਿਉਂਦੇ ਰਹੇ ਬਿਰਧ ਆਸਰਮ ਵਾਲੇ, ਉਹਨਾਂ ਨੇ ਬਹੁਤ ਸਾਲ ਮੈਨੂੰ ਆਪਣੇ ਕੋਲ ਰੱਖਿਆ, ਸੇਵਾ ਕਰੀ ਮੇਰੀ ਬਹੁਤ। ਹੁਣ ਮੇਰੀ ਯਾਦਾਸ਼ਤ ਵਾਪਸ ਆ ਗਈ। ਇਹ ਕਾਹਨੂੰ ਆਉਣੀ ਸੀ? ਕਿਆ ਭੌਂਕ ਰਿਹਾ? ਕੁਛ ਨੀ। ਨਿਆਣੇ ਕਿੱਥੇ ਮੇਰੇ? ਰੋਡੂ ਮੇਰਾ, ਮੇਰਾ ਲਾਡੀ। ਹਾਂ ਖੜਾ ਤੇਰਾ ਰੋਡੂ। ਹਾਂ ਮੇਰਾ ਪੁੱਤ ਰੋਡੂ ਐਡਾ ਬੜਾ ਹੋ ਗਿਆ, ਸਦਕੇ ਜਾਵਾਂ।
पुत लाडी किथे है? मम्मी ओ तां कनेडा चला गया। ते तो मंगरो भाई इने सिंदर ते चादर पाली सी। पर सिंदर दिख नहीं रही किथे है? रुस के पेके नु गई होई है। ए कंजर दा सताउंदा ही बहुत ओनु। इसके हली भी ओही लक्षण है। कुत्ते दी पूछ भी कदे सीधी होई है। ओ बापू प्यो बन के रहया कर, इज्जत करया कर, इज्जत कराया कर। फिर भी जम्मे असी आर्डर ते नहीं बनाए। बात सुन ले मेरी, बंदा बन जा तू बंदा। हां शुक्र कर दी मेरा सुभाए संतनी वाला हो गया, नहीं तो मैं तनु ऐटो टैटो बंदा बना दंदी। ऐटो टैटो? ऑटोमेटिक कहंदी है। हां यही कहन लगी थी मैं। मम्मी थोड़ा एक्सीडेंट किथे होया सी? पुत ऐ ता मनु याद नहीं किथे होया था, पर माड़ा जा इन्ना के याद है भी जेड़े चौक मा मेरा एक्सीडेंट होया था ना, उठे चौक पर ही कैन काले बूढ़े का एसएचओ लगया हुआ था। एसएचओ? ओ स्टैचू। हां 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 यही कहन लगी थी मैं। ओए ओए किथे आइलेट्स करके आ गई, पता नहीं कित्थों पैंच सिक्की फिरदी है। मम्मी इन्हां दा रंडी रोना तां इदां ही चलदा रहना, आजो आपां रेस्ट करदे आ। तो मेरी एक बात सुन ला, बंदा बन के रह बंदा, नहीं तो मैं तेरे दो दिन में ऊपर चपा दूं। आए हाए हुन आउ नजारा भाभी दा ओही चोला मारन वाला स्टाइल। बेबे तेनू पता अपने पिंड वाला सरपंच कोमा चा? जिथे मर्जी जावे बथेरे पैसे ने अगले कोले। ओहो बेबे हस्पताल च बेहोश है? नहीं बथेरा पैसा है, बथेरियां ग्रांडा खादियां ने, हराम दा पैसा है, हराम ची जाऊ वीर। हां मैं होर सुने कैले बड़े दी नू वापस आ गई मेलो। हां बेबे सिर च सट लगी सी एक्सीडेंट च, कई सालां बाद यादाश वापस आई आ। रूप तो फस गया बेचारा, दो तीन मियां च किवें कटूगा। चलो आपने की लेना है, मैं तो सिमलो दे भोगते जानी हां। है सिमलो मर गई? जे मर गई ताइयों भोगते जानी हां। नोनो नु दुध पिया, मैं भी कम जा करके जानी हां भोगते। ठीक है बेबे पियोनी हां। गंदे खून दे नाल अपने पाक पवित्र हाथ लबेड़ूंगा। गंदे खून दे थोड़े दे नाल मैं अपने पाक पवित्र हाथ लबेड़ूंगा। आए हाए ओ बापू तू क्यों नहीं मरदा, क्यों नहीं मरदा? ओ तेरे नाल दे कदों दे गड्डी चढ़ गए, पिछलियां सर्दियां च तेरे तो फुल मी सी भी तू ऐट की गड्डी चढ़ेगा, ओ तू फेर बचे बैठे। आए नी पुत मैं मरदा, थोनू दोहां नू गड्डी चाड़ के मैं फेर मरू कंजर दे पुतना होण दा। ओए बापू जे गड्डी चाड़ना मेनू ब्याह वाली गड्डी चाड़ दे। आ देख लै आ रूप दो दो रखी बैठे, ओ मेरे कोल एक भी नहीं यार। ए तां किस्मत आंदी आपदी। क्यों मेरी किस्मत की फिर मोदी ने लिखी है? बापू झाड़ू वाले दा इनकलाब, मोदी दे 15 लाख, मलेशिया दा गवाचा होया जहाज ते भोले चच दा व्याह, आपां देखण नूं ही तरसदे रहांगे। आ देखी आ बूथी नूं आउ रिश्ता। क्यों मेरी बूथी की बिल्लियां ने चट्टी है? ओ मेरे च कादी घाट है? इज्जत दी घाट है, पर बंदे दी इज्जत होनी चाहीदी है। पैरां च भावें चप्पलां ही होण, ऐ तां कई महंगी गड्डियां वाले 50-50 बॉडीगार्ड रख के ओ भी चप्पलां खा लैंदे ने। तैनू कदे ना मैं मरू। आजा सिंगा ते चक लू कंजर तेनू। हां पुत ओ मेरी बुग्गी, तू ही पुत मेरा सब तो प्यारा बुग्गी है, हुण तां मैनू तेरे ती आसा ने पुत। बापू जेड़े लोग मां बाप दी इज्जत नहीं करदे ओ कदे कामयाब होए ना? हुण तां पुत तेरे ती आसा ने। अच्छा पुत तू मेरा सारे तो प्यारा पुत हैगा। अच्छा तू मैनू ऐ दस बई तारे कदों टुटदे हुंदे ने ते इहनां दी खोज किने करी? ओ कोई मुटियार जदो करके प्यार वादे करके हजार, जदो टुटदे ने सारे ओदो टुटदे ने तारे, ओदो टुटदे ने तारे। पापू
ਇਹਦੀ ਖੋਜ ਸ਼੍ਰੀ ਮਾਨ ਛਤਰਗਿਲ ਜੀ ਨੇ ਕਰੀ ਹੈ। ਵਾਹ ਮੇਰਾ ਪੁੱਤ, ਵਾਹ ਮੇਰਾ ਪੁੱਤ, ਕਿੰਨਾ ਗਿਆਨ ਲਈ ਫਿਰਦਾ ਓਏ। ਪੁੱਤ ਆ ਜਿਹੜੀਆਂ ਜੁੱਤੀਆਂ ਨੇ ਨਾ, ਇਹਦੀ ਖੋਜ ਸਰਦਾਰ ਕੈਲਾ ਜੀ ਨੇ ਕਰੀ। ਨਾ 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 ਬਾਪੂ, ਨਾ ਨਾ, ਮੇਰਾ ਸਾਲਿਆ ਤੇ ਬੱਤੀ ਰਾਤ ਨੂੰ ਮਹੀ ਮਿਲਿਆ ਸੀ ਜਿੱਟ ਕਰਨ ਨੂੰ। ਕੰਜਰ ਤੇ ਨਾ ਹੋਣ ਤਾਂ ਰਾਤ ਦੇ 2 ਵਜੇ ਲੱਗੇ ਨੇ ਛਤਰਗਿਲ ਸੁਣਾਉਣ। ਭੈੜੀ ਲਾਦ ਵੀ ਨਹੀਂ ਹੋਣੀ ਚਾਹੀਦੀ ਕਿਸੇ ਦੀ। ਮੁੰਡੇ ਨੇ ਗੱਲ ਤਾਂ ਵਧੀਆ ਕਰੀ ਹੈ। ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ, ਵਾਅਦੇ ਕਰਕੇ ਹਜ਼ਾਰ, ਜਦੋਂ ਤੋੜਦੀ ਹੈ ਤਾਰੇ ਉਦੋਂ ਟੁੱਟਦੇ ਨੇ ਤਾਰੇ। ਯਾਰ ਖੋਜ ਤਾਂ ਵਧੀਆ ਕਰੀ ਨੇ ਛਤਰ ਗਿੱਲ ਨੇ। ਆਹ ਸਾਇੰਸ ਦਾ ਨਾਮ ਹੀ ਕਹੀ ਜਾਂਦੇ ਨੇ, ਅਸੀਂ ਖੋਜ ਕਰੀਏ, ਸਵਾਹ ਖੋਜ ਕਰੀਏ। ਦੁਕਾਨੀਆਂ ਤੀਵੀਆਂ ਕੇ ਸੁਪਨੇ ਲੈ ਰਿਹਾ, ਖੜ ਜਾ, ਮੈਂ ਆਈ, ਮੈਂ ਬਣਾਵਾਂ ਤੈਨੂੰ ਬੰਦਾ, ਪਵਾਵਾਂ ਤੈਨੂੰ ਦਿਨ ਮਾਂ ਸੁਪਨਿਆਂ ਮਾਂ ਗੰਦ। ਉਹ ਤੇਰਾ ਬੇੜਾ ਬਹਿ ਜੇ ਦੁਸ਼ਮਣ ਦੀਆਂ ਪ੍ਰਾਣੀਆਂ ਤੋਪੇ, ਸਾਰਾ ਨਜ਼ਾਰਾ ਖਰਾਬ ਕਰਤਾ। ਕਿਉਂ ਮੇਰੇ ਸੁਪਨੇ ਤੇ ਰੁਕਾਵਟ ਕੇ ਲਈ ਖੇਤ ਬਣਦੀਆਂ? ਸਾਰਾ ਦਿਨ ਬਗਾਨੀਆਂ ਤੀਵੀਆਂ ਕੇ ਸੁਪਨੇ ਲਈ ਜਾ। ਉਹ ਕੋਈ ਅਵਧੀ ਦਾ ਵੀ ਲੈਂਦਾ ਹੈ? ਮੈਂ ਤਾਂ ਕਹਾਂ ਤੇਰੀ ਸੁਪਨਿਆਂ ਵਾਲੀ ਬੇੜੀ ਭਰਕ ਡੁੱਬ ਜਾਏ ਭਰਕ, ਕਦੀ ਮੇਰਾ ਵੀ ਸੁਪਨਾ ਲੈ ਲੈ ਕਰ। ਹਾਂ ਤੇਰੇ ਸੁਪਨੇ ਵੀ ਆਉਂਦੇ ਨੇ। ਹਾਏ ਰੋਡੂ ਕੇ ਪਾਪੇ, ਮੇਰਾ ਵੀ ਸੁਪਨਾ ਆਵਾ, ਸੁਣਾਈ ਫਿਰ। ਹਾਏ ਸਿਲੰਡਰ ਮੁੱਕ ਗਿਆ, ਹਾਏ ਆਟਾ ਪਿਆ ਪਿਆ ਹੋਣ ਵਾਲਾ, ਹਾਏ ਮੈਂ ਇਸਨੇ ਦੁੱਧ ਨਹੀਂ ਦਿੱਤਾ, ਹਾਏ ਰੋਡੂ ਦੀ ਫੀਸ ਭਰਨ ਵਾਲੀ ਹੈ। ਸੁਪਨੇ 'ਚ ਟੈਨਸ਼ਨਾਂ ਤੋਂ ਬਗੈਰ ਤੈਂ ਮੈਨੂੰ ਕਦੇ ਕੁਝ ਦਿੱਤਾ ਵੀ ਹੈ? ਇਬ ਦੇਊਂਗੀ। ਕੀ ਜ਼ਹਿਰ? ਜੇ ਤੈਨੂੰ ਔਰ ਤੇਰੇ ਸੁਪਨਿਆਂ ਆਣੇ ਵਾਲੀਆਂ ਨੂੰ ਨਾ ਲੱਤ ਪਰ ਲੱਤ ਧਰ ਕੇ ਜੇ ਗੱਬੇ ਤੇ ਨਾ ਪਾੜਦਿਆ ਨਾ, ਤਾਂ ਮੈਨੂੰ ਵੀ ਮਿਲੋ ਨਾ ਕਹੀਂ, ਮੈਂ ਪੁਆਧੀ ਜੈਲਦਾਰ ਹਾਂ। ਓ ਜਾਣਦਾ ਮੈਂ ਤੁਹਾਡੇ ਜੈਲਦਾਰਾਂ ਨੂੰ, ਕਹਿੰਦੀ ਮੇਰਾ ਭਰਾ ਦੁਬਈ ਗਿਆ ਹੋਇਆ। ਹਾਂ ਗਿਆ ਵਾ। ਨੀ ਬਲਾਤਕਾਰ ਦੇ ਕੇਸ ਚ ਅੰਦਰ ਹੈ, ਪਿਓ ਤੇਰਾ ਜਨਾਨੀ ਰੱਖੀ ਬੈਠਾ, ਉਹ ਵੀ ਭਈਆ ਰਾਣੀ। ਨੀ ਲੀਡਰਾਂ ਦਾ ਵੀ ਮਾੜਾ ਮੋਟਾ ਸਟੈਂਡ ਹੁੰਦਾ, ਤੁਹਾਡੇ ਖਾਨਦਾਨ ਦਾ ਤਾਂ ਉਹ ਵੀ ਨਹੀਂ ਹੈਗਾ। ਸਰਕਾਰ ਤੋਂ ਭੈੜੀ? ਜੇ ਮੈਂ ਸਰਕਾਰ ਤੇ ਭੈੜੀ ਹੁੰਦੀ ਨਾ, ਤੇਰੇ ਪਰ ਚਿੱਟੇ ਦਾ ਕੇਸ ਪਵਾ ਦਿੰਦੀ, ਨਾਲੇ ਆਰਟੀਐਕਸ ਦਾ ਹਮਲਾ ਕਰਾ ਕੇ ਤੇਰਾ ਵਜੂਦ ਖਤਮ ਕਰ ਦਿੰਦੀ ਮੈਂ। ਮੇਰਾ ਨਹੀਂ, ਆਪਣੇ ਖਾਨਦਾਨ ਦਾ ਵਜੂਦ ਖਤਮ ਕਰ, ਚੱਲ ਜਾ। ਇਹ ਤਾਂ ਫਿਰ ਤੈਨੂੰ ਖਤਮ ਕਰਨਾ ਹੀ ਪਊ। ਓ ਤੂੰ ਜਾ, ਤੇਰੇ ਵਰਗੀਆਂ 50 ਤੁਰੀਆਂ ਫਿਰਦੀਆਂ ਨੇਗੀਆਂ। ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ, ਕਿਸਮਤ ਨਾ ਮੰਨਦੀ ਮੇਰੀ। ਚਾਚਾ ਵਿਆਹ ਇੰਨਾ ਲੇਟ ਵੀ ਨਹੀਂ ਹੋਣਾ ਚਾਹੀਦਾ। ਕਿਉਂ? ਚਾਚੀ ਦੇ ਹੱਥਾਂ ਨਾਲੋਂ ਜ਼ਿਆਦਾ ਮੈਂ ਤਾਂ ਤੇਰੇ ਵਾਲਾਂ ਤੇ ਲੱਗ ਜਾ ਕਰੂਗੀ। ਮੈਂ ਸ਼ੀਸ਼ਾ ਮਾਰੂ ਬੱਗਵਾ, ਭੌਂਕੀ ਜਾਂਦਾ। ਓਏ ਮੇਰੇ ਦਿਲ ਦੇ ਜ਼ਖਮਾਂ ਤੇ ਲੂਣ ਨਾ ਪਾ। ਓਏ ਇਹਦੀ ਤਾਂ ਕਿਸੇ ਖਤਰਨਾਕ ਮਿਸਤਰੀਆਣੀ ਨੇ ਸਰਵਿਸ ਕੀਤੀ ਲੱਗਦੀ ਹੈ। ਓਏ ਓਏ ਜੀਤੋ, ਘਰੇ ਕੋਈ ਚੂਹਾ ਨਹੀਂ ਡਰਦਾ ਹੈਗਾ, ਉਹ ਫੇਸਬੁੱਕ ਤੇ ਪਾਕਿਸਤਾਨ ਨੂੰ ਧਮਕੀਆਂ ਦੇਈ ਜਾਂਦਾ ਹੈ। ਕੰਮਾਂ ਤੋਂ ਡਰਦਾ ਭਗਤ ਬਣ ਗਿਆ। ਓਏ ਫੋਨ ਭਗਤੋ, ਓਏ ਓਏ ਤੁਹਾਡੀ ਕਿਸੇ ਨਾਲ ਸੈਟਿੰਗ ਵੀ ਨਹੀਂ ਹੈਗੀ, ਫਿਰ ਵੀ ਤੁਸੀਂ 24 ਘੰਟੇ ਫੋਨ ਨਾਲ ਚਿੰਬੜੇ ਰਹਿੰਦੇ ਹੋ। ਆਹੋ ਆ ਤੇਰੀ ਗੰਦੀ ਲਾਦ ਦੀ ਤਾਂ ਸੈਟਿੰਗ ਹੈਗੀ ਸੀ, ਇਹਦੀ ਸੁਣ ਲੈ। ਓਏ ਕਿਸੇ ਫੇਕ ਆਈਡੀ ਵਾਲੀ ਨੂੰ ਆਪਦੀ ਸਵੀਟ ਐਂਜਲ ਸਮਝ ਕੇ 6 ਮਹੀਨੇ ਉਹਦਾ ਫੋਨ ਰੀਚਾਰਜ ਕਰਾਉਂਦਾ ਰਿਹਾ, ਉਹ ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ ਤਾਂ ਮੁੰਡਾ ਹੀ ਹੈ। ਫੇਸਬੁੱਕ ਤੇ ਮੀਡੀਆ ਦਾ ਅੱਜ ਕੱਲ੍ਹ ਕੋਈ ਭਰੋਸਾ ਨਹੀਂ ਹੈਗਾ। ਓਏ ਤੁਹਾਡਾ ਵੀ ਕੋਈ ਭਰੋਸਾ ਨਹੀਂ, ਆ ਬਾਂਦਰ ਵਰਗੀ ਬੁੱਥੀ ਨਾਲ ਫੋਟੋ ਖਿੱਚ ਕੇ ਫੇਸਬੁੱਕ ਤੇ ਐਂ ਕਰਕੇ ਪਾ ਦਿੰਦੇ ਹੋ, 50-50 ਬੰਦਿਆਂ ਨੂੰ ਟੈਗ ਕਰ ਦਿੰਦੇ ਹੋ, ਐਦੂ ਭੈੜਾ ਕੋਈ ਅੱਤਵਾਦ ਨਹੀਂ ਹੈਗਾ ਕੰਜਰੋ। ਮੈਨੂੰ ਲੱਗਦਾ ਬਾਬਾ ਜੀ ਦਾ ਤਾਂ ਦਿਮਾਗ ਹਿੱਲ ਗਿਆ। ਚਾਚਾ ਆ ਦਿਮਾਗ ਵਧਣ ਦੇ ਨੁਸਖੇ ਦੇਖ। ਮੈਂ ਦਿੰਦਾ ਤੁਹਾਨੂੰ ਦਿਮਾਗ ਵਧਣ ਦਾ ਨੁਕਤਾ, 2 ਗੋਲੀਆਂ ਲਿਖ ਕੇ ਦੇ ਦਿੰਦਾ, ਗਾਂ ਦੇ ਪਿਸ਼ਾਬ ਨਾਲ ਲੈ ਲਈ, ਹੈ ਝੂਠ ਬੋਲਣ ਦੀ ਸ਼ਕਤੀ 3 ਗੁਣਾ ਵੱਧ ਜੂਗੀ। ਉਹ ਪਾਪੇ ਕਿਉਂ ਬੋਰ ਕਰੀ ਜਾਂਦਾ, ਚੱਲ ਚਾਚਾ ਆਪਾਂ ਚੱਲੀਏ। ਓਏ ਚੱਲ ਚੱਕ ਲੈ ਰਿਕਾਰਡ। ਚੱਲ ਸ਼ੇਰਾਂ ਦਾ ਝੁੰਡ ਹੋਏ ਜਿੱਡਾ ਮਰਜੀ, ਜੱਟਾਂ ਦਾ ਸ਼ਿਕਾਰ ਨਹੀਂ ਕੋਈ ਕਰ ਸਕਦਾ। ਸਾਰੇ ਸ਼ਿਕਾਰ ਸ਼ੇਰਾਂ ਦਾ ਕਰਦੇ ਫਿਰਦੇ ਨੇ, ਡਰਦੇ ਕੁੱਤਿਆਂ ਤੋਂ ਨੇ। ਅਈ ਆ ਬਾਤਾਂ ਜਮੀ ਗਈ ਓਏ। ਅਈ ਹਾਏ ਓ ਮੇਰੇ ਕਿੱਡੇ ਕਿੱਡੇ ਚਟਾਕ ਪੈ ਗਏ ਓਏ, ਆ ਵਾਹ ਵੀ ਨਹੀਂ ਹਲਦੀ। ਹਾਏ ਲੈ ਕਲ ਫਰਾ ਲੈਂਦੇ ਹਾਂ, ਬੜੀ ਬੜਾਈ ਮਿਲ ਗਈ। ਹਾਏ ਹਾਏ ਕੋਈ ਕਲ ਫਲਾਉਣ ਵਾਲੀ ਏ ਆ ਜੇ ਆਏ, ਲੱਗਦਾ ਹੁਣ ਤਾਂ ਕਦੇ ਸੁਪਨਾ ਵੀ ਨਹੀਂ ਆਉਣਾ। ਹਾਏ ਹਾਏ ਓ ਨਹੀਂ 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 ਬਾਪੂ, ਓ ਨਾ ਤੇਰੇ ਚ ਬਾਪੂ ਹੁਣ ਉਹ ਗੱਲ ਹੀ ਨਹੀਂ ਰਹੀ। ਓਏ ਉਹ ਤੰਤ ਹੀ ਨਹੀਂ ਰਿਹਾ ਤੇਰੇ ਚ। ਓਏ ਤੂੰ ਕਿੱਥੋਂ ਇਹਦੀ ਸੈਲਫ ਸਟਾਰਟ ਕਰ ਦੇਗਾ, ਸ਼ਰਤ ਨਾਲ ਇਹ ਨਹੀਂ ਸਟਾਰਟ ਹੁੰਦੀ ਸੈਲਫ।
ਪਕੰਜਰ ਦਾ ਪੁੱਤ ਸੈਲਫ ਡਾਈਚ ਹੁੰਦੀ ਏ ਨਹੀਂ, ਨਾਲ ਸਟਾਰਟ ਕਿੱਥੋਂ ਹੋ ਜੂ ਜਦੋਂ ਤੇਰੇ ਵਰਗੇ ਬੇਭਾਗੇ ਬੈਠੇ ਹੁਣ ਕੋਲੇ। ਬਾਪੂ ਊ ਤੂੰ ਸਿਆਣਾ ਹੈ। ਓਏ ਕੌਣ ਕਹਿੰਦਾ ਓਏ? ਚਲੋ ਮੰਨ ਲਓ ਠੀਕ ਹੈ ਬਈ, ਮੇਰੀ ਗੱਲ ਸੁਣੋ। ਸੂਰਜ ਨੂੰ ਨਿਗਲਣ ਵਾਲੇ ਦੀ ਭਲਾ ਪੂਛ ਨੂੰ ਅੱਗ ਲੱਗ ਸਕਦੀ ਹੈ? ਜਾਂ ਤਾਂ ਪੂਛ ਵਾਲੀ ਗੱਲ ਝੂਠੀ ਹੈ ਜਾਂ ਫਿਰ ਸੂਰਜ ਨਿਗਲਣ ਵਾਲੀ ਗੱਲ ਝੂਠੀ ਹੈ। ਉਹ ਤੂੰ ਸਾਲਿਆ ਅੰਬ ਲੈਣੇ ਨੇ ਉਹੀ ਨਾ ਲੋਕਾਂ ਤੋਂ ਕੁੱਟਾ ਲਈ। ਵੈਸੇ ਇੱਕ ਗੱਲ ਤਾਂ ਹੈਗੀ ਆ, ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਊ ਨਾ ਉਦੋਂ ਇਹ ਗੱਲ ਪੱਕੀ ਲਿਖੀ ਜਾਊ ਬਈ ਜਦੋਂ ਪੰਜਾਬ ਦਾ ਪਾਣੀ ਜ਼ਹਿਰ ਬਣ ਰਿਹਾ ਸੀ ਉਦੋਂ ਲੋਕਾਂ ਨੇ ਚੱਕ ਚੱਕ ਬੂਥੀਆਂ ਦਾਰੂ ਦੀਆਂ ਬੋਤਲਾਂ ਨੂੰ ਵੋਟਾਂ ਪਾ ਦੀਆਂ। ਬਾਪੂ ਆ ਖਬਰ ਸੁਣ, ਪਾਕਿਸਤਾਨ ਨੇ ਚੀਨ ਨੂੰ 3 ਕਰੋੜ ਦੇ ਗਧੇ ਵੇਚਤੇ। ਕਮਲੇ ਨੇ ਮੇਰੇ ਸਾਲੇ ਉਹੀ ਪੈਸੇ ਖਰਚੀ ਜਾਂਦੇ ਨੇ, ਉਰੇ ਮੇਰੇ ਕੋਲੇ ਆ ਜਾਣ, ਆ 3-4 ਗਧੇ ਫ੍ਰੀ 'ਚ ਹੀ ਦੇ ਦੂੰਗਾ, ਨਾਲੇ 10 ਦੇ ਬਰਾਬਰ ਨੇ। ਬਾਪੂ ਮੈਂ ਤੇਰੇ ਦਲੱਤੇ ਮਾਰਦਾ? ਤੂੰ ਮੈਨੂੰ ਕਦੋਂ ਕਿਹਾ? ਹਾਂ ਕਿਹਾ, ਕੀ ਕਰ ਲਈਂਗਾ ਤੂੰ? ਓਏ ਰੋਡੂ, ਆਪਣੇ ਬੱਚਿਆਂ ਨੂੰ ਨਾ ਮਹੀਨੇ 'ਚ 2-3 ਵਾਰੀ ਚਿੜੀਆ ਘਰ ਜ਼ਰੂਰ ਲੈ ਕੇ ਜਾਇਆ ਕਰੀ। ਕਿਉਂ? ਓਏ ਕਿਉਂਕਿ ਉਹ ਆਪਦੇ ਸ਼ੇਰਾਂ ਵਰਗੇ ਬਾਪਾਂ ਨੂੰ ਕਦੇ ਨਾ ਸਮਝਣ ਯਾਰ। ਐ ਸਾਲੇ ਵਿਹਲੇ ਨਿਕੰਮੇ ਬਿਨਾਂ ਗੱਲ ਤੋਂ ਬਿਜੀ ਕਿਸੇ ਥਾਂ ਦੇ। ਓ ਬਾਪੂ ਨੌਕਰੀ ਹੁਣ ਮਿਲਦੀ ਨੀ, ਬਿਜ਼ਨਸ ਕੋਈ ਚੱਲਦਾ ਨੀ, ਹੁਣ ਦੱਸ ਤੇਰੀ ਤੇ ਸਰਕਾਰ ਦੀ ਜਾਨ ਨੂੰ ਰੋਈਏ। ਓਏ ਹਿੰਦੁਸਤਾਨ 'ਚ ਬਿਜ਼ਨਸ ਚਲਾਉਣਾ ਕੀ ਔਖਾ ਹੈਗਾ, ਇੱਥੇ ਤਾਂ ਭਾਵੇਂ ਸੱਪ ਵੇਚਣ ਦੀ ਦੁਕਾਨ ਖੋਲ ਲਓ, ਲੋਕਾਂ ਨੇ ਉਹ ਵੀ ਲੈ ਜਾਣੇ ਆ ਬਈ, ਗੁਆਂਢੀਆਂ ਦੇ ਘਰੇ ਛੱਡਿਆ ਕਰਾਂਗੇ। ਓ ਰੋਡੂ ਇੱਕ ਕਟਰ ਮੇਰਾ ਬੁੱਕ ਕਰ ਦੇ। ਪਾਪੇ ਤੂੰ ਕੀ ਕਰਨੇ ਨੇ? ਮੈਂ ਬੁੜੇ ਦੇ ਸੱਪ ਲੜਾਉਣਾ। ਓਏ ਰੋਡੂ ਮੇਰੇ 2 ਆਰਡਰ ਬੁੱਕ ਕਰ ਦੇ। ਚਾਚੇ ਤੂੰ ਕੀ ਕਰਨੇ ਨੇ? ਮੈਂ ਕਹਿੰਦੀ ਲੜਾਉਣੇ, ਕਹਿੰਦੀ ਲੜਾਉਣੇ। ਓਏ ਬਣ ਜਾ, ਓਏ ਕੁਛ ਬਣ ਜਾ। ਓਏ ਸਹੀ ਗੱਲ ਆ ਓਏ, ਓਏ ਮੈਂ ਕਹਿੰਦਾ ਬਾਪੂ ਵਰਗੀ ਬਣ ਜਾ। ਜੇ ਤਾਂ ਚਾਹ 'ਚ ਮੱਖੀ ਡਿੱਗ ਜੇ ਫਿਰ ਤਾਂ ਚਾਹ ਰੋੜ ਦਿਓ, ਘਿਓ 'ਚ ਮੱਖੀ ਡਿੱਗ ਜੇ ਫਿਰ ਘਿਓ 'ਚੋਂ ਮੱਖੀ ਕੱਢ ਕੇ ਸਿੱਟ ਦਿਓ। ਆਹੋ ਬਾਪੂ ਵਰਗੇ ਬਣ ਜਾ, ਬਦਨਾਮੀ ਵਾਧੂ ਕਰਾ ਲਓ। ਯਾਰ ਮੇਰੀ ਗੱਲ ਸੁਣੋ, ਇੱਕ ਗੱਲ ਹੋਰ ਸੋਚਣ ਵਾਲੀ ਆ ਯਾਰ। ਵੀ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਹਨੂਮਾਨ ਦੀ ਮਦਦ ਨਾਲ ਲੰਕਾ ਵਾਲਾ ਪੁਲ ਬਣਾਇਆ ਸੀਗਾ ਉਦੋਂ ਭੂਆ ਸਰੂਪ ਨਖਾ ਫਿਰ ਕਿਹੜੇ ਰਸਤੇ ਆ ਗਈ? ਤੇਰੀ ਮਾਂ ਦੇ ਫੇਰਿਆਂ 'ਚੋਂ। ਨਹੀਂ ਬਾਪੂ ਤੂੰ ਤਾਂ ਗੁੱਸਾ ਕਰਕੇ ਆਪਦਾ ਬੀਪੀ ਵਧਾ ਲੈਣਾ। ਵੈਸੇ ਗੱਲ ਸੋਚਣ ਵਾਲੀ ਹੈ ਵੀ ਭੂਆ ਜੀ ਬਗ ਕਿਹੜੇ ਰਸਤੇ ਗਏ? ਭੂਆ ਜੀ ਬਗ ਕਿਹੜੇ ਰਸਤੇ ਗਏ? ਤੇਰੇ ਮਾਂ ਲੜਾਈ ਹੋ ਗਈ ਓਏ, ਆ ਦੇਖ ਮੋਰਚਾ ਬੋਲੇ ਆ ਜਾ। ਜਾਓ ਰੋਡੂ ਜਾਂ ਪੱਠੇ ਲੈ ਕੇ ਆ ਕੁਤਰੀਏ, ਸਾਲੇ ਨਿਕੰਮੇ ਨਾ ਹੋਣ ਤਾਂ। ਓ ਯਾਰ ਟੈਲੀਵਿਜ਼ਨ ਤੇ ਬੜਾ ਰੌਲਾ ਪਾ ਰਹੇ ਨੇ, ਕਹਿੰਦੇ ਜੰਗ ਲੱਗੂ। ਮੈਂ ਤਾਂ ਟੈਲੀਵਿਜ਼ਨ ਦੇਖਣਾ ਹੀ ਬੰਦ ਕਰਤਾ, ਸਾਲੇ ਇੰਨਾ ਡਰਾਉਂਦੇ ਐ। ਓ ਕਾਨੂੰ ਬਾਰੂ ਤੈਨੂੰ ਪਤਾ ਤਾਂ ਹੈ ਵੋਟਾਂ ਨੇੜੇ ਆ ਗਈਆਂ, ਪਰ ਆ ਸਲਵਾਰ ਪਾ ਕੇ ਭੱਜਣ ਵਾਲਾ ਬਾਬਾ ਵੀ ਕਹਿੰਦਾ ਜੰਗ ਲਾਓ। ਓ ਕਾਨੂੰ ਬਾਰੂ ਓਏ ਨਾ ਮੇਰੇ ਸਾਲਿਆਂ ਦੇ ਰੰਨ ਨੀ ਕੰਨ ਨੀ, ਓਏ ਲੀਡਰਾਂ ਦਾ ਇੱਕ ਇੱਕ ਮੁੰਡਾ ਭੇਜੋ ਫੌਜ 'ਚ, ਓਏ ਫੇਰ ਦੇਖਦੇ ਅੱਤਵਾਦੀ ਹਮਲੇ ਕਿਵੇਂ ਕਰਦੇ ਨੇ। ਓ ਦਲਾਲ ਮੀਡੀਆ ਤੇ ਸਰਕਾਰ ਨੇ ਦੇਸ਼ ਦਾ ਬੇੜਾ ਕਰ ਕਰਕੇ ਰੱਖਤਾ। ਸਹੀ ਗੱਲ ਹੈ ਬਈ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਆ, ਮੇਰੇ ਪਿਆਰੇ ਵੀ ਤੈਨੂੰ ਕਿਉਂ ਨਾ ਤਾਰੂ ਬੰਦੇ ਆ। ਪਾਪੇ ਹਾਂ ਆ ਕੁੱਤੇ ਝਾਕੀ ਹੁੰਦੀ ਆ, ਉਹ ਕਿਸਾਨਾਂ ਨੂੰ ਕਰਜ਼ੇ ਦੀ, ਬੇਕਰਿਆਂ ਨੂੰ 5 ਮਰਲੇ ਦੀ, ਹੈ ਕੈਨੇਡਾ ਵਾਲਿਆਂ ਨੂੰ PR ਦੀ ਤੇ ਲੀਡਰਾਂ ਨੂੰ ਵੋਟਾਂ ਦੀ, ਇਹਨੂੰ ਕੁੱਤੇ ਝਾਕ ਕਹਿੰਦੇ ਨੇ? ਫੇਰ ਤਾਂ ਭੋਲੇ ਚਾਚੇ ਨੂੰ ਵੀ ਵਿਆਹ ਦੀ ਕੁੱਤੇ ਝਾਕ ਆ। ਜਿੱਤਰਾਂ ਤੇਰੇ ਬਾਪ ਨੂੰ ਛਿੱਤਰਾਂ ਕੀ ਕੁੱਤੇ ਝਾਕ ਰਹਾ। ਰੋਡੂ ਤੇਰੀ ਮਾਂ ਦਾ ਸੁਭਾਅ ਕਿੰਨਾ ਮਜ਼ਾਕੀਆ ਹੁੰਦਾ ਜਾਂਦਾ ਹੈ ਨਾ। ਆਹਾ ਭਗਵਾਨ ਨੇ ਆਲੂ ਵਾਲੇ ਪਰੌਂਠੇ ਬਣਾ ਫਿਰ ਕੇਰਾਂ ਗੋਲ ਗੋਲ। ਆਹਾ ਇੰਨੀਆਂ ਰੋਟੀਆਂ ਚੋਂ ਸਕਾ ਹਟਿਆ ਤਾ, ਐਂਡੀ ਛੇਤੀ ਕੂਤਰੇ ਚੁੰਗੋਗੇ ਤੈਨੂੰ, ਬਹੁਤ ਭੁੱਖ ਲੱਗੀ ਹੈ। ਓ ਆ ਖਬਰ ਸੁਣੋ, ਪਤੀ ਦੇ ਪ੍ਰੇਮਿਕਾ ਨਾਲ ਸੰਬੰਧ ਹੋਣ ਤੇ ਪਤਨੀ ਨੇ ਕੀਤਾ ਪਤੀ ਦਾ ਕਤਲ, ਮਾਰ ਕੇ ਲਾਸ਼ ਅੰਦਰ ਦੱਬੀ ਤੇ ਉੱਤੇ ਲਵਾਇਆ ਫਰਸ਼। ਅਹੀਂ ਜੇ ਖਬਰਾਂ ਨਹੀਂ ਪੜੀ ਨੇ ਪੁੱਤ, ਇਹ ਤਾਂ ਭੜਕਾਊ ਖਬਰਾਂ ਨੇ, ਜਾਂ ਕਾਲਜ ਵਗ ਜਾ। ਚੰਗਾ ਪਾਪੇ, ਮੇਰਾ ਤਾਂ ਦਿਲ ਜਾ ਕੰਬਣ ਲੱਗ ਗਿਆ। ਆ ਮਾੜੇ ਜਿਹੇ ਦੁੱਧ 'ਚ ਪੱਤੀ ਪਾ ਦੇ, ਨਾਲੇ ਮੈਨੂੰ ਰੋਟੀ ਤਿਆਰ ਕਰ। ਪਹਿਲਾਂ ਝਾੜੂ ਮਾਰ ਕੇ ਨਾ 4 ਕੁ ਭਾਂਡੇ ਚੱਕ, ਨਾਲੇ ਕੱਪੜੇ ਧੋ ਦੇ, ਢੇਰ ਲੱਗਿਆ ਪਿਆ ਏ, ਮੈਨੂੰ ਹੋਰ ਬਥੇਰੇ ਸਿਆਪੇ ਆ ਕਰਨੇ ਵਾਲੇ। ਸ਼ਰਮ ਮੰਨ ਘਟੀਆ ਕਿਸਮ ਦੀ ਲੇਡੀ, ਆਪਣੇ ਪਤੀ ਪਰਮੇਸ਼ਰ ਤੋਂ ਕੰਮ ਕਰਵਾਉਣੀ ਆ? ਉਹ ਮੈਂ ਜੱਟ ਆ, ਨੌਕਰ ਨਹੀਂ ਇਸ ਕਰਦਾ। ਅੱਛਾ ਕਿਆ ਕਰ ਲਊਗਾ ਤਾਂ? ਜੇ ਰੋਟੀ ਖਾਣੀ ਹੈ ਨਾ ਤਾਂ ਰੋਟੀ ਜੋਗਾ ਕੰਮ ਕਰ ਬੰਦਾ ਬਣ ਕੇ। ਜੇ ਲੜਾਈ ਦਾ ਐਡਾ ਸ਼ੌਕ ਹੈ ਨਾ ਬਾਰਡਰ ਤੇ ਚਲੀ ਜਾ, ਨਾਲੇ ਮਾਹੌਲ ਗਰਮ ਹੈ। ਬਾਰਡਰ ਪਰ ਤਾਂ ਜਾਊਂਗੀ, ਪਹਿਲਾਂ ਤੇਰਾ ਮੋਰਚਾ ਤਬਾਹ ਕਰਕੇ ਜਾਊਂਗੀ ਦੁਸ਼ਮਣ। ਤੇਰਾ ਸੁਭਾਅ ਨਹੀਂ ਬਦਲਦਾ। ਬਦਲਣਾ ਰਾਮ ਕਰ ਲਾ ਭੋਰਾ, ਥੱਕ ਗਈ ਬੈਠੀ ਬੈਠੀ। ਨਾਲੇ ਹੋਰ ਸੁਣ, ਸਾਰੇ ਕੰਮ ਦਬਾ ਦਬ ਖਤਮ ਕਰ ਲੈ, ਨਹੀਂ ਮੇਤੇ ਬੁਰਾ ਕੋਈ ਨੀ। ਹੇ ਸੱਚਿਆ ਪਾਤਸ਼ਾਹ, ਮੈਂ ਤਾਂ ਕਹਿੰਦਾ ਪਾਕਿਸਤਾਨ ਵਾਲਿਆਂ ਨਾਲ ਲੜਾਈ ਲੱਗ ਜੇ। ਹੇ ਮੇਰੇ ਪਾਕਿਸਤਾਨੀ ਭਰਾਵੋ,
ਕੋਈ ਇਹੋ ਜਿਹਾ ਪਰਮਾਣੂ ਇਸ ਜਨਾਨੀ ਤੇ ਸਿੱਟੋ, ਇਹਨੂੰ ਸਦਾ ਵਾਸਤੇ ਖਤਮ ਕਰ ਦਿਓ, ਇਹਦਾ ਵਜੂਦ ਖਤਮ ਕਰ ਦਿਓ। ਇੱਕ ਤਾਂ ਹੋਈਆਂ ਖਬਰਾਂ ਪੜ੍ਹਨ ਵਾਲੀਆਂ, ਹੈ ਇੱਕੋ ਹੀ ਇਹ, ਇਹਨਾਂ ਨੂੰ ਫੜ ਕੇ ਪਾਕਿਸਤਾਨ ਦੇ ਪਰਲੇ ਬਾਰਡਰ ਦੇ ਪਾਰ ਸੁੱਟ ਦਿਓ, ਫਿਰ ਇਹਨਾਂ ਦੀ ਟੈਂ ਟੈਂ ਬੰਦ ਹੋਊਗੀ। ਤੈਨੂੰ ਕਿਉਂ ਨਾ ਤਾਰੂ ਬੰਦਿਆ, ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਤੈਨੂੰ ਕਿਉਂ ਨਾ ਤਾਰੂ ਬੰਦਿਆ। ਉਹ ਮੇਰੀ ਗੱਲ ਸੁਣੋ, ਅੱਛੇ ਦਿਨ ਆਏ ਨਹੀਂ, ਲੋਕਾਂ ਦਾ ਕਾਲਾ ਧਨ ਵਾਪਸ ਆਇਆ ਨਹੀਂ, ਬੈਂਕਾਂ ਚ 15 ਲੱਖ ਆਇਆ ਨਹੀਂ, ਫੇਰ ਦੱਸੋ ਕਾਹਦਾ ਵਿਕਾਸ? ਕਾਹਦਾ ਵਿਕਾਸ? ਸਰਕਾਰ ਚਲਾ ਰਹੀ ਆ ਉਦਯੋਗਪਤੀ, ਬਦਨਾਮ ਹੋ ਰਿਹਾ ਮੁਸਲਮਾਨ, ਬੇਇੱਜ਼ਤ ਹੋ ਰਿਹਾ ਦਲਿਤ, ਇਸਤੇਮਾਲ ਹੋ ਰਿਹਾ ਹਿੰਦੂ ਤੇ ਮਰ ਰਿਹਾ ਗਰੀਬ। ਉਹ ਛੱਡੋ ਯਾਰ ਸਾਰੀਆਂ ਗੱਲਾਂ, ਤੈਨੂੰ ਬਾਈ ਇਸ ਵਾਰ ਕਾਲੇ ਦਾ ਪ੍ਰਧਾਨ ਨਾ ਬਣਾ ਦਈਏ ਯਾਰ। ਉਹ ਨਾ ਨਾ ਬਾਈ, ਆਪਾਂ ਉੱਪਾਂ ਨਹੀਂ ਪ੍ਰਧਾਨ ਪ੍ਰਧੂਨ ਬਣਦੇ। ਉਹ ਨਾਲੇ ਮੇਰੀ ਗੱਲ ਸੁਣੋ, ਆਹ ਜਿਹੜੇ ਫੇਸਬੁੱਕ ਤੇ ਬਹਿ ਕੇ ਰੌਲਾ ਨਹੀਂ ਪਾਉਂਦੇ ਹੈਗੇ ਵੀ ਅਸੀਂ ਜਾਵਾਂਗੇ ਜੰਗ ਤੇ, ਅਸੀਂ ਜਾਵਾਂਗੇ, ਉਹ ਤਾਂ ਸਾਲੇ ਰਾਤ ਨੂੰ ਮੂਤਣ ਲੱਗੇ ਵੀ ਨਾਲ ਬੰਦਾ ਲੈ ਕੇ ਜਾਂਦੇ ਨੇ। ਪੱਕੀ ਗੱਲ ਆ ਯਾਰ, ਮੁੰਡਾ ਸੀ ਕੂਲੇ ਪੱਤ। ਓ ਰੱਡੂ ਆ ਦੇਖੋ, ਆ ਦੇਖ ਆ ਮੇਰੇ ਨਾਲ ਕਿੰਨੇ ਜਣੀਆਂ ਨੇ ਵੀਡੀਓ ਬਣਾਈ ਆ, ਦੇਖਿਆ? ਉਹ ਪਾਪੇ ਤੇਥੋਂ ਤਾਂ ਵੱਧ ਮੇਰੇ ਨਾਲ ਨੇ। ਤੈਨੂੰ ਪਤਾ ਕਿੰਨੇ ਵੱਧ ਗਏ ਲਾਈਕ ਮੈਨੂੰ? ਪਾਪੇ ਇੱਕ ਗੱਲ ਪੁੱਛਾਂ, ਜੇ ਤੈਨੂੰ ਲਾਟਰੀ 'ਚੋਂ 3 ਕਰੋੜ ਨਿਕਲਿਆ ਫਿਰ ਕੀ ਕਰੇਗਾ? 3 ਕਰੋੜ ਫਿਰ ਮੈਂ ਚੌਂਕੀਦਾਰ ਤੇ ਚੌਂਕੀਦਾਰ ਦੇ ਬੰਦਿਆਂ ਤੋਂ ਲੁਕੋ ਕੇ ਰੱਖੂੰਗਾ। ਹੈ ਹੈ ਪਾਪੇ, ਉਹ ਤਾਂ ਆਪਣੇ ਕਿ ਆ ਰਿਹਾ, ਓਏ ਪਾਕਿਸਤਾਨ ਦੇ ਪਰਮਾਣੂ ਬੰਬ ਸਿੱਟਦਾ ਓਏ। ਉਹ ਨਹੀਂ ਪਾਪੇ, ਇਹ ਤਾਂ ਮੈਨੂੰ ਪੀਕੇ ਦਾ ਜੰਤਰ ਮੰਤਰ ਜਿਹਾ ਲੱਗਦਾ। ਹੈ ਇਹ ਤਾਂ ਪੀ ਕੇ ਆ, ਸਭ ਠੀਕ ਹੋ? ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ, ਤੁਹਾਡੇ ਮੀਡੀਆ ਨੇ ਬਹੁਤ ਗਾਹ ਪਾ ਰੱਖਿਆ ਕਿ ਜੰਗ ਲੱਗਣ ਵਾਲੀ ਆ। ਹੈ, ਤੁਹਾਡੇ ਤੱਕ ਵੀ ਗੱਲ ਪਹੁੰਚ ਗਈ? ਝੂਠ ਬੋਲਣ ਦੇ ਵਿੱਚ ਪੂਰੀ ਦੁਨੀਆ 'ਚ ਤਾਂ ਕੀ, ਪੂਰੇ ਬ੍ਰਹਿਮੰਡ 'ਚ ਮਸ਼ਹੂਰ ਹੋ ਚੁੱਕਿਆ ਤੁਹਾਡਾ ਇੰਡੀਆ। ਸਭ ਤੋਂ ਵੱਧ ਦੰਗੇ ਕਰਾਉਣ ਤੇ ਲੋਕਾਂ ਨੂੰ ਭੜਕਾਉਣ ਦੇ ਵਿੱਚ ਤੁਹਾਡਾ ਵਿਕਾਊ ਮੀਡੀਆ ਪੂਰਾ ਯੋਗਦਾਨ ਪਾ ਰਿਹਾ। ਭੁੱਖਮਰੀ ਨਾ ਕਿੰਨੇ ਲੋਕ ਮਰ ਰਹੇ ਨੇ, ਬੇਰੁਜ਼ਗਾਰੀ ਦਾ ਬੁਰਾ ਹਾਲ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਨੇ, ਇਹ ਮੀਡੀਆ ਇਹ ਕਿਉਂ ਨਹੀਂ ਦਿਖਾਉਂਦਾ ਹੈਗਾ? ਸਹੀ ਗੱਲ ਆ। ਚੱਲ ਯਾਰ, ਚੱਲ ਕਰ, ਚੱਲ ਫਿਰ ਤੂੰ ਘਰੇ, ਬਾਅਦ ਚੋਂ ਜਾਵਾਂਗੇ, ਪਹਿਲਾਂ ਮੈਨੂੰ ਪੈਗ ਲਵਾਓ ਜਿਹੜਾ ਤੁਸੀਂ ਪਿਛਲੀ ਵਾਰ ਲਵਾਇਆ ਸੀ। ਹਾਂ ਬਾਪੂ ਜੀ, ਗੱਲ ਤਾਂ ਤੇਰੀ ਠੀਕ ਹੈ। ਹਾਂ ਹਾਂ, ਉਹ ਤਾਂ ਹੀ ਆਪਣਾ ਦੇਸ਼ ਗਰੀਬ ਹੈ। ਗਰੀਬ ਤਾਂ ਹੋਣਾ ਹੀ ਆ, 3000 ਕਰੋੜ ਦੀ ਮੂਰਤੀ, 4200 ਕਰੋੜ ਕੁੰਭ ਦਾ ਮੇਲਾ, ਇਹ ਤੁਹਾਡਾ ਮੁਲਕ ਗਰੀਬ ਨਹੀਂ, ਸਗੋਂ ਇਹਨੂੰ ਬਣਾਇਆ ਜਾ ਰਿਹਾ। ਉਹ ਪੀ ਕੇ, ਸਭ ਤੋਂ ਵੱਧ ਨਾ ਪੁਆੜੇ ਦੀ ਜੜ ਧਰਮ ਹੈ, ਇਹ ਜਿਹੜੇ ਲੀਡਰ ਨੇ ਧਰਮ ਦੇ ਨਾਂ ਤੇ ਸਾਲੇ ਵੋਟਾਂ ਮੰਗਦੇ ਨੇ। ਲੰਮੇ ਸਮੇਂ ਤੱਕ ਇਹ ਤੁਹਾਨੂੰ ਮੂਰਖ ਨਹੀਂ ਬਣਾ ਸਕਦੇ, ਲੇਕਿਨ ਧਰਮ ਇੱਕ ਅਜਿਹਾ ਖੇਤਰ ਆ ਜਿੱਥੇ ਲੋਕ ਪੀੜ੍ਹੀ ਦਰ ਪੀੜ੍ਹੀ ਮੂਰਖ ਬਣਦੇ ਨੇ। ਇਹੋ ਜਿਹੀ ਗੱਲ ਨਹੀਂ ਹੈ ਪੀ ਕੇ, ਸਾਡੇ ਮੁਲਕ ਦੇ ਵਿੱਚ ਹਲੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਬੈਠੇ ਹੈ। ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹਨਾਂ ਅੰਦਰ ਆਜ਼ਾਦੀ ਦੀ ਅੱਗ ਧੁਖਦੀ ਰਹਿੰਦੀ ਆ, ਜਿਉਂਦੀ ਮੱਛੀ ਵਹਿਣ ਦੇ ਉਲਟ ਤੁਰਦੀ ਆ ਤੇ ਮਰੀ ਹੋਈ ਵਹਿਣ ਦੇ ਨਾਲ ਤੁਰਦੀ ਆ। ਫਿਰ ਤੁਸੀਂ ਕਿਸ ਨੂੰ ਮੰਨਦੇ ਹੋ? ਵਿਗਿਆਨ ਨੂੰ। ਸਾਡੇ ਨਾਸਤਿਕ ਦੇਸ਼ਾਂ ਵਿੱਚ ਕੋਈ ਕਿਸੇ ਦਾ ਫੋਨ ਤੱਕ ਚੋਰੀ ਨਹੀਂ ਕਰਦਾ, ਤੇ ਤੁਹਾਡੇ ਧਾਰਮਿਕ ਸਥਾਨਾਂ ਤੇ ਚੱਪਲਾਂ ਵੀ ਜਮ੍ਹਾਂ ਕਰਾਉਣੀਆਂ ਪੈਂਦੀਆਂ ਨੇ। ਜਿਹੜੇ ਮੁਲਕ ਨਾਸਤਿਕ ਨੇ ਉਹ ਤੁਹਾਡੇ ਤੋਂ ਕਿਤੇ ਅੱਗੇ ਨੇ। ਰੱਬ, ਨਰਕ, ਜਮਰਾਜ ਦਾ ਡਰ ਦੇ ਕੇ ਅਗਰ ਅਪਰਾਧ ਘਟਦੇ ਹੁੰਦੇ ਤਾਂ ਭਾਰਤ ਵਿੱਚ ਕੋਈ ਵੀ ਅਪਰਾਧੀ ਨਾ ਹੁੰਦਾ। ਸਹੀ ਗੱਲ ਹੈ ਚਾਚਾ, ਹਾਲੈਂਡ ਦੁਨੀਆ ਦਾ ਇੱਕ ਨਾਸਤਿਕ ਦੇਸ਼ ਹੈ, ਉਹਨਾਂ ਦੇ ਅਪਰਾਧ ਦੀ ਰੇਸ਼ੀਓ 0 ਹੋਣ ਕਰਕੇ ਉਹਨਾਂ ਦੀ ਸਰਕਾਰ ਨੇ ਜੇਲ੍ਹਾਂ ਬੰਦ ਕਰ ਦਿੱਤੀਆਂ ਤੇ ਉਹ ਲੋਕ ਰੱਬ ਨਾਲੋਂ ਜ਼ਿਆਦਾ ਵਿਸ਼ਵਾਸ ਇਨਸਾਨੀਅਤ ਤੇ ਕਰਦੇ ਨੇ। ਜੰਗਲ ਖਤਮ ਹੋ ਰਿਹਾ ਸੀ, ਲੋਕ ਇਹ ਸਮਝ ਕੇ ਕੁਹਾੜੀ ਨੂੰ ਵੋਟ ਪਾ ਰਹੇ ਸੀ ਕਿ ਦਸਤਾ ਸਾਡੀ ਬਰਾਦਰੀ ਦਾ, ਸਾਡਾ ਮੁਲਕ ਵੀ ਕਮਾਲ ਦਾ। ਕੁਰਸੀ ਬਣਾਉਣ ਲਈ ਦਰਖਤ ਵੱਢ ਰਿਹਾ ਤੇ ਕੁਰਸੀ ਬਚਾਉਣ ਲਈ ਸਿਰ।
ਓਏ ਹੁਣ ਤਾਂ ਜਿਹੜੇ ਮੀਡੀਆ ਵਾਲੇ ਨੇ ਨਾ ਸੌਹਾਂ ਖਾ ਖਾ ਕੇ ਖਬਰਾਂ ਦਿਆ ਕਰਨਗੇ। ਬਈ ਰੱਬ ਦੇ ਵਾਸਤੇ ਸਾਡਾ ਯਕੀਨ ਮੰਨੋ, ਖਬਰ ਸੱਚੀ ਹੈ, ਸਾਨੂੰ ਭਗਵਾਨ ਦੀ ਕਸਮ ਖਬਰ ਸੱਚੀ ਹੈ, ਸਾਡਾ ਯਕੀਨ ਕਰੋ। ਪਰ ਲੋਕਾਂ ਨੇ ਯਕੀਨ ਨਹੀਂ ਕਰਨਾ। ਤੂੰ ਮੇਰੇ ਸਾਲਿਆਂ ਦਾ ਮੂੰਹ ਬੰਦ ਰੱਖਿਆ ਕਰ, ਹੋਰ ਚਿੱਤਰ ਖਾ ਲਿਆ ਮੇਰੇ ਤੋਂ। ਲੋਕਾਂ ਨੇ ਘਰ ਭੰਨ ਦੇਣਾ ਤੇਰਾ ਆ ਕੇ। ਬਕੜਬਾ ਬਕੜਬਾ ਬੋਲੀ ਜਾਂਦਾ, ਜਾਓ ਰੋਡੂ ਆਪਣਾ ਇਹਨੂੰ ਆਪਦੇ ਗੱਲ 'ਚ ਘੁਮਾ ਕੇ ਲਿਆ। ਆ ਜਾ ਪੀ ਕੇ ਚੱਲੀਏ। ਉਹ ਤੂੰ ਐਂ ਦੱਸ, ਤੂੰ ਖੌਸੜੇ ਖਾਣ ਦਾ ਛਿੱਤਰ ਖਾਣ ਦਾ ਠੇਕਾ ਲਿਆ ਹੋਇਆ? ਕਦੇ ਮੇਰੇ ਤੋਂ ਖਾ ਲੇ, ਕਦੇ ਬਾਹਰੋਂ ਖਾ ਲੇ। ਉਹ ਭੋਲੇ, ਯਾਓ ਦੇਖ ਇੱਕ ਨਵੀਂ ਖਬਰ, ਲੈ ਦੇਖ ਕਹਾਂ ਕਰੀਨਾ ਕਪੂਰ ਫੇਰ ਪ੍ਰੈਜ਼ੀਡੈਂਟ ਹੋ ਗਈ। ਉਹ ਪ੍ਰੈਗਨੈਂਟ ਕਹਿੰਦੀ ਹੈ। ਹਾਂ ਹਾਂ ਯਹੀ ਕਹਿਣ ਲੱਗੀ ਸੀ ਮੈਂ। ਹਾਂ ਯਹੀ ਚੌਵੀ ਘੰਟੇ ਫੋਨ ਤੇ ਕੱਲ ਚ ਸਿਰਫ ਕੁੜੀਆਂ ਦੀਆਂ ਗੱਲਾਂ। ਤੁਹਾਡੇ ਚੋਂ ਕਿਸੇ ਦੇ ਕੋਈ ਅਸੂਲ ਨਹੀਂ ਹੈਗੇ। ਤੁਸੀਂ ਤੇ ਸਰਕਾਰਾਂ ਨੇ ਇੱਕ ਦਿਨ ਦੇਸ਼ ਨੂੰ ਬਰਬਾਦ ਕਰ ਦੇਣਾ ਹੈ। ਰਿਜ਼ਰਵੇਸ਼ਨ ਨੇ ਸਾਡੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ, ਵਰਨਾ ਅਸੀਂ ਪਹਿਲਾਂ ਇੰਗਲੈਂਡ ਤੇ ਰਾਜ ਕਰਦੇ ਸੀ। ਅਮਰੀਕਾ ਚੰਨ ਤੇ ਹੁਣ ਪਹੁੰਚਿਆ ਤੇ ਅਸੀਂ ਹਜ਼ਾਰਾਂ ਸਾਲ ਪਹਿਲਾਂ ਇੱਕ ਮਾਈ ਭੇਜੀ ਸੀ ਚਰਖਾ ਕੱਤਣ ਲਈ, ਤੇ ਅੱਜ ਵੀ ਕੱਤੀ ਜਾਂਦੀ ਹੈ ਚਰਖਾ, ਮਰਦੀ ਨਹੀਂ ਹੈਗੀ। ਹੈ ਪੀਕੇ ਭਾਈ, ਤੁਹਾਡੇ ਮੰਗਲ ਗ੍ਰਹਿ ਤੇ ਪਖੰਡ ਹੈਗਾ? ਨਹੀਂ, ਅਸੀਂ ਹਜ਼ਾਰਾਂ ਸਾਲ ਪਹਿਲਾਂ ਕੰਪਿਊਟਰ ਬਣਾਇਆ। ਉਹ ਅਸੀਂ ਹਜ਼ਾਰਾਂ ਸਾਲ ਪਹਿਲਾਂ ਸ਼ਿਵਲਿੰਗ ਬਣਾਏ ਨੇ। ਅਸੀਂ ਹਜ਼ਾਰਾਂ ਸਾਲ ਪਹਿਲਾਂ ਧਰਤੀ ਚੋਂ ਪੈਟਰੋਲ ਤੇ ਡੀਜ਼ਲ ਕੱਢਿਆ। ਉਹ ਅਸੀਂ ਹਜ਼ਾਰਾਂ ਸਾਲ ਪਹਿਲਾਂ ਪੀਰ ਬਾਬੇ ਦੀਆਂ ਕਬਰਾਂ ਲੱਭੀਆਂ। ਅਸੀਂ ਹਜ਼ਾਰਾਂ ਸਾਲ ਪਹਿਲਾਂ ਹਵਾਈ ਜਹਾਜ਼ ਉਡਾਏ। ਉਹ ਸਾਡੇ ਦੇਸ਼ ਵਾਲਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਪੂੰਛ ਤੋਂ ਫੜ ਕੇ ਹਾਥੀ ਉਡਾਏ ਸੀ, ਉਹ ਹੁਣ ਤੱਕ ਬਾਕੀ ਹੈ। ਕੈਨੇਡਾ ਅਮਰੀਕਾ ਦੀਆਂ ਜਨਾਨੀਆਂ ਓਲੰਪਿਕ ਖੇਡਦੀਆਂ ਨੇ। ਉਹ ਸਾਡੇ ਵਾਲਿਆਂ ਜਨਾਨੀਆਂ ਬਾਬੇ ਤਾਂਤਰਿਕ ਅੱਗੇ ਖੇਡਦੀਆਂ ਨੇ। ਅਮਰੀਕਾ ਨੇ ਸਰਚ ਕਰਨ ਲਈ ਗੂਗਲ ਬਣਾਇਆ। ਉਹ ਸਾਡੇ ਬਾਬੇ ਸਭ ਕੁਝ ਦੱਸ ਦਿੰਦੇ ਨੇ ਕਿ ਮੇਰੇ ਇਸ ਕਰ ਲੂ ਕੋਈ ਸਾਡੇ ਮਹਾਨ ਦੇਸ਼ ਦੀ। ਆਰਥਿਕ ਤੌਰ ਤੇ ਤੁਸੀਂ ਵਰਲਡ ਪਾਵਰ ਹੋ ਸਕਦੇ ਹੋ, ਪਰ ਪਖੰਡਬਾਜ਼ ਵਿੱਚ ਅਸੀਂ ਆ ਸਭ ਤੋਂ ਅੱਗੇ। ਜਿਸ ਮੁਲਕ ਦੀ ਜਨਤਾ ਦੇ ਆਦਰਸ਼ ਸ਼ਰਾਬ, ਬਲੀ, ਕਾਮੁਕਤਾ ਵਾਲੇ ਦੇਵੀ ਦੇਵਤੇ ਹੋਣ, ਉੱਥੋਂ ਦੀ ਪਨੀਰੀ ਕਿਹੋ ਜਿਹੀ ਹੋ ਸਕਦੀ ਆ, ਉੱਥੋਂ ਦੇ ਬੂਟੇ ਕਿਹੋ ਜਿਹੇ ਹੋ ਸਕਦੇ ਨੇ, ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ। ਉਹ ਕੀ ਕਰੀਏ ਯਾਰ, ਬਾਬੇ ਕਲਾਕਾਰ ਬਣੀ ਜਾਂਦੇ ਨੇ, ਕਲਾਕਾਰ ਨੇਤਾ ਬਣੀ ਜਾਂਦੇ ਨੇ, ਨੇਤਾ ਚੋਰ ਬਣੀ ਜਾਂਦੇ ਨੇ, ਚੋਰ ਲੁਟੇਰੇ ਬਣੀ ਜਾਂਦੇ ਨੇ, ਤੇ ਲੁਟੇਰੇ ਬਾਬੇ ਬਣੀ ਜਾਂਦੇ ਨੇ। ਪੜ੍ਹੇ ਲਿਖੇ ਬੇਰੁਜ਼ਗਾਰ ਨੇ ਤੇ ਅਨਪੜ੍ਹ ਦੇਸ਼ ਚਲਾ ਰਹੇ ਨੇ। ਸਿਆਸਤ ਹੈ ਬੁੱਢੇ ਮਕਾਰਾਂ ਦੇ ਹੱਥ 'ਚ ਤੇ ਵਿਦਿਆ ਵਿਚਾਰੀ ਗਵਾਰਾਂ ਦੇ ਹੱਥ 'ਚ। ਪੀਕੇ, ਇਸ ਵਾਰ ਮੈਂ ਤੇਰੇ ਨਾਲ ਚੱਲੂਗਾ। ਉੱਥੇ ਜਾ ਕੇ ਮੈਂ ਤਾਂ ਇਹ ਦੇਖਣਾ ਵੀ ਇੱਥੇ ਗ੍ਰਹਿ ਤੇ ਮੈਨੂੰ ਨਜ਼ਾਰੇ ਆਉਂਦੇ ਨੇ ਕਿ ਜਾਂਦੇ ਨੇ, ਆਉਂਦੇ ਨੇ ਕਿ ਜਾਂਦੇ ਨੇ। ਆ ਜਾ ਆਪਾਂ ਟਿਕਟ ਕਢਾਈਏ, ਮੰਗਲ ਗ੍ਰਹਿ ਤੇ ਭੇਜ ਦੀ। ਬਾਪੂ, ਹਾਂ ਉਹ ਬਾਪੂ, ਅੱਜ ਦੇਖੀ, ਅੱਜ ਮੈਂ ਪੀਕੇ ਦੇ ਸਾਹਮਣੇ ਆ ਜ਼ਹਿਰ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ। ਬਸ ਬਸ ਹੁਣ ਨਾ ਮੈਨੂੰ ਰੋਕੀ, ਓਏ ਰੋਕੀ ਨਾ, ਬੈਠਾ ਰਹਿ, ਹੁਣ ਨਾ ਰੋਕੀ, ਹੁਣ ਨਹੀਂ ਮੈਂ ਰੁਕਦਾ। ਹਲੇ ਮੇਰੇ ਦਿਮਾਗ 'ਚ ਫਰਕ ਹੈ, ਮੈਂ ਤੈਨੂੰ ਰੋਕੂਗਾ। ਜਬਜ ਉਹ ਭੋਲੇ, ਇਹਦੇ ਨਾਲ ਚਿੱਟੀ ਮੱਖੀ ਤਾਂ ਮਰੀ ਨਹੀਂ, ਤੂੰ ਸਵਾਹ ਮਰੇਗਾ ਬੁੱਢ ਬਲੇਟ। ਡਰਾਮੇ ਕਰਦਾ, ਓਏ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਡਰਾਮੇ ਕਰਦਾ। ਓਏ ਮੇਰੀ ਗੱਲ ਸੁਣ ਲਓ, ਮੈਂ ਡਰਾਮੇ ਡਰੂਮੇ ਨਹੀਂ ਕਰਦਾ ਕੋਈ। ਓਏ ਇੱਥੇ ਤਾਂ ਮੇਰਾ ਵਿਆਹ ਹੋਇਆ ਨਹੀਂ ਯਾਰ, ਪੀ ਕੇ ਬਾਈ ਬਣ ਕੇ ਤੂੰ ਹੀ ਕੁਛ ਕਰਕੇ ਯਾਰ, ਮੇਰਾ ਮੰਗਲ ਮੰਗਲ ਗ੍ਰਹਿ ਤੋਂ ਕਿਤੋਂ ਵਿਆਹ ਕਰਾ ਦੇ ਯਾਰ, ਮੈਂ ਤੇਰੀਆਂ ਮਿੰਨਤਾਂ ਕਰਦਾ। ਓਏ ਤੇਰੀ ਕਿਸਮਤ 'ਚ ਤਾਂ ਉਰੇ ਨਹੀਂ ਕੁੜੀ ਲਿਖੀ ਹੋਈ, ਮੰਗਲ ਗ੍ਰਹਿ 'ਚ ਕਿੱਥੋਂ ਹੋਊਗੀ। ਓ ਯਾਰ ਸੁਣੋ, ਕੰਮ ਦੀ ਗੱਲ ਸੁਣੋ ਸੁਣੋ, ਡਾਕਟਰ ਭੀਮ ਰਾਓ ਅੰਬੇਦਕਰ ਆਪਣੇ ਪਿਓ ਦੀ 14ਵੀਂ ਲਾਸ ਸੀ, ਰਵਿੰਦਰ ਨਾਥ ਟੈਗੋਰ ਦੀ 14ਵੀਂ ਲਾਸ ਸੀ, ਸੁਭਾਸ਼ ਚੰਦਰ ਬੋਸ 14 ਭੈਣ ਭਰਾਵਾਂ ਵਿੱਚੋਂ 9ਵੇਂ ਨੰਬਰ ਤੇ ਸੀ, ਤੇ ਵਿਵੇਕਾਨੰਦ 10 ਭੈਣ ਭਰਾਵਾਂ ਵਿੱਚੋਂ 6ਵੇਂ ਸਥਾਨ ਤੇ ਸੀ, ਤੇ ਕ੍ਰਿਸ਼ਨ ਭਗਵਾਨ ਜੀ ਵੀ 8ਵੇਂ ਸਥਾਨ ਤੇ ਸੀ। ਹੈ ਉਹ ਮੈਂ ਕਹਿੰਦੇ ਸਥਾਨ ਤੇ ਆ, ਓਏ ਤੇਰੇ ਪਹਿਲੇ ਸਥਾਨ ਨੇ ਤਾਂ ਸਾਡੇ ਘਰ ਦਾ ਬੇੜਾ ਗਰਕ ਕਰਤਾ। ਉਹ ਹਰਾਮ ਖੋਰ ਨੂੰ ਲੱਭੋ ਜਿਹਦੇ ਕਹਿਣ ਦੇ ਚੱਕਰ 'ਚ ਹਮ ਦੋ ਹਮਾਰੇ ਦੋ ਸਾਰੇ ਮਹਾਂਪੁਰਸ਼ੀ ਜੰਮਣੋ ਬੰਦ ਹੋ ਗਏ। ਓ ਪਾਪੇ, ਤੂੰ ਵੀ ਹੋਰ ਜੰਮ ਲੈਂਦਾ। ਓਏ ਬਾਪੂ, ਯਾਰ ਤੂੰ ਹੀ ਜੰਮ ਲੈਂਦਾ, ਕੀ ਪਤਾ ਆਪਣੇ ਘਰੇ ਕੋਈ ਮਹਾਂਪੁਰਖੀ ਪੈਦਾ ਹੋ ਜਾਂਦੇ। ਓਏ ਭੋਲਿਆ, ਵਿਆਹ ਤਾਂ ਤੇਰਾ ਹੁਣ ਨਹੀਂ ਹੁੰਦਾ, ਇੰਨੇ ਚੁਣ 'ਚ ਤੇਰਾ ਕਿੱਥੋਂ ਵਿਆਹ ਹੋ ਜਾਂਦਾ। ਓਏ ਸਹੀ ਗੱਲ ਹੈ ਯਾਰ, ਛੜੇ ਬੰਦੇ ਦੀ ਤਾਂ ਕੋਈ ਜੂਨ ਨਹੀਂ। ਲੈ ਜੇ ਕਿਤੇ ਸਹੀ ਟਾਈਮ ਤੇ ਮੇਰਾ ਵਿਆਹ ਹੋ ਜਾਂਦਾ ਨਾ, ਮੇਰਾ ਵੱਡਾ ਮੁੰਡਾ ਪੱਕੀ ਗਰੰਟੀ ਦਿੰਦਾ 10ਵੀਂ 'ਚ ਹੁੰਦਾ, ਤੇ ਉਹ ਤੋਂ ਵੱਡਾ 12ਵੀਂ 'ਚ ਹੁੰਦਾ। ਓਏ ਉਹ ਤੋਂ ਵੱਡੇ ਨੇ ਤਾਂ BA ਕਰ ਲੈਣੀ ਸੀ। ਉਹ ਯਾਰ ਛੜਾ ਬੰਦਾ ਤਾਂ ਕੁਛ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਤੁਹਾਡਾ PM ਛੜਾ, ਯੋਗੀ ਛੜਾ, ਟਾਟਾ ਛੜਾ, ਬਾਟਾ ਛੜਾ, ਰਾਹੁਲ, ਸਲਮਾਨ, ਰਾਮਦੇਵ, ਦਿਲਾਵਰ, ਇਹ ਸਭ ਛੜੀ ਤਾਂ ਹੈਗੇ ਨੇ। ਓਏ ਮੇਰੀ ਗੱਲ ਸੁਣੋ, ਓਏ ਓਏ ਕਿਹੜਾ ਕਹਿੰਦਾ, ਓਏ ਓਏ ਉਹਨੂੰ ਲੱਭੋ, ਓਏ ਉਸ ਕੰਜਰ ਕੁੱਤੇ ਨੂੰ ਜਿਹੜਾ ਕਹਿੰਦਾ ਸਫਲ ਬੰਦੇ ਪਿੱਛੇ ਔਰਤ ਦਾ ਹੱਥ ਹੁੰਦਾ।
ਉਹ ਚਾਚਾ ਵੀ ਤਾਂ ਛੜਾ ਇਹ ਕਿਹੜਾ ਪ੍ਰਧਾਨ ਮੰਤਰੀ ਬਣ ਗਿਆ ਜ਼ਿੰਦਗੀ ਇੱਕ ਜੰਗ ਹੈ ਜਦ ਤੱਕ ਘਰ ਵਾਲੀ ਸੰਗ ਹੈ ਹਾਏ ਮੈਨੂੰ ਜ਼ਬਰਦਸਤੀ ਕੋਈ ਪਿਆਰ ਕਿਉਂ ਨਹੀਂ ਕਰਦੀ ਓਏ ਤੈਨੂੰ ਹੋਰ ਕਿੰਨੀਆਂ ਕੁ ਕਰਨ ਜ਼ਬਰਦਸਤੀ ਪਿਆਰ ਦੋ ਤਾਂ ਪਹਿਲਾਂ ਆਈਆਂ ਬੈਠੀਆਂ ਨੇ ਤੈਨੂੰ ਪਿਆਰ ਕਰਨ ਵਾਲੀਆਂ ਜ਼ਬਰਦਸਤੀ ਪਿਆਰ ਰਾਖੀ ਵਾਸਤੇ ਯਾਰ ਪੀ ਕੇ ਇਹਨਾਂ ਦਾ ਕੁਛ ਨਹੀਂ ਬਣ ਸਕਦਾ ਉਹ ਮੈਨੂੰ ਤਾਂ ਲੱਗਦਾ ਇਹ ਗ੍ਰਹਿ ਨਿਵਾਸੀਆਂ ਦਾ ਕੁਝ ਨਹੀਂ ਹੋ ਸਕਦਾ ਲੈ ਪੁੱਤ ਪੀ ਕੇ ਤਾਂ ਚਾਹ ਪੀ ਮੈਂ ਬਾਬੇ ਕੀ ਦੇਗ ਵੀ ਦੇਣੀ ਹੈ ਹਲੀ ਪਹਿਲਾਂ ਲਈ ਕਿਉਂ ਸੀ ਮੈਂ ਸੁੱਖ ਸੁੱਖੀ ਵੀ ਤੀ ਪੁੱਤ ਵੀ ਮਾਰੇ ਪਰਿਵਾਰ ਕੀ ਸੁੱਖ ਸ਼ਾਂਤੀ ਬਣੀ ਰਹੇ ਫਿਰ ਆ ਗਈ ਸੁੱਖ ਸ਼ਾਂਤੀ ਇਹਨਾਂ ਬਾਬਿਆਂ ਦੇ ਜਾਣ ਕਰਕੇ ਨਹੀਂ ਆਉਂਦੀ ਸਗੋਂ ਆਪਸੀ ਪਿਆਰ ਤੇ ਭਾਈਚਾਰਾ ਵਧਾਉਣ ਕਰਕੇ ਆਉਂਦੀ ਆ ਮਾਰੇ ਵੱਡੇ ਵਡੇਰੇ ਸ਼ੁਰੂ ਤੇ ਮੰਨੇ ਤੇ ਬਾਬੇ ਹੈਦਰ ਸ਼ੇਖ ਨੂੰ ਲਾਲਾਂ ਵਾਲੇ ਪੀਰ ਨੂੰ ਚਿੜੀ ਵਾਲੇ ਬਾਬੇ ਨੂੰ ਉਹ ਅਨਪੜ੍ਹ ਸੀ ਉਦੋਂ ਟਾਈਮ ਹੋਰ ਸੀ ਹੁਣ ਵਿਗਿਆਨ ਦਾ ਯੁੱਗ ਆ ਮੈਂ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਿਆ ਪਰ ਮੈਨੂੰ ਤਾਂ ਕਿਤੇ ਨਹੀਂ ਲਿਖਿਆ ਹੋਇਆ ਦੇਖਿਆ ਕਿ ਤੁਸੀਂ ਮੜੀਆਂ ਮਸਾਣੀਆਂ ਨੂੰ ਪੁੱਜੋ ਗੁਰੂ ਦਾ ਸੱਚਾ ਸਿੱਖ ਉਹ ਆ ਜਿਸ ਦਾ ਸਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦਾ ਲੈ ਵੀ ਪੀ ਕੇ ਤੂੰ ਤਾਂ ਅੱਜ ਮੇਰੀਆਂ ਅੱਖਾਂ ਖੋਲਤੀਆਂ ਇਹ ਵੀ ਨਹੀਂ ਮੈਂ ਮੰਨਣੇ ਕਿ ਕਿਸੇ ਵੀ ਬਾਬੇ ਬੂਬੇ ਨੂੰ ਨਾ ਪਿਆਰ ਨਫ਼ਰਤ ਨੂੰ ਖਤਮ ਕਰਦਾ ਸੋ ਸਭ ਨਾਲ ਕਰੋ ਜ਼ਿੰਦਗੀ ਚ ਕਦੇ ਦੁੱਖ ਨਹੀਂ ਆਉਣਗੇ ਪੀ ਕੇ ਪਰ ਮੈਨੂੰ ਇਹ ਬਤਾ ਵੀ ਇਸ ਕੀ ਆਦਤ ਨੂੰ ਠੀਕ ਕਰ ਯੋ ਸਾਰਾ ਦਿਨ ਬਗਾਨੀਆਂ ਤੀਵੀਆਂ ਕੇ ਸੁਪਨੇ ਲੈਂਦਾ ਰਹਾ ਸੁਪਨੇ ਲੈਣ ਵਾਸਤੇ ਹੀ ਹੁੰਦੇ ਨੇ ਇਹ ਉਹਦੀ ਆਦਤ ਆ ਹੌਲੀ ਹੌਲੀ ਸੁਧਰ ਜੂਗਾ ਲੈ ਇਹ ਤਾਂ ਨਿਆਣੇ ਬਰੋਬਰ ਕੇ ਹੋ ਗਏ ਇਹ ਕਦ ਸੁਧਰ ਜੂਗਾ ਉਸ ਨੂੰ ਬੰਦਾ ਬਣਾ ਦੇ ਬਸ ਮੈਂ ਸਾਰੀ ਜ਼ਿੰਦਗੀ ਤੇਰਾ ਗੁਣ ਨਹੀਂ ਭੁੱਲਣ ਲੱਗੀ ਬੰਦਾ ਤਾਂ ਹੈ ਹੀ ਪਰ ਉਸ ਵਿੱਚ ਇੱਕ ਬਹੁਤ ਚੰਗਾ ਇਨਸਾਨ ਵੀ ਆ ਦੂਜਿਆਂ ਲਈ ਮਰ ਮਿਟਦਾ ਹਾਂ ਬਈ ਬਾਤ ਤਾਂ ਤੇਰੀ ਠੀਕ ਹੈ ਮਾੜੇ ਬੰਦੇ ਮਾਂ ਵੀ ਕੋਈ ਨਾ ਕੋਈ ਗੁਣ ਤਾਂ ਚੰਗਾ ਹੋਆ ਹੈ ਬਾਤਾਂ ਤਾਂ ਤੇਰੀਆਂ ਸਾਰੀਆਂ ਇੱਕ ਨੰਬਰ ਗਈਆਂ ਦਿਮਾਗ ਮਾਂ ਆ ਗਈਆਂ ਮੇਰੇ ਮਾਂ ਮੈਂ ਨਾ ਮੰਨਣੇ ਕੀ ਕਿਸੇ ਬਾਬੇ ਬੂਬੇ ਨੂੰ ਨਾ ਹਰ ਬਾਤ ਮਾਦਾ ਮੈਂ ਤੇਰੀ ਮਾਂ ਸੱਚੀਆਂ ਜਮੀ ਸੱਚੀਆਂ ਬੇਬੇ ਆਪਣਾ ਟੀਵੀ ਕਿਵੇਂ ਟੁੱਟ ਗਿਆ ਚੰਗਾ ਭਲਾ ਤਾਂ ਚੱਲਦਾ ਸੀ ਆਜ ਤੱਕ ਆਈ ਅੰਜਣਾ ਝੂਠ ਬੋਲਦੀ ਜੀ ਮੇਰੇ ਪਿਓ ਦੇ ਰਨ ਮਾਰੀ ਥਾਪੀ ਮੈਂ ਤਾਂ ਸਿਰ ਪਾੜਦਾ ਉਹਦਾ ਚੱਲ ਵਧੀਆ ਹੁਣ ਨਹੀਂ ਆਉਂਦੀ ਮੁੜ ਕੇ ਤੇ ਇਹ ਸਾਰੇ ਸਰਕਾਰ ਦੇ ਚੈਨਲ ਨੇ ਤੇ ਸਾਰੇ ਹੀ ਵਕਾਊ ਨੇਗੇ ਕੱਲ ਚਾਚੇ ਕਿਆਂ ਨੇ ਗੁੱਸੇ ਚ ਆ ਕੇ ਕੇਵਲ ਪਟਾਤੀ ਕੱਲ ਨੂੰ ਮੈਂ ਵੀ ਸਾਰੇ ਚੈਨਲ ਬੰਦ ਕਰਾ ਦੇਣੇ ਨੇ ਮੈਂ ਆਪਦੀ ਜ਼ਿੰਦਗੀ ਚ ਇੰਨੇ ਝੂਠੇ ਚੈਨਲ ਨਹੀਂ ਦੇਖੇ ਸਹੀ ਚੀਜ਼ ਤਾਂ ਦਿਖਾਉਂਦੇ ਨਹੀਂ ਬੇਬੇ ਅੱਤ ਖੁਦਾ ਦਾ ਵੈਰ ਹੁੰਦਾ ਆ ਦੋਗਲੀ ਸ਼ਕਲਾਂ ਵਾਲਿਆਂ ਨੂੰ ਲੋਕਾਂ ਨੇ ਕਦੇ ਮੂੰਹ ਨਹੀਂ ਲਾਇਆ ਅੱਗੇ ਰੇਡੀਓ ਚ ਕਿੰਨੀਆਂ ਸੋਹਣੀਆਂ ਖਬਰਾਂ ਹੁੰਦੀਆਂ ਖੜ ਖੜ ਕੇ ਸੁਣਦੇ ਲੋਕ ਹੁਣ ਬੌਂਗਾ ਜਾ ਬੋਲਦਾ ਟੈਲੀਵਿਜ਼ਨ ਉਹਦੇ ਬੰਦ ਕਰ ਦਿੰਦੀ ਆ ਚੰਗਾ ਵੀ ਨਹੀਂ ਲੱਗਦਾ ਉਈ ਮਗਜੌਲੀ ਜੀ ਮਰੀ ਜਾਂਦਾ ਬੇਬੇ ਨੌਜਵਾਨ ਪੀੜ੍ਹੀ ਨੂੰ ਜਾਗਣਾ ਚਾਹੀਦਾ ਸਭ ਦੀ ਸੋਚ ਪੀਕੇ ਵਰਗੀ ਹੋਣੀ ਚਾਹੀਦੀ ਹੈ ਫੇਰ ਕੀ ਅੰਤ ਹੈ ਪੀਕੇ ਤੋਂ ਵੱਧ ਸੈਣਾ ਕੌਣ ਹੈ ਬਾਲਾ ਹੀ ਸੱਚ ਬੋਲਦਾ ਚੱਲ ਠੀਕ ਆ ਬੇਬੇ ਮੈਂ ਨੋਨੂ ਨੂੰ ਤਿਆਰ ਕਰਕੇ ਨਾ ਪੀਕੇ ਦਿਖਾ ਕੇ ਲੈ ਕੇ ਆਉਣੀ ਹਾਂ ਚੰਗਾ ਲੈ ਜਾ ਚੱਲ ਆ ਜਾ ਨੋਨੂ ਚੱਲੀਏ ਪੀਕੇ ਜਿਵੇਂ ਆਪਾਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਸੀ ਤੇਰੀ ਸਪੀਚ ਨਾਲ ਆਪਾਂ ਇਸ ਵਾਰ ਵੀ ਇੱਕ ਸਪੀਚ ਤਿਆਰ ਕਰਦੇ ਹਾਂ ਤੇ ਮੈਂ ਤੇਰੀ ਵੀਡੀਓ ਵਾਇਰਲ ਕਰੂੰਗਾ ਠੀਕ ਆ ਮੈਂ ਇਸ ਧਰਤੀ ਦਾ ਨਹੀਂ ਉੱਪਰੋਂ ਮੰਗਲ ਗ੍ਰਹਿ ਤੋਂ ਆਇਆ ਇਸ ਧਰਤੀ ਵਾਂਗ ਲੱਖਾਂ ਗ੍ਰਹਿ ਨੇ ਜਿੱਥੇ ਮਨੁੱਖੀ ਜੀਵਨ ਆ ਉਹਨਾਂ ਸਭ ਗ੍ਰਹਿਾਂ ਤੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਕੋਈ ਰੱਬ ਨਹੀਂ ਫਿਰ ਵੀ ਲੋਕ ਬਹੁਤ ਖੁਸ਼ ਨੇ ਮੈਂ ਦੂਸਰੀ ਵਾਰ ਪ੍ਰਿਥਵੀ ਤੇ ਆਇਆ ਪਰ ਕੁਝ ਨਹੀਂ ਬਦਲਿਆ ਉਹੀ ਸੋਚ ਉਹੀ ਪ੍ਰਿਸਟ ਲੀਡਰ ਉਹੀ ਬਿਕਾਊ ਮੀਡੀਆ ਮੈਂ ਗੱਲ ਪਿੰਡ ਤੋਂ ਸ਼ੁਰੂ ਕਰਦਾ ਇਸ ਪਿੰਡ ਵਿੱਚ ਚਾਰ ਪੰਜ ਗੁਰਦੁਆਰੇ ਨੇ ਮੰਦਿਰ ਮਸਜਿਦ ਨੇ ਲਾਇਬ੍ਰੇਰੀ ਤੇ ਡਿਸਪੈਂਸਰੀ ਇੱਕ ਵੀ ਨਹੀਂ ਗੁਰਦੁਆਰੇ ਜਿੱਦਬਾਜ਼ੀ ਚ ਬਣਾਏ ਹੋਏ ਨੇ ਇਸੇ ਕਰਕੇ ਪਿੰਡਾਂ ਚ ਧੜੇਬਾਜ਼ੀ ਆ ਪਰ ਇੱਥੇ ਜਵਾਨੀ ਚਿੱਟੇ ਨੇ ਖਾ ਲਈ ਧਰਮ ਗਲਤ ਹੱਥਾਂ ਵਿੱਚ ਆ ਗਿਆ ਅਦਾਲਤਾਂ ਇਨਸਾਫ਼ ਨਹੀਂ ਕਰਦੀਆਂ ਬੇਗੁਨਾਹ ਫਾਂਸੀ ਚੜ ਰਹੇ ਨੇ ਅਖਬਾਰਾਂ ਸੱਚ ਨਹੀਂ ਲਿਖਦੀਆਂ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਗਿਆ ਅੰਨਦਾਤੇ ਖੁਦਕੁਸ਼ੀਆਂ ਕਰ ਰਹੇ ਨੇ ਪਵਿੱਤਰ ਗ੍ਰੰਥਾਂ ਦੀ ਰੂੜੀਆਂ ਤੇ ਬੇਅਦਬੀ ਹੋ ਰਹੀ ਹੈ ਮੰਦਰਾਂ ਚ ਰੇਪ ਹੋ ਰਹੇ ਨੇ ਮੀਡੀਆ ਵਿਕਾਊ ਹੋ ਗਿਆ ਇਹ ਸਾਰਾ ਕੁਝ ਤੁਸੀਂ ਦੇਖ ਹੀ ਚੁੱਕੇ ਹੋ ਅਮੀਰ ਲੋਕਾਂ ਤੇ ਸਿਆਸਤਦਾਨਾਂ ਨੇ ਆਪਣੇ ਪਰਿਵਾਰ ਵਿਦੇਸ਼ਾਂ ਵਿੱਚ ਸੈੱਟ ਕਰ ਲਏ ਤੇ ਆਪਣਾ ਭਵਿੱਖ ਸੁਰੱਖਿਅਤ ਕਰ ਲਿਆ
ਤੁਸੀਂ ਦੇਖਣਾ ਥੋੜੇ ਸਾਲਾਂ ਵਿੱਚ ਬੁੱਤਾਂ ਪਿੱਛੇ ਗਾਵਾਂ ਪਿੱਛੇ ਜੁੱਤੀਓ ਜੁੱਤੀ ਹੋਣ ਵਾਲੇ ਲੋਕ ਹੀ ਰਹਿ ਜਾਣਗੇ। ਇਹ ਤੁਹਾਡੇ ਮੁਲਕ ਨੇ ਵੀ ਸੀਰੀਆ ਬਣ ਜਾਣਾ। ਪੂਰੀ ਦੁਨੀਆ 'ਚ ਤਾਂ ਕੀ ਸਾਰੇ ਬ੍ਰਹਿਮੰਡ 'ਚ ਤੁਹਾਡੇ ਮੁਲਕ ਦੀਆਂ ਗੱਲਾਂ ਹੋ ਰਹੀਆਂ ਨੇ? ਕੀ ਤੁਹਾਡੇ ਨੇਤਾ ਚੋਣ ਤੋਂ ਪਹਿਲਾਂ ਲੋਲੀਪੋਪ ਦਿੰਦੇ ਨੇ? ਸਾਡੇ ਸਕੂਲਾਂ ਵਿੱਚ ਇਸ ਤਰ੍ਹਾਂ ਪੜ੍ਹਾਇਆ ਜਾ ਰਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਂ ਹੈ ਮੀਡੀਆ। ਇਸ ਧਰਤੀ ਤੇ ਗਾਂ ਦਾ ਮੂਤ ਪੀਣ ਵਾਲੀ ਪ੍ਰਜਾਤੀ ਪਾਈ ਜਾਂਦੀ ਹੈ। ਇੱਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਨੇ ਤੇ ਭਗਤੀ ਵਿਆਹਵਾਂ 'ਚ ਕੀਤੀ ਜਾਂਦੀ ਹੈ। ਇੱਥੋਂ ਦੀ ਸਰਕਾਰ ਜੱਗ ਕਰਕੇ ਦੇਸ਼ ਦੀ ਰਾਖੀ ਕਰਦੀ ਹੈ। ਇੱਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਚੌਂਕਾਂ 'ਚ ਮਿਸਤਰੀ ਤੇਲ ਮੰਗਦੇ ਨੇ। ਇੱਥੇ ਜਨਾਨੀ ਦੇ ਇੱਕ ਦਿਨ ਭੁੱਖੇ ਰਹਿਣ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਆ। ਇੱਥੇ ਗਾਂ ਨੂੰ ਲੋਕ ਮਾਤਾ ਕਹਿੰਦੇ ਨੇ ਪਰ ਗਾਂ ਦੇ ਪਤੀ ਨੂੰ ਪਿਤਾ ਨਹੀਂ ਮੰਨਦੇ। ਇੱਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਠੰਡਾ ਕਰ ਦਿੰਦੇ ਨੇ। ਇੱਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ ਬਜਰੀ ਤੇ ਪੁਲ ਖਾਂਦੇ ਨੇ। ਧਰਤੀ ਤੇ ਮਰੀ ਹੋਈ ਜ਼ਮੀਰ ਵਾਲੇ ਲੋਕ ਇੱਕ ਬੋਤਲ ਲੈ ਕੇ ਲੀਡਰਾਂ ਤੋਂ 5 ਸਾਲ ਜੁੱਤੀਆਂ ਖਾਂਦੇ ਨੇ। ਤੁਸੀਂ ਉਹ ਲੋਕ ਹੋ ਜੋ ਆਪਣੇ ਗੁਲਾਮ ਹੋਣ ਤੋਂ ਅਣਜਾਣ ਹੋ। ਇੱਥੋਂ ਦੀ ਸਰਕਾਰ ਜਦੋਂ ਉਹਨੂੰ ਆਪਣਾ ਆਪ ਹਾਰਦਾ ਨਜ਼ਰ ਆਉਂਦਾ ਤਾਂ ਉਹ ਹਮੇਸ਼ਾ ਭਗਵਾਨ ਨੂੰ ਅੱਗੇ ਕਰ ਦਿੰਦੀ ਆ। ਅਗਰ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੰਗਾ ਸੋਚਣਾ ਤਾਂ ਪਹਿਲੀ ਗੱਲ, ਤੁਸੀਂ ਕਿਸੇ ਤੋਂ ਪੈਸੇ ਜਾਂ ਨਸ਼ੇ ਲੈ ਕੇ ਵੋਟ ਨਹੀਂ ਪਾਉਣੀ। ਦੂਸਰੀ ਗੱਲ, ਤੁਸੀਂ ਇਸ ਬਕਾਊ ਮੀਡੀਆ ਦਾ ਬਾਈਕਾਟ ਕਰੋ। ਜਦੋਂ ਕੋਈ ਨੇਤਾ ਤੁਹਾਡੇ ਪਿੰਡ ਆਵੇ ਉਸ ਨੂੰ ਕੀਤੇ ਵਾਅਦੇ ਯਾਦ ਕਰਾਓ। ਪੁੱਛੋ ਕਿ ਵਿਕਾਸ ਕਿੱਥੇ ਆ। ਤੁਸੀਂ ਇਸ ਦੇਸ਼ ਦੇ ਮੰਗ ਤੇ ਨਹੀਂ, ਮਾਲਕੋ ਮਾਲਕ, ਤੁਹਾਨੂੰ ਜਿਉਣ ਦਾ ਪੂਰਾ ਹੱਕ ਹੈ। ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਸਰਕਾਰ ਜ਼ਿੰਦਾਬਾਦ, ਜ਼ਿੰਦਾਬਾਦ। ਵੋਟਾਂ ਵੇਲੇ ਤੁਹਾਨੂੰ ਅਸੀਂ ਯਾਦ ਆ ਜਾਂਦੇ ਆ। 5 ਸਾਲ ਕਿੱਥੇ ਰਹਿੰਦੇ ਹੋ ਤੁਸੀਂ? ਲੀਡਰ ਸਾਹਿਬ, ਤੁਹਾਡੇ ਕੋਲੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ। ਯਾਰ ਪੀਕੇ, ਤੂੰ ਬੰਦਾ ਬੜਾ ਘੈਂਟ ਹੈ। ਤੇਰੀਆਂ ਗੱਲਾਂ ਨੇ ਤਾਂ ਸਾਡਾ ਸਾਰਾ ਅੰਧ ਵਿਸ਼ਵਾਸੀ ਪਿੰਡ ਵੀ ਬਦਲ ਕੇ ਰੱਖਤਾ। ਓਏ ਹੁਣ ਤਾਂ ਲੀਡਰਾਂ ਦੇ ਐਂ ਲਪੇੜੇ ਪੈ ਰਹੇ ਨੇ ਜਿਵੇਂ ਗਰੀਬ ਦੇ ਘਰੇ ਨਿਉਂਦਾ ਪੈਂਦਾ ਹੁੰਦਾ ਹੈ। ਭੋਲੇ, ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਜਿੰਦਾ ਛੋਟਾ, ਜਿੰਦੇ ਤੋਂ ਛੋਟੀ ਚਾਬੀ, ਪਰ ਇੱਕ ਛੋਟੀ ਜਿਹੀ ਚਾਬੀ ਸਾਰਾ ਘਰ ਖੋਲ ਕੇ ਰੱਖ ਦਿੰਦੀ ਆ। ਇਹ ਛੋਟੇ ਛੋਟੇ ਵਿਚਾਰ ਵੱਡੇ ਵੱਡੇ ਬਦਲਾ ਲਿਆ ਸਕਦੇ ਨੇ। ਭੋਲੇ, ਉਦੋਂ ਸਹੀ ਹੋਣਾ ਬਹੁਤ ਖਤਰਨਾਕ ਹੁੰਦਾ ਜਦੋਂ ਸਰਕਾਰਾਂ ਗਲਤ ਹੋਣ। ਨਹੀਂ ਨਹੀਂ ਪੀਕੇ ਬਾਈ, ਇਹਦਾ ਤੈਨੂੰ ਭੁਲੇਖ ਹੀ ਹੈ। ਕੌਣ ਕਹਿੰਦਾ ਸਾਡੀਆਂ ਸਰਕਾਰਾਂ ਗਲਤ ਨੇ? ਸੱਚ ਸਵਰਗ ਵਾਂਗ ਹੁੰਦਾ ਤੇ ਝੂਠ ਨਰਕ ਵਾਂਗ। ਇਹ ਹੁਣ ਤੁਸੀਂ ਖੁਦ ਹੀ ਦੇਖ ਲਓ ਕਿ ਤੁਸੀਂ ਸਵਰਗ 'ਚ ਰਹਿੰਦੇ ਹੋ ਜਾਂ ਨਰਕ 'ਚ। ਪੀਕੇ, ਤੇਰੀਆਂ ਗੱਲਾਂ ਤਾਂ ਸਾਰੀਆਂ ਠੀਕ ਨੇ, ਪਰ ਸਾਡੇ ਦੇਸ਼ ਦੇ ਬਕਾਊ ਮੀਡੀਏ ਨੇ ਇੰਨਾ ਗੰਦ ਪਾਤਾ। ਤੂੰ ਦੇਖ ਲੈ, ਹਰ ਰੋਜ਼ ਹਰ ਟੀਵੀ ਚੈਨਲ ਤੇ ਹਰ ਅੱਧੇ ਘੰਟੇ ਬਾਅਦ ਹਰ ਆਸ਼ੀ ਫਲ ਬਾਰੇ ਦੱਸ ਰਿਹਾ। ਓਏ, ਜੇ ਕਿਤੇ ਬਕਾਊ ਮੀਡੀਆ ਆਪਣੀ ਜ਼ਿੰਮੇਵਾਰੀ ਸਮਝੇ ਨਾ ਤੇ ਦਿਨ ਦੇ ਵਿੱਚ ਘੱਟੋ ਘੱਟ 1 ਘੰਟਾ ਹੀ ਆਪਣੇ ਸੰਵਿਧਾਨ ਬਾਰੇ ਦੱਸੇ ਤਾਂ ਮੇਰੀ ਗਰੰਟੀ ਹੈ ਇਹ ਚੋਰ ਲੀਡਰ ਪੈਦਾ ਹੀ ਨਾ ਹੋਣ। ਜੇ ਤੁਸੀਂ ਵੋਟਰ ਹੋ ਕੇ ਵੀ ਲੀਡਰਾਂ ਨੂੰ ਸਵਾਲ ਹੀ ਨਾ ਕਰ ਸਕਦੇ ਤਾਂ ਤੁਸੀਂ ਮਾਨਸਿਕ ਰੂਪ ਤੋਂ ਗੁਲਾਮ ਹੋ, ਗੁਲਾਮ। ਬਿਲਕੁਲ ਸਹੀ ਗੱਲ ਹੈ ਤੇਰੀ ਪੀਕੇ, ਪਿੰਡ ਵਾਸੀਓ। ਓਏ ਪੀਕੇ ਦੀਆਂ ਗੱਲਾਂ ਬਿਲਕੁਲ ਸਹੀ ਨੇ। ਹੁਣ ਆਪਾਂ ਭ੍ਰਿਸ਼ਟ ਲੀਡਰਾਂ ਨੂੰ ਸਵਾਲ ਜ਼ਰੂਰ ਪੁੱਛਾਂਗੇ। ਕਿਉਂ ਪੁੱਛਾਂਗੇ ਨਾ? ਅੱਛਾ, ਤੋ ਜੇ ਵੋਹੀ ਪੀਕੇ ਹੈ ਜਿਸਨੇ ਲੋਗੋਂ ਕੋ ਬਾਬਾ ਕੇ ਖਿਲਾਫ ਭੜਕਾਇਆ ਥਾ ਔਰ ਬਾਬਾ ਕੋ ਜੇਲ ਜਾਣਾ ਪੜਾ ਥਾ, ਤਬ ਤੋ ਜੇ ਬਚ ਗਿਆ, ਲੇਕਿਨ ਅਬ ਨਹੀਂ ਬਚੇਗਾ। ਖਤਮ ਕਰ ਦੋ ਸਾਲੇ ਕੋ। ਹਮ ਲੋਕ ਜਬ ਗਾਓਂ ਮੇ ਜਾਤੇ ਹੈ ਨਾ ਵੋਟ ਮੰਗਨੇ, ਤੋ ਗਾਓਂ ਵਾਲੇ ਹਮਾਰਾ ਸਵਾਗਤ ਕਾਲੀ ਝੰਡਿਓ ਸੇ ਕਰਤੇ ਹੈ ਔਰ ਹਮਾਰੇ ਪੱਥਰ ਮਾਰਤੇ ਹੈ, ਔਰ ਇਹ ਸਭ ਕੁਛ ਹੋ ਰਿਹਾ ਹੈ ਸਪੀਕੇ ਪੰਜਾਬੀ ਕੀ ਵਜ੍ਹਾ ਸੇ। ਜਿਤਨਾ ਜਲਦੀ ਹੋ ਸਕੇ ਇਸਕੋ ਖਤਮ ਕਰ ਦੋ। ਓਕੇ ਸਰ, ਓਕੇ, ਆਪ ਚਿੰਤਾ ਮਤ ਕੀਜੀਏ। ਅਰੇ ਚੌਧਰੀ ਘਣ ਸਿੰਘ ਤੋ ਹਵਾਓਂ ਕਾ ਰੁਖ ਬਦਲ ਦੇਤਾ ਹੈ,
तो ये पीके तो चीज ही क्या है। आप बेफिक्र हो जाइए सर, आपको आज ही मिलेगा और जिंदा मिलेगा। मुझे चौधरी घैंट सिंह यूं ही नहीं कहते। अरे ये नहीं हो सकता। क्या कहा? उन्होंने हमारे चैनल बंद करवा दिए। अरे तुम्हें पता है हमने करोड़ों रुपए लगा के चैनल खरीदे हैं, और ये बेवकूफ लोगों को अकल आ कैसे गई? ये साला पीके पंजाबी है कौन? हेलो, हेडक्वार्टर संगरूर, मैं चौधरी घैंट सिंह बोल रहा हूं। जय हिंद जय हिंद। मुझे आज ही खबर मिली है कि संगरूर के साथ एक गांव है ईलवाल, वहां एक बूढ़ा रहता है जिसका नाम है कहला बूढ़ा। उसने एक पी के नाम के आदमी को, देशद्रोही को पनाह दे रखी है। वो मुझे आज ही चाहिए और जिंदा चाहिए। थैंक यू थैंक यू। मुझे यूं ही नहीं चौधरी घैंट सिंह कहते। पीके, तेरियां बातां का मारी फैमिली पर ता क्या पूरी दुनिया में असर होया बापुत, पूरे देश में तेरी समूरी होई पई है। मशहूर कहंदी है। हाँ हाँ, यही कहन लगी थी मैं। पीके, आपां नूं जल्दी तो जल्दी जाना पैना, पुलिस अपने पिछे लगी हुई है, तेरी वीडियो वायरल होगी। पर मेरा दोष की है? तेरा दोष पुत गूंगियां के शहर मां जबाना बेचने का दोष है तेरा। वैसे एक गल तो है पीके, तेरियां गल्लां ना लोकां नूं गोली मंगू लगियां ने। इहदा मतलब तू बिल्कुल सही निशाना लाउना है। भगतां नूं सच हमेशा कौड़ा लगदा, भगत होण जिहदे मर्जी। हाँ तो छेती जा पुत, यो दोहे तेरी हिफाजत करूंगे। नाले एक गल सुन लै, मारे उरे मेहमान रब का रूप होया, गोली पीके की छाती मानी तेरी छाती में लगनी चाहिए छोकरे। उसी फिकर ना करो, जेड़े पुत की गल हजारा माया किया दुआवां हूं मैं ना, उस पुत का कोई कुछ नहीं बिगाड़ सका। शुरुआत करन लई महान होना जरूरी नहीं, महान होने लई एक शुरुआत करनी जरूरी है। शुरुआत मैं कर दित्ती आ, जारी तुसी रखनी आ। धुप चाहे जिन्नी मर्जी तेज होए पर समुंदर नहीं सका सका। वाह वाह भाभी माता वाह। पीके पीके, मैं तेरियां गल्लां तो बहुत प्रभावित हां, तेरियां गल्लां ने मेरे रोंगटे खड़े करते। जांदा तेरे नाल मैं भी, पर यार मैनू ना पूरी दा मैसेज आया होया, कल नूं उहदा बेचारी दा आईलैट्स दा पेपर है, मैं उहनूं पर्ची आई। जिउंदा रह पुत, लंबियां उम्र आला हूं मैं, शाबाश मेरा पुत। चलो चलो जल्दी आओ, छेती जाओ। चलो चलो फड़ो सारे नू, निकलना जान किते, कैले बुड़े दे घर नू चारे पासे घेर लो। Thank you.
अच्छे ओए। हाँ भी मुंडियो मिले नी, उधर जाके देखो, चलो चलो छेती छेती। आओ बैठिए थे, आजो बैजो दाम ले लो थे। ओ जनाब पी के ता मिलया नी, हुण की करिए? ओ करना की है, लभना ता पैणा ही है। जनाब तुसी उहना ते गोली क्यों नी मार दे? ओए उपर हुकम है। ਕਿਹਦਾ ਹੁਕਮ ਹੈ? ਮੰਤਰੀ ਸਾਹਿਬ ਦਾ ਹੁਕਮ ਹੈ। ਚਲੋ ਖੜੇ ਹੋ, ਪੀ ਕੇ ਚਾਹੀਦਾ ਉਹ ਵੀ ਜਿਉਂਦਾ। ਚਲੋ ਚਲੋ ਚਲੋ। ਆਓ ਜਾ ਰਹੇ ਨੇ। ਉਹ ਕਿੱਧਰ ਗਾਇਬ ਹੋ ਗਏ? ਚਲੋ ਕੀ ਕਰੋਗੇ? ਥੋਤੋਂ ਹਾਲੇ ਤੱਕ ਪੀ ਕੇ ਨਹੀਂ ਫੜਿਆ ਗਿਆ। ਚਲੋ ਭੱਜੋ ਇੱਥੋਂ। ਉਹ ਪੀ ਕੇ, ਉਹ ਭਰਾਵਾ, ਉਹ ਐਂ ਕਰ, ਉਹ ਮੰਗਾ ਲਾ ਆਪਦਾ ਗੋਲਕਤਾ ਰਾਜਾ, ਭਜਾ ਭਜਾ ਕੇ ਮਾਰ ਦੇਣਾ ਪੁਲਿਸ ਵਾਲਿਆਂ ਨੇ। ਉਹ ਕੀ ਹੁੰਦਾ ਉਹ? ਪਾਪੇ ਸਪੇਸਸ਼ਿਪ। ਹਾਂ ਯਾਰ, ਕਿਹੜੀ ਤੇਰੀ ਸ਼ਿਪ ਸ਼ਿਪ ਮੰਗਾ ਲਿਆ ਯਾਰ। ਆਓ ਗਏ, ਉਤਰੋ ਉਤਰੋ ਉਤਰੋ, ਥੱਲੇ ਉਤਰੋ। ਆਏ ਮਰ ਗਿਆ। ਪੁੱਛ ਕੇ ਪੁੱਛ ਕੇ। ਨਹੀਂ ਮਿੱਤਰਾ ਮੇਰੀ ਗੱਲ ਸੁਣ, ਹੁਣ ਇੰਨਾ ਟਾਈਮ ਨਹੀਂ ਹੈਗਾ, ਮੇਰੀਆਂ ਤਾਂ ਆਂਦਰਾਂ ਇਕੱਠੀਆਂ ਹੋ ਗਈਆਂ। ਤੂੰ ਆਪਦਾ ਗੋਲਕਤਾ ਰਾਜਾ ਮੰਗਵਾ ਲੈ, ਆਜੋ ਛੇਤੀ ਆਜੋ। ਉਹ ਮਰ ਗਏ ਓਏ, ਉਹ ਮਰ ਗਏ, ਮੇਰੀ ਤਾਂ ਲੱਤਾਂ ਦੀ ਜਾਨ ਜਮੀ ਗਈ। ਉਹ ਬੁਲਾ ਲਾ ਆਪਦਾ ਜਹਾਜ਼ ਯਾਰ, ਹੁਣ ਤਾਂ ਜਮੀ ਬੇਬਸ ਹੋ ਗਏ।
आ गया, ओ आ गया तेरा जहाज, आजा छेती, ओ छेती आजो कंजर दियो, पीके मेनू भी नाल ले चलो, उत्थे नजारे ताउन के, आ गया आ गया आ गया, आजा छेती खिच दे, ओए गेर पाला होर, ओ पाला पंजमा छीमा गेर पाला है, पीके दोबारा मिलांगे। मैनू लगता पुलिस आ गई। ये सच्चा पाशा। फड़ो इन्हां नू। किथे पीके? आओ जांदा जी फड़ लो। जनाब सानू किडनैप करके लेके जा रहा सी। मेरा तो गोलकतारे विच सांग उड़ जाना सी। तुसी सानू बचा लिया। तुसी धन्न हो जी। सोनू इनाम मिलना चाहिंदा जी। छड़ दियो मुंडियो। छड़ दियो। पीके तो दो बंदे बचा ले। थैंकड़ू जी। ये है इंस्पेक्टर हरिंदर सिंह, जिसने अपनी जान पर खेलकर पीके के चुंगल से इन दो मासूम इंसानों को छुड़वाया। पूरी दुनिया में हरिंदर सिंह के चर्चे हैं। हिंदुस्तान को ऐसे ही बहादुर पुलिस अफसरों की जरूरत है, तभी ये गुंडा राज खत्म होगा। पीके पंजाबी इन दो इंसानों को अगवा करके अपने ग्रह पे ऊपर लेके जाना चाहते थे। पीके एक बहुत ही दृंदा किस्म का इंसान है और देश में दंगे करवाना चाहता था। वो इंस्पेक्टर हरिंदर सिंह की पकड़ में आ तो गया था, लेकिन डरपोक भाग गया। सरकार हरिंदर सिंह को SSP नियुक्त करती है। सिंदरे पीले पानी वार के हाय नी आगी बहु कर तेरे। सिंदरे पीले पानी वार के आगी बहु कर तेरे। सिंदरे पीले पानी वार के ए मेरा घर है रजिया। पाजो पाजो बिगना पाजो 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 जाओ जी। मैं भी बोली पौनी है। बोली पौनी होता है। हाय रजिया पा बोली। बारी बरसी खटन गया सी। बारी बरसी खटन गया सी। खटके ले आंदा पीपा। हाय हाय पीपा। और वे माही मेरा निक्का जे है। आई आई ना कोई नी मैं खिच के बरोबर कीता। माही मेरा निक्का जे है। नी मैं खिच के फड़ला 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 नी छड़ी दा हमदा लफड़ा। आई कर इनु इथे आए फड़ पोच के आ गया मैं। 1 मिनट च एक मिनट इत्थे ता सारे कार विहार आप ही करने पैंदे ने। पानी वार बनने दी ए माए बन्ना बन्नी बार। एक मिनट। पानी वार बनने दी ए माए। ए साले गलत ए गलत रिश्ते नहीं हो रहे। चल कोई ना। पानी छग ता छग नहीं हुंदे ने। पानी वार बनने दी ए माए बन्ना बन्नी बार खड़। चल आ जा। इथे ता सारे कार विहार आप ही करने पेंदे ने। आजा हज ता बाड़ियां रस्मां रहिंदियां ने सारियां मैं आपे करूंगा। नी सिंदरे पी ले पानी वार के हाय नी आगी बहु कर तेरे। सिंदरे पी ले पानी वार। हाय हाय जदो हसदियां मुंह चो फुल करदे ने। इथे रुक जा जट्टा। तू ब्याह करा के चंगा नहीं कीता। ओए ब्याह करा के भी कदे किसे दा चंगा होया माई। तेरे नाल मैं ब्याह करवाया। ओए मैनू की अर्जुन अवार्ड मिल गया। फिर दोबारा क्यों करवाया मत जानिया। क्योंकि तेरी पुरानी 1971 दी शक्ल देख देख के मैं अक चुका सी। ऐसे करके मैं नीलिया अखां वाला लेंज पवाया। कुछ शर्म कर जवाक तेरे बराबर दे हो गए ने। ऐदे जवाक भी बराबर दे होन गए मुटियारे। तू देख दी जाई
पूरे 4 सालां दे विच जे तेरे जवाकां तो वड्डे ना किते ना ता मैनू भी रूप मोहम्मद खान सिंह संधू ना आखी ते मेरी बेगम नू रजिया। मैं तेरे ब्याह नू अग ला दूंगी जट्टा। पहला अपने अंदर जेड़ी अक मच रही है ना पापड़ बल रहे ने एनू बुझा ले जेलदारनीए ते जाके अंदर ओ गाना सुन। मेरी गल कान खोल के सुन ला जट्टा एनू जिथों लेके आया ओथी वापस ला जा। नहीं उस घर दे विचों एदी डोली उठी सी इस घर दे विचों एदा जनाजा जाऊगा जनाजा। तू बिल्कुल सही के है जट्टा इस घर दे विचों जनाजा ही निकलूगा। पर तेरे तो बाद मैं ता कहनी है ओ बचोला मर जाए जिने तेरा व्याह करवाया है। मैं ता 4 भी करवा सकता क्योंकि मैं मुसलमान बन गया रूप मोहम्मद खान सिंह संधू। हाय मैं मर जावा तू ए सौकण दे पिछे अपना धर्म बदल लिया है। मैं इस दे पिछे तैनू छड़ सकदा अपने बच्चा नू छड़ सकदा पूरे परिवार नू छड़ सकदा पर रजिया नू नहीं छड़ सकदा। अच्छा हाँ हुण मैं देख दी है भई इस घर दे विच कौन रहंदा है रूप मोहम्मद खान सिंह संधू जा तेरी बेगम। हाय 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 अंबरां दा चन्न अस्तीफा दे गया नी मुख देख के मजाजने तेरा। तू ता महारानी है इस घर दी महारानी हर खासे दी तू मालकन संदूक दी बेबियाले दी तू मालकन। गल सुन ले तू कदे डरी ना ओनू दासी बना के रखी नौकरानी आहो तेरी नौकरानी हुक्म चलाया करी हुक्म। मैंता जी तुसी चाहिए दियो मैं भला कुत्ती जनानी तो की लेना। हाय मेरी बेग में ठंड पाती धर्म नाल कॉलेज च डरी ना पुरान रोब रखी। ओ एही जी भौंकण वाली जनानी है कर कुछ नहीं सकदी। मैं सब कुछ कर सकदी हां। तू देखी तो जाई ਕਿਵੇਂ ਸਾਰੇ ਟੱਬਰ ਦਾ ਚੱਕਰ ਝੁੰਡਾ ਘਮਾਉਣੀ ਆ ਮੈਂ। ਹਾਏ 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 ਨਹੀਂ ਖੁਸ਼ ਕੀਤਾ ਨਹੀਂ ਮੇਰੀ ਤਾਲੀ ਬੰਨਣੇ। ਇਸ ਤੋਂ ਪਹਿਲਾਂ ਕਿ ਸਹਿਵਾ ਸਾਨੂੰ ਮਾਰੇ ਮੈਂ ਸਹਿਵਾਂ ਦੇ ਤੀਰੇ ਤੋੜ ਦਿੰਨੀ ਆ। ਮੇਰੀ ਗੱਲ ਸੁਣ ਲੈ ਤਾਲੀਬਾਨ ਮੰਗੂ ਘਰ ਨੂੰ ਜੰਗ ਦਾ ਮੈਦਾਨ ਬਣਾ ਕੇ ਰੱਖੀ ਉਹ ਐਡੀ ਕੁ ਛੁਰਲੀ ਛੱਡੂਗੀ ਇਧਰੋਂ ਗ੍ਰਨੇਡ ਛੱਡੀ ਬੰਬ ਸਿੱਟੀ ਬਰੂਦ ਨਾਲ ਤਬਾਹ ਕਰਦੀ ਉਹਨੂੰ। ਹਾਏ 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 ਵੇਰਿਆ ਮੱਕਣਿਆ कसम मैं गंगा मैया की इस युद्ध को खत्म करने के लिए दूध ही काफी है। चौदमी का चांद है जा आफताब है। रजिया मैं तेनू इन्ना प्यार करदा ना हुण ता मौत भी आ जाए मेनू कोई परवाह नहीं। अड़ी वे अड़ी ना कर बोती तू अड़ी दूध पी ले वाल मां वे मैं कदों दी खड़ी। आ लो जी दूध पियो। किते आज नाग पंचमी ता नहीं हैगी? ना जी आज ता सुहाग रात पंचमी है। हाय हाय रजिया बेगम मैं तेनू कहा सी ना सिंदर दिल दी नी माड़ी। है बस मुंह दी बड़ बोली है सिंदरे धर्म नाल ना पूरी दुनिया दे इतिहास विच तेरा नाम ना पहले नंबर ते आऊगा कुर्बानी विच। औरत हरेक कुर्बानी दे सकती है पर अपने पति दा बंटवारा नहीं सह सकती। देखिया तुसी दोवें भैणा ना आपस दे विच मिलजुल के रहा करो है हुक्म चलाया करी इन्हें तेरा हुक्म मन लेना। होर जी मैं ता इनू महारानी बना के रखूंगी ते आप नौकरानी मैं ता इहदे पैर तो धो के पीऊंगी। हाय 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 क्या महान है तू सिंदरे धर्म नाल मेरा दिल जित लिया
आज पता लग गया तू असली जैल तरह दे खानदान चो है। सिंदरे मैं तेरी इत्थे बड्डी करके फोटो लाऊंगा ते उत्ते हार पाऊंगा। हार ता पता नहीं पहला किदी फोटो ते पैने ने है। मैं ता ये कह रही हां जी भी तुसी आ वाले हार ला दो मैले हो जाएंगे थोड़े तीजे व्याच काम आएंगे ना। मजाक कर दी है बहुत मजाक कर दी है एडी मजाकण है ता सिरे दी मजाकण है। हाय 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 धर्म नाल आ लो दूध पी लो किते होर कवीलदारी दे चक्करां च दूध ना भुल जायो। आ दूध तुसी पी लियो एच काजू बदाम पाए हुए ने ते आ दूध मेरी छोटी भैन नु दे दियो है ना पी लियो। ना ना पीवांगे मैं देखता लवां जांदी वार अपनी छोटी भैन नु चंगी तरह। हुण लै नजारे। ओ रजिया हुण तू रज रज के खा रज रज के पी ते रज रज के जी। लै फड़ दुध पी लै। ना जी मैं नहीं पीना। लै कमाल दी गल है वो पीता सही सगन हुंदा है। मैं कदे पीता नहीं जे तुसी कहने तो पी लैनी आ। लै मिठा कर दे। आय हाय 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 लै रजियो पहला तेरे वाला पीऊंगा इदे च ज्यादा मिठा पाया पिया। आ हुण मैं आपदे वाला पीऊंगा। हाय सिंदरे जल्दी रह। जी की हो गया? की हो गया जी? जी दसो तो सही की हो गया? ऐसा क्यों कर दियो? जी की हो गया? हाँ, तेरा पुठे दिमाग आलिए पुठे पैर आलिए पैड़ी खोपड़ी आलिए सारा नजारा खराब करता मेरे सपने ते हमला करके। मैं की तरह सपने दे विच बम सटता अपने पेक्या दे सिट उना दा खानदान तबाह कर उना दा बेड़ा मुद्दा मार पर की फायदा उना दा खानदान पहली तबाह है। तुसी की रीस करोगे साडी जेलदारां दी नंग बंदे। ओ रब कानू करावे रीस हैं तड़की आजूगी हैं मुंह चो पांपड़ छड़ लग जांदे पता नहीं की चाह दे नाल बरूद खांदी है हैं हैं की नाया कर मेरे कोले सन 1971 वर्गा मुंह लेके हाय नी मेरे ढोले दा बेड़ा मुद्दा मारता तैं। मैं लौनिया तेरे ढोले नु अग 24 घंटे बगानिया तीवें दे सपने देखदा रहूं शर्म नहीं आउंदी। होर हुण तेरे देखा तेरा स्यापा करदा नहीं तेरा स्यापा स्यापा सब तो बुरा स्यापा दा तेरा है तेरा स्यापा दा मैं करदी आ मैं पिटदी आ तैनू। हाय 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 ओए बस कर बस कर बस कर बाकी छुट्टी आके लिया नहीं तेरी बैटरी लो हो जूगी। लोकां नु मौत आउंदी है हाय रब्बा इनू मौत भी नहीं आउंदी रुड़ जाना पता नहीं कित्थों रिचार्ज होके आउंदा है। तेरे खानदान नु आऊ पहला जेलदार मरनगे उसके बाद हम। खबरदार जे मेरे पेक्या तक पहुंच कीती है समझ गया पाड़ के दो कर दू। ओना तक पहुंच कर ही नहीं कोई सकदा क्योंकि ना उथे रक्षा जांदा है ना उथे कोई साइकिल जांदा है ना उथे कोई सड़क ता है नहीं आए लगदा जे मैं सड़े नरका च रहंदे हुंदे ने। आ नरक ता तू मेरी जिंदगी बना के रखती जिद्दन दी तेरे घरे आई है। जा मर जा मेरा सेपा खत्म कर मर जा परे मेनू नजारे लेन दे। अज नहीं बचदी अज नहीं मैं बचदी अज ता मैं 99% मतलब 99% पूरा भरूंगी पूरा। रब दे वास्ते मर जा मेनू सिखाला कर दे नाले सरकार ने हुण ता मरन दे किन्ने साधन देते नी धरने ते मर जा नी किसे लीडर दे घर दे अगे जाके आत्मदाह कर दे किन्ने मरन दे साधन ने। अच्छा आ मरना मेरा कैंसर मैं नहीं मरदी तू मर जा सरकार ने होर बथेरे साधन दे रखे ने तू शराब पी के मर जा सानू 5 लाख ता मिलू मेरे जवाका नु नौकरी मिलू साडा वधिया गुजारा चलू तू मर तू मर तू मर तू मर तू मर तू मर हट हट शर्म चक्के दिमाग फैमिली 433 हुणे आउणे हासे छेती असी बड़े दिला दे
ओए देखो देखो लाडी मेनू मैसेज आ गया ओ कुड़ी दा आ देख मैं ता एदे नाल गल करता आ चक ओए कंजर दे पुत्तो सारा दिन इत्थे मोबाइल च ठुंगा मारी जन्ने हो उत्थे बलद भुखे मरदे ने उहनां नूं कुछ पा दो जाके इहनां ने दुध देणा है बापू बलद केड़ा दुध दिंदे ने नाले मेरी एक जरूरी गल चल रही है स्नैपचैट ते तू वेट कर ला हद हो गई ओए समझ नहीं लगदी सारा दिन इत्थे मोबाइल च ठुंगा मारी जन्ने हो बापू तू इंस्टाग्राम भी चलाना क्यों चला नहीं सकता मैं तो कंजर तो कंबाइन भी चला लेना बापू मैं कढ़ना सिंगल ट्रैक मेनू पैसे दे दो पढ़ लो या फिर कोई खेती खूती कर लो सारा दिन फोन ते लगे रहने पता नहीं केड़ी दादी नाल गल्लां करदे हो बंदे ने जाना हुंदा कोई काम भी हुंदा इहो जिहा की काम पै गया बापू तेनू ओए बंदे नू सौ काम हुंदे ने तेनू की दसा मैनू पता सी तोरू मिलन चलिया बापू मैं ही फेक आईडी बनाई हुई सी ओ मेरे नाल ही चैट करदा रहा तू तां ओए पता है मैनू मैं जान के करदा सी ओ सुआह पता बापू तेनू उदो तां सीतो च बलवीर नू देखदा सी तू ओ सिंदरे रोटी लिया दो भाई रोटियां वेले तो डाक चौंकियां ते निकल जांदे ने हुण मैं कल्ली किधर किधर मरां मैनू होर भी बथेरे सौ काम ने जे कुछ होर नहीं हुंदा तो घट्टो घट रोटी तां टाइम ते खा लिया करो ओ सारी उम्र काम में करे भाई हुण तू रोटी वेले नक बुल कढ़न लगी मेरा तां जाय बड्डी दा जस लैणा ही माड़ा है इत्थे खांदे पींदे छड़ा मारदे ने ठंडी रोटी मत्थे मारती लिया के तत्ती करके लिया दे कुड़े सारा दिन घरे नहीं बढ़ना फिर तत्ती लिया दे ठंडी लिया दे नखरे करदा है रोटी वेले घर नहीं बढ़ते मुड़ के कदे तत्ती दे कदे ठंडी दे कदे कुछ कर खाली मैं ता इन्होंने अलादरी चज दी इन्हें तपा लिया इक्का बुढ़ा लोट नहीं आता सारे टब्बर ने तपा रखे भालदा तत्तियां इत्थे जिवें चूड़े वाली बैठी हुंदी है ओ कुड़े हुण मैं इस उमरे कित्थों लियावां चूड़े वाली आ कीदा आ गया फोन हां बंतो आ गई तू हां तू बाहरली घरे पहुंच आ गया मैं दो मिनट च आ गया ले हुण रोटी भी नहीं खा के गया पता नहीं किधर नूं तुर पिया चल जद भुख लगू आपे खा लू देख लकड़ने आए सी चढ़ा तो ना टिब्बियां दे पानी आ तेरे ते मुंडे नूं रिश्ता नहीं ती हुंदा करवाता रिश्ता ले पूरी जग गर्गी बहू लिया के दित्ती जग गर्गी ओनू किवें रिश्ता हो गया चार खंड तां जमीन दे ने ओहदे कोले रिश्ता तां साला मेरे वर्गे नूं नहीं हुंदा जिहदे कोले 40 किले पैली है ले मुंडे मन तां बचालण की ने कहना वा मैं तां चढ़ाता टिब्बियां दे पानी बे लोकी कहंदे ने बे जोड़ियां उत्तों बन के आउंदियां ना 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 जोड़ियां ते बंतो बनाउंदियां बंत जे कहे तैनू करादा रिश्ता ना ना ऐस उमरे किथे होना हुण तां बुढ़े हो गए बे मर्द ते कोड़ा कद बुढ़े होए सुखना चंगी खुराक खाना चंगा पैसा ना ना ऐस उमरे नहीं ला बे तू हुक्म तां कर 2.5 लाख रुपया लगना 50,000 मेरा कमीशन डोलन अगलिया ने फंटा तला दे समानी टाकिया काजू वर्गी ने ले कर हूं काजू वर्गी चीन तो बे आहो हुन ता इथे रहंदे ने सुखना काफी टाइम हो गया चीनी च पंजाबी बोल दिया अच्छा लेला गोगड़ी नी हां ओदा मुंडा हैप्पी हां बे ओदे नाल काम करदी थी ओदे नाल प्यार प्यूर दा चक्कर थी ओदा ते चक सर रही ओदे नाल फिर तलाक हो गया आ 30 साल उम्रा बेचारी दी है सारा पाल दिया नाले सुख नाल तेरे तो वड्डा सारा कौन है इत्थे देख ला फिर हुण लोक की कहणगे पर लोक को ना की है लोक तो पकाई मार दे ना जदों बिहार तो ले आया थी ना ओदो नहीं थी लोक बोले ना ओदो की फिर लोका ने प्रभाव पट लिया ओ तो गल तेरी ठीक है बंद करे पर साला मान जा नहीं मानदा वो देख इस उम्र जीवन साथी दी लोड़ हुंदी है हैं नरम हत्थां दी नरम नरम पक्कियां खाएगा कत्तब गानियां दे हत्थां वल चाकेगा
जो कन्ना च पैन गए ना झांजा दवाजा तेरी उम्र ता होर कट जू होर जमा जुआ जुआ लगेगा। ठीक है बंद करे चक दे फिर बार च रूड़ी देख ला फिर मुक्कर ना जाई। मैं कहा जमा नहीं मैं एक तोले दी शाम पाऊं फिर देखी ता सही हुन देखी किवें आउंदा नजारा वो देख मैं ता आप जोर से कराते ते कुंजवा तेरा मैं नु बंद ता बचा लण की रे कर फैमिली चार तो तेती फैमिली चार तो तेती सिंदरे नी मैं सदके जामा मेरा टीचक मामा है मेरी नानी दी आखरी निशानी ही मेरे नान के आंदा टिमटमाउंदा चिराग आजा मामा ओ कादा आजा तू ता पट्टी गई लुट्टी गई तू हाय मैं पट्टी गई वे लोगों मैं लुट्टी गई और हाय ना दे जेलदारा हाय बे मेरा जेलदारा ना खानदा ना हाय बे मैं लुट्टी गई ओ पहला पूछता रहा भी मरिया कौन है उई मिस कर करके रोई जानी है पर मामा मरिया कौन है ओए होए ओ पहला सुनता लिया करो ओ मरिया कोई नहीं मम्मी तू ही फ्री दे बैंड पाउन लग जानी आ ओ कोई ना रो लेन दे जे नहीं मरिया ता मरजू मम्मी क्यों फिर फ्री दे बैंड पाई जानी आ पर होया की है मामा ओए होना की सी ओए अपने लाडी दो ते सोरे ने रिश्ता तोड़ता हाय हाय कीदा बेड़ा बह गया ओ तेरे सोरे दा बैठा बेड़ा है ओ थोनू पता नहीं कर दिया नू ओ एक होर ब्याह कराउन लग गया ओ है ओ लैटीच कमामा ओनू किने देनी है कुड़ी चल करा लेन दे चार पांच साल तक मर जूगा विधवा हो जूगी ओ पर हिस्सा ता बुलाऊगी है ये तो मैं सोची नहीं पर आए दस तेनू की मैं पता लग गया ओए होए ओ सारी दुनिया नू पता लग गया थोनू सारे टब्बर नू हाय तक नहीं पता लग गया ओ थोड़े पिंड दे नहीं थां थां ते धक्के खांदी फिरदी कदे ओदा रिश्ता करा दे कदे ओदा रिश्ता करा दे अच्छा अच्छा ओ बंतो बचोलन ले फेर ता गल पक्की है एनु भी कराउंदी सी रिश्ता तेरा बेड़ा बह गया हां अब देख लो लत पावा मेरी विंगी आ पर गल मैं जमा सिद्धी करदा जलेबी अंगू नीमा आ कंजरा करके साडा ब्याह नहीं होना किते मेरी कृपान लिया हैं आज जा मैं नहीं जा बुढ़े दी गंदी लादनी हां बुढ़िया हाँ वे की चलूने लड़ते थोड़े कहलिया मेरा मतलब बापू तेरी वजह करके अपने लाडी दा रिश्ता टूट गया कल मेरा भी टूट सकता है डैडी मेरा हाँ एदा पासे करो ए रब दे रंग किन्ने न्यारे ने किसी दे संजोग टूट रहे ने ते किसी दे संजोग जुड़ रहे ने बापू मैं तेरे संजोगा नू अग ला दू फिकर ना करो इथे निके निके कूर पैदा होंगे निके निके चाचे मैनू लगदा प्यार मेरा आऊगा थोनू सारे टब्बर नू आके खाऊगा मैं मारूं मैं हाय मेरा खून खोल उठ्या ओए सिंदरे पानी पोल दे उत्तों दी लंघ गया हुण मैनू कुछ करना पाऊगा लत भावे प्राउणे मेरी विंगी आ पर गल मैं जमा सिद्धी करदा तेरे पियंगू उरे कन्न कर मैं तुहानू दर्द दसां आपां हैं उरे आओ पता की करना मेरे ना आया करके आया करके बत्ती बुड़ी सारे की करिए ना जाओ मेरे बेलड़ो
ਅੱਜ ਮੈਨੂੰ ਤੁਹਾਡੇ ਬਾਪੂ ਦਾ ਵੱਡਿਆ ਹੋਇਆ ਸਿਰ ਚਾਹੀਦਾ ਓਏ। ਜ਼ਰੂਰ ਮਿਲੂਗਾ। ਜਾਓ। ਚਲੋ। ਆਏ ਆਏ ਆਏ। ਹਾਂ ਇੱਥੇ ਫਿਰਦਾ ਹੋਣਾ। ਦੇਖ ਕੇ ਡਾਂਗ ਮਾਰੀ ਡਾਂਗ ਸਿਰ ਚ ਦੇ। ਮੈਂ ਟੂਣਾ ਕਰਦਾ। ਇੱਧਰ ਦੇ ਹੋ ਜਾਓ ਤੁਸੀਂ। ਪ੍ਰਾਹੁਣਾ ਕੁੱਤਾ ਪੈ ਗਿਆ ਸੀ। ਹਾਂ ਹਾਂ ਚੱਲ ਇੱਧਰ ਦੇਖ ਇੱਧਰ। ਮੈਂ ਟੂਣਾ ਕਰਦਾ। ਇੱਕ ਮਿੰਟ ਮੈਂ ਦੇਖਦਾ। ਚਲੋ 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 ਖਾਲੀ ਨੂੰ ਜਿੱਥੋਂ ਲੈ ਕੇ ਆਇਆ ਉਧਰ ਹੀ ਵਾਪਸ ਕਰ ਦੇ। ਸਾਡੇ ਘਰ ਦੇ ਵਿੱਚ ਚਾਈਨਾ ਦੀਆਂ ਚੀਜ਼ਾਂ ਰੱਖਣ ਦਾ ਰਿਵਾਜ ਨਹੀਂ ਓਏ। ਸਾਰੀ ਦੁਨੀਆ ਜਿਹੜੇ ਮੁਲਕ ਨੇ ਪਰੇਸ਼ਾਨ ਕਰ ਰੱਖਿਆ ਤੂੰ ਉਹਨੂੰ ਘਰੇ ਲੈ ਆਇਆ। ਇਹਨਾਂ ਦੇ ਕਰਕੇ ਲੱਖਾਂ ਲੋਕ ਮਰ ਗਏ ਨੇ। ਜਾ ਬਾਪੂ ਇਸ ਬਿਮਾਰੀ ਨੂੰ ਉੱਥੇ ਹੀ ਛੱਡਿਆ। ਬਾਪੂ ਸਾਰੀ ਦੁਨੀਆ ਨੇ ਚਾਈਨਾ ਦਾ ਬਾਈਕਾਟ ਕਰ ਰੱਖਿਆ। ਉੱਥੋਂ ਦਾ ਕੋਈ ਮਾਲ ਨਹੀਂ ਲੈਂਦਾ ਤੇ ਤੂੰ ਆਹ ਮਾਲ ਲਿਆ ਕੇ ਸਾਡੇ ਖਾਨਦਾਨ ਦੇ ਮੱਥੇ ਮੜਦਾ। ਉਹ ਕੰਜਰ ਦਾ ਪੁੱਤ ਹੈ, ਮਾਲ ਨਹੀਂ ਤੁਹਾਡੀ ਦਾਦੀ ਆ ਸਾਲਿਓ। ਸ਼੍ਰੀਮਤੀ ਸੂਜੀ ਕੌਰ ਸੰਧੂ। ਚਲੋ ਤੇਰੇ ਹੱਥ ਲਾਇਆ ਕਰੋ ਇਹਦੇ। ਤੇਰੀ ਸੂਜੀ ਦੀ ਐਸੀ ਦੀ ਤੈਸੀ ਹੈ। ਪਹਿਲਾਂ ਤੂੰ ਘਰੇ ਭਈਆ ਰਾਣੀ ਲਿਆ ਕੇ ਬਾੜਤੀ, ਇੰਨੀਆਂ ਫੈਮਿਲੀਆਂ ਦੇ ਵਿੱਚ ਸੁਧਰਿਆ ਰਿਹਾ, ਹੁਣ ਫੇਰ ਆ ਕੇ ਉਹੀ ਕਰਤੂਤ ਕਰਤੀ। ਹੁਣ ਜੇ ਇਹਨੂੰ ਅੰਦਰ ਲਿਆ ਕੇ ਬਾੜਿਆ ਨਾ ਤੈਂ, ਤਾਂ ਮੈਂ ਇਹਦੇ ਟੋਟੇ 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 ਕਰ ਦਿਆਂਗਾ। ਮੈਂ ਵੀ ਜੈਲਦਾਰਾਂ ਦੀ ਧੀ ਹੈ। ਓਏ ਕੁੜਮਾ, ਕਿਤੇ ਇਹ ਨਾ ਹੋਵੇ ਮੈਂ ਰਿਸ਼ਤੇਦਾਰੀ ਭੁੱਲ ਜਾਵਾਂ ਤੇ ਤੇਰੀ ਆ ਹਰਕਤ ਤੇਰੇ ਡੱਕਰੇ ਡੱਕਰੇ ਕਰ ਦਿਆਂ। ਲੱਤ ਭਾਵਾਂ ਮੇਰੀ ਵਿੰਗੀ ਆ, ਪਰ ਗੱਲ ਮੈਂ ਜਮਾਂ ਸਿੱਧੀ ਕਰਦਾ ਹੁੰਨਾ। ਤੂੰ ਕੌਣ ਹੁੰਨਾ ਮੈਨੂੰ ਰੋਕਣ ਵਾਲਾ? ਕੁੜਮਾਲ ਦੀ ਥਾਂ ਤੇ ਬਿਲਕੁਲ ਸਹੀ ਆ, ਬਣੇ ਫਿਰਦੇ ਆ। ਰੁਕ ਜਾ ਬਾਪੂ, ਬਹੁਤ ਬਰਦਾਸ਼ਤ ਕਰ ਲਿਆ, ਫਿਰ ਹੁਣ ਕੀ ਕਰ ਲੇਗਾ? ਬਹੁਤ ਬੇਇੱਜ਼ਤੀ ਹੋ ਗਈ, ਪੂਰੇ ਇਲਾਕੇ ਚ ਤੈ ਸਾਡੀ ਨੱਕ ਕਟਾ ਦਿੱਤੀ, ਮੈਂ ਤੇਰਾ ਵੀ ਗਲਾ ਦਬਾ ਦੂੰਗਾ ਭਾਬੀ। ਕੀ ਲੱਗੀ ਓਏ? ਦਾਦੀ ਦਾਦੀ ਭਾਬੀ ਸਾਲੇ ਮੰਮੀ। ਹਾਂ ਮੰਮੀ ਮੇਰੀ ਗੱਲ ਸੁਣਨਾ ਬਾਪੂ, ਬਹੁਤ ਬਰਦਾਸ਼ਤ ਹੋ ਗਿਆ ਬਾਪੂ। ਓਏ ਉਹ ਬਾਪੂ ਪਾਸੇ ਹੱਟ ਜਾਓ, ਤੈ ਸਾਡੀ ਨੱਕ ਕਟਾਤੀ ਓਏ, ਅਸੀਂ ਮਾਰਦੇ ਓਏ, ਉਹ ਮੈਂ ਤੁਹਾਨੂੰ ਮਾਰ ਦੂਆ ਦੋਨਾਂ ਨੂੰ। ਓ ਮੇਰੀ ਕਿਰਪਾਨ ਲੈ ਨੀ ਗਏ ਸਾਲੇ। ਆ ਜਾ ਸੂਜੀ, ਇਹ ਸਾਲੇ ਕੁਝ ਨਹੀਂ ਕਰ ਸਕਦੇ, ਫੜਾ ਹੀ ਮਾਰ ਸਕਦੇ ਨੇ। ਚਾਚੀ ਹਾਏ ਨੀ, ਚਾਚੀ ਚਾਚੀ ਮੇਰੀ ਗੱਲ ਸੁਣ। ਚਾਚੀ ਨੀ ਮੈਂ ਡਰ ਗਈ, ਕੀ ਗੱਲ ਹੋ ਗਈ? ਚਾਚੀ ਪਿੰਡ ਚ ਤਾਂ ਬੜਾ ਹੀ ਵੱਡਾ ਰੌਲਾ ਪੈ ਗਿਆ। ਨੀ ਕੀ ਹੋ ਗਿਆ? ਨੀ ਖੱਲੇ ਬੁੜੇ ਨੇ ਦੂਜਾ ਵਿਆਹ ਕਰਵਾ ਲਿਆ। ਬੂ ਨੀ ਉਹ ਤਾਂ ਕੰਜਰ ਦੇ ਪੋਤੇ ਵਿਆਹ ਵਾਲੇ ਸੀ। ਹੋਰ ਲਾਡੀ ਦਾ ਵਿਆਹ ਧਰਿਆ ਸੀ, ਜਵਾਬ ਦੇਤਾ ਬੁੱਢਾ ਘੋੜਾ ਲਾਲ ਲਗਾਵਾਂ। ਨੀ ਇਹਨੂੰ ਕਿਨੇ ਰਿਸ਼ਤਾ ਕਰਾਤਾ? ਨੀ ਬੰਤੋ ਬਾਰਾਂ ਤਾਲੀ ਜਨਾਨੀ ਆ, ਹਰਾਂਬੜ ਨੂੰ ਪੈਸੇ ਤੋਂ ਇਲਾਵਾ ਹੋਰ ਚਾਹੀਦਾ ਹੀ ਕੀ ਆ? ਨੀ ਆ ਕੋਈ ਉਮਰ ਆ ਵਿਆਹ ਕਰਾਉਣ ਦੀ? ਇਹ ਉਮਰ ਤਾਂ ਰੱਬ ਦਾ ਨਾਂ ਲੈਣ ਦੀ ਹੈ, ਉਹੀ ਸਠਿਆਇਆ ਪਿਆ ਬੁੜਾ। ਚਾਚੀ ਪੂਰੇ ਲਾਣੇ ਨੇ ਤਾਂ ਸ਼ਰਮ ਘੋਲ ਕੇ ਪੀ ਰੱਖੀ ਹੈ। ਨੀ ਪਹਿਲਾਂ ਰੂਪ ਨੇ ਥੋੜੀ ਬਦਨਾਮੀ ਕਰਾਈ ਸੀ, ਨੀ ਹੁਣ ਤੂੰ ਦੇਖੀ ਇਹਨਾਂ ਦੇ ਘਰੇ ਤਾਂ ਨਿੱਤ ਡਰਾਮੇ ਹੋਣਗੇ। ਆਇਓ ਮੇਰਾ ਚੰਨ ਮੱਖਣਾ ਓਏ, ਮਲਾਈ ਦੇ ਡੂਨਿਆ ਓਏ, ਦੁੱਧ ਤੋਂ ਵੀ ਚਿੱਟੀ। ਬੰਤੋ ਭਾਵੇਂ ਆਪ ਕਾਲੀ ਹੈ ਪਰ ਮੇਰੀ ਕਿਸਮਤ ਚ ਚਿੱਟੀ ਜਮਾ ਚੰਦ ਵਰਗੀ। ਹਾਏ ਮੇਰਾ ਜੀ ਕਰਦਾ ਮੈਂ ਤੈਨੂੰ ਖਾ ਜਾ ਮੇਰੇ ਗੋਲ ਗੱਪਿਆ ਮੇਰੀ ਸੂਜੀ। ਹਾਏ 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 ਮੈਂ ਤੈਨੂੰ ਦੱਸਾਂ।
एक मिनट, कोई आया है? अभी आता हूँ। ओके। केड़ा, हुन केड़ा आ गया? हाँ? बापू, चार्जर। किथे है? ओपिया। पहले नहीं सिल जाया जंदा? कंजर दे के मैं स्वाद खराब करना आगे। उधर की देखता ले फड़। जानना? बड़ा आया बहु वाला। आ गया बस, दो मिनट। अद्धी रात नू आखे मैंने चार्जर दे दे। फिर आगे, एक मिनट, हूँ ही आता हूँ। ओए हूँ केड़ा आ गया? साले रामगढ़ा करन दिंदे है। बापू, इतने मेरी। हाँ, किथे? इतनी भैया के देख ला। ओ भैया, उधर चक मार। बच जा हूँ ना। साले दादी दे जाए। साले टिकट नहीं देंदे। ये लात बहुत गंदी है, तेरे को नहीं पता इन्हां दे बारे। साले बने ने फाइलां दे। फाइल ना होए, हुण केड़ा आ गया यार? हां, केड़ा मर गया हुण? हां, हुण की हो गया? बापू, इत्थे मेरी ना जुत्ती पई सी। ओ तू तड़के ले जी जुत्ती नु, हुण तू दस। लगे पैरी फिर तां कमाल दी गल है। तू पानी दी बारी चलने? नहीं, मैनू जुत्ती चाहिदी। ओ ओ ओ, मम्मी दे सैंडलां दे नाल पई। चल तू इत्थे खड़, मैं लिया ना। कंजर दे पुत्ता नु अज ही सारा कुछ याद आ रहा है। साले बने ने जुत्ती लेने वाले होर। आ चक, चल चल। ओए बक जा हुण, भाई काली है तैनू। कंजर दे, ओए हुण की हो गया? जुते ना खा लियो, हुण ना आयो कोई। कंजर दे, फिर आ गया। ओ बापू जी, इत्थे ओ मां चाह पानी हैगी? चाह पानी? ओए चाह पत्ती मेरी ये माता, रसोई चार सोई च इत्थे नहीं हैगी। ओहो, मैं तो कहनी है ना, कई बार कुत्ता विला लेना। चाह तड़के करनी है कि हुणे करनी हैगी? ओ करनी तो तड़का ही है ना। ओ तू जा भाई, जा जा जा, चंगा चंगा। मत्था टेकदा। होर कोई रहिंदा? मर लो जिन्हें मरना हुण। कंजर दे ना हुण। ओए हुण तू क्यों सिर फड़ के बैगी? आ गया मैं। यार साडा तो टब्बरे बहुत भैड़ा है। मेरे सारे गोली मार दू जे हुण आयो कोई। मैं लाइट बंद करके आना। आए हाय, अज खुशियां मनाइया जान गिया। हां बुग्गे, बुग्गे करदा। चंगा बुग्गे, लव यू। ओके, मैं नहीं करदा। क्यों ओए, केड़ी ना लग गया ब्याह? ओ तू छड्ड यार, किवें लगी फिर? तो किथे, मैं जदों देखिया मैनू देख के तां कुछ कर लिया उहने। अच्छा यार, वैसे चाइना दे माल दी गारंटी नहीं हुंदी, तू फिकर ना कर। आ करोना वी तां साला चाइना दा सी, इह किथे चला गया? यार वैसे भोला चाचा वधिया रह गया, कनेडा चला गया, हुण अपने व्याह दी पूरी आस आ। और यार मैं भी उन्हीं आ गया, उत्थे रहंदा सवाल लैंदा। यार तू क्यों मुड़ के आया? तू तो उधर ही व्याह करा लैंदा। की करां, मां नहीं मन्नी अपनी, कहंदी आ जा कुड़ी देखी है तेरे वास्ते। एक बारी लॉकडाउन खुले आन दे रुद्दू, जे कदे बुढ़े ते शक्ल भी देख गया तां नहीं। यार व्याह दी उम्र अपनी आ, दादा सुहाग रात मनाई जांदा। ओए पै जा ओए, मेरा तां दिमाग खराब कीता पिया। ओ यार भैण देने दी नींद किथे आउंदी आ, मैं तां गल करदा यार। हां बुग्गे, ठीक हो तुसी? फैमिली 433, फैमिली 433, हुणे आउणे हासे छेती, असीं बड़े दिलां दे पेती। सुजी डार्लिंग, हाय हाय योगा मास्टर मी। आ डड्डूआं दा हो गया सूप तैयार, थोड़ा जिहा गाढ़ा रखा के पतली रखा। हाय देखता सही,
ਕਿਵੇਂ ਟੇਡੇ ਮੇਡੇ ਅਸ਼ਕਨ ਕਰਦੀ ਹੈ। ਲੈ ਫੜ ਓਏ ਸੁੰਗ ਸੁੰਗ ਹੈ। ਓ ਬਾਪੂ ਸ਼ਰਮ ਮੰਨ ਓਏ, ਜਮਾ ਜਮਾ ਸ਼ਰਮ ਘੋਲ ਕੇ ਖਰ ਕੇ ਮੈਨੂੰ ਤਾਂ ਉਲਟੀ ਆਉਂਦੀ ਆਏ ਜੱਡੂਆਂ ਦਾ ਸੂਪ ਦੇਖ। ਮੇਰੇ ਸਾਲੇ ਨੂੰ ਹੁਣ ਡੱਡੂਆਂ ਦੇ ਸੂਪ ਚੋਂ ਮੁਸਕਾਉਣ ਲੱਗ ਗਿਆ, ਕੱਲ ਨੂੰ ਤੁਹਾਨੂੰ ਪਿਓ ਚੋਂ ਮੁਸਕਾਉਣ ਲੱਗ ਜੂ। ਆ ਮੁੰਡਿਓ ਤੁਸੀਂ ਇੱਥੇ ਖੜੇ ਕੀ ਦੇਖੀ ਜਾਂਦੇ ਹੋ, ਚਲੋ ਅੰਦਰ ਖੁੜ ਜਾ ਮੰਮੀ। ਕੁੜਮਾ ਹਾ ਪੀ ਕੇ ਭਾਵਾਂ ਬੰਦਾ ਪਤਲਾ ਹੋ ਜਾਂਦਾ। ਲੈ ਕੌਲੀ ਪੀ ਲੈ, ਲੈ ਕੌਲੀ ਚੱਕੇ ਚੱਲ। ਤੈਨੂੰ ਕੀ ਹੋ ਗਿਆ, ਆਪਦਾ ਸਾਰਾ ਸਮਾਨ ਚੱਕ ਕੇ ਜਾ ਮੋਟਰ ਤੇ ਲੈ ਜਾ, ਸਾਡੇ ਘਰੇ ਇਹ ਸਭ ਕੁਛ ਨਹੀਂ ਬਣੂਗਾ। ਤੁਸੀਂ ਘਰ ਦੇ ਸਾਲੇ ਲੱਗਦੇ ਹੋ। ਬਾਪੂ ਮੈਂ ਤੈਨੂੰ ਕਹਿਤਾ ਇਹ ਬਾਦਰੀ ਇੱਥੇ ਨਹੀਂ ਰਹੂਗੀ, ਇੱਥੇ ਅਸੀਂ ਰਹਾਂਗੇ। ਸਿੰਦਰੇ ਜਲਦੀ ਆ ਜਾ, ਅੱਜ ਨਹੀਂ ਛੱਡਣਾ ਬਾਪੂ ਨੂੰ। ਸਿੰਦਰੇ ਜਲਦੀ ਆ ਜਾ, ਇੱਕ ਮਿੰਟ ਬਾਪੂ ਖੜ ਜਾ। ਸਿੰਦਰੇ ਆ ਜਾ ਛੇਤੀ, ਖੜ ਜਾ ਖੜ ਜਾ, ਆ ਗਈ ਆ ਗਈ, ਖੜ ਜਾ। ਓਏ ਕੰਜਰ ਦੇ ਪੁੱਤ ਚੱਲ 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 ਨਿਕਲ ਨਿਕਲ ਬਾਹਰ, ਚੱਲ ਨਿਕਲ ਨਿਕਲ ਬਾਹਰ, ਚੱਲ ਚੱਲ ਬਾਹਰ ਬਾਪੂ। ਫੈਮਿਲੀ 433 ਫੈਮਿਲੀ 433 ਸੋ ਸਵੀਟ। ਤੂੰ ਜੱਟ ਨਾਲ ਵਿਆਹ ਕਰਾਇਆ, ਕਿਸੇ ਮਲੰਗ ਨਾਲ ਨੀ ਕਰਾਇਆ, ਆ ਦੇਖ ਬਣ ਗਏ ਨਾ ਡੱਡੂ। ਸੋ ਯਮੀ, ਆਈ ਬਣਾਉਣਾ ਮੈਂ, ਮੇਰੇ ਬਣਾਏ ਹੋਏ ਤਾਂ ਚਿਕਨ ਮੀਟ ਪਤਾ ਨੀ ਕੀ ਕੁਛ, ਤੂੰ ਕਿਹੜਾ ਖਾ ਕੇ ਤਾਂ ਦੇਖੀ ਹਲੇ, ਕੱਲ ਨੂੰ ਸੱਪ ਬਣਾਵਾਂਗੇ ਕਰਕੇ ਆਇਆ ਜਿਵੇਂ ਜੋਗੀ ਨਾਲ ਗੱਲ ਹੈ। ਆ ਦੇਖ ਤਬਾਦ ਸ਼ਾਬਾਸ਼, ਮੈਂ ਤਾਂ ਕੱਲ ਨੂੰ ਇਹਨਾਂ ਦਾ ਵੀ ਮੀਟ ਬਣਾ ਲੂੰ, ਇਹਨਾਂ ਦਾ ਵੀ ਮੀਟ ਬਣਾ ਲੂੰ ਮੈਂ ਤਾਂ ਕੱਲ ਨੂੰ। ਇੱਕ ਸਮਝਦੇ ਕੀ ਨੇ ਆਪਦੇ ਆਪ ਨੂੰ। ਓਕੇ ਯੂ ਆਰ ਸੋ ਸਵੀਟ ਬੇਬੀ, 15 ਮਿੰਟ ਹੋਰ ਲਾ ਦੇ, ਆਹ ਜਿਹੜੀ ਕਰਦੀਆਂ ਟਪੂਸੀਆਂ ਜਿਵੇਂ ਮਾਰਦੀ, ਉਦੋਂ ਬਾਅਦ ਤੈਨੂੰ ਵਧੀਆ ਬਣਾ ਕੇ ਖਵਾਉਂਦਾ। ਚਮਗਿੱਦੜ ਦਾ ਸੂਪ ਵੀ ਪੀਂਦੀ ਨੀ, ਮੂੰਹ ਨੀ ਮੈਨੂੰ ਤਾਂ ਸੂਕ ਆਉਂਦੀ। ਫਿਰ ਇਹ ਬਿਮਾਰੀ ਚੀਨੀਆਂ ਨੇ ਫੈਲਾਈ ਆ, ਤਾਂ ਹੀ ਤਾਂ ਸਾਰਾ ਸੰਸਾਰ ਦੁੱਖ ਭੋਗ ਰਿਹਾ। ਆਪਾਂ ਨੂੰ ਤਾਂ ਨਾ ਲੈ ਤੀ ਸੂਗ ਆਉਂਦੀ ਹੈ, ਨੀ ਜਿੰਨਾ ਦੇ ਘਰੇ ਰਹਿੰਦੀ ਹੋਊ ਨੀ ਉਹਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ। ਚਲੋ ਚੱਲੀਏ, ਨੀ ਉਹਨਾਂ ਲੁੰਡਰਾਂ ਦਾ ਕੀ ਹੈ। ਸਾਰਾ ਫ੍ਰਿਜ ਡੱਡੂਆਂ ਤੇ ਚਮਕਦੜਾਂ ਨਾਲ ਭਰਿਆ ਪਿਆ, ਮਾਰਤੇ ਉਹ ਅਸੀਂ ਖਾਨਦਾਨੀ ਮਾਮੇ ਹੁਣ ਆ ਕੁਛ ਖਾਵਾਂਗੇ। ਆ ਗਿਆ, ਮੈਨੂੰ ਗੁੱਸਾ ਆ ਗਿਆ। ਓ ਨਾ 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 ਨਾ, ਓ ਮਾਮਾ ਓ ਬਲੱਡ ਨਾ ਵਧਾਈ, ਤੇਰਾ ਤਾਂ ਗੁੱਸਾ ਪਹਿਲਾਂ ਹੀ ਖਤਰਨਾਕ ਹੈ। ਸੂਪ ਦੇ ਵਿੱਚ ਨਾ ਨੀਲਾ ਥੁੱਥਾ ਮਿਲਾ ਦੇ, ਉਹਦੇ ਸੂਪ ਦੇ ਵਿੱਚ ਨਾ ਫੈਵੀਕੋਲ ਮਿਲਾ ਦੇ, ਭਾਂਗਰ ਲਾ ਦੇ, ਤੇਜ਼ਾਬ ਪਾ ਦੇ। ਨਾ ਨਾ ਮਾਮਾ, ਇਹਦੇ ਵਿੱਚ ਤਾਂ ਆਪਾਂ ਸਾਰੇ ਫਸ ਜਾਵਾਂਗੇ। ਉਹ ਨਹੀਂ, ਆਪਾਂ ਕਹਿ ਦਾਂਗੇ ਕੋਈ ਗਲਤ ਜਾਨਵਰ ਖਾ ਗਈ ਤਾਂ ਮਰ ਗਈ। ਨਹੀਂ ਮਾਮਾ, ਇਹ ਤੋਂ ਪਹਿਲਾਂ ਪਾਣੀ ਸਿਰਾਂ ਤੇ ਨੂੰ ਲੰਘੇ, ਤੂੰ ਕੋਈ ਹੋਰ ਸਕੀਮ ਦੱਸ। ਆ ਗਈ ਸਿੰਦਰੇ, ਸਕੀਮ ਆ ਗਈ। ਕੀ ਸਕੀਮ ਹੈ? ਕੰਡ ਕਰ ਮਾਮਾ, ਇਹ ਤਾਂ ਬਾਹਲੀ ਗੰਦੀ ਸਕੀਮ ਹੈ, ਇਹ ਨੀ ਮੈਂ ਨੀ
तेरे मामे को स्कीमा दा घाटा मटिया रे कन का कर देंगे। हाँ, ठीक है। अलात पामे मेरी विंगिया, पर कल मैं जमा सिद्धियों करता, जलेबी वर्गी। आय हाय बहुत स्वाद बना के ले आया, बड़ी मेहनत नाल चम गिद्दड़ा दा सूप। ओ वाओ। हाँ देख, तेरे वास्ते मैं चम गिद्दड़ा दा सूप बना के ले आया। तुसी ये कित्थे लेके आए? ਸਾਡੇ ਪਿੰਡ ਦੇ ਵਿੱਚ ਨਾ ਇੱਕ ਖੰਡਰ ਹੈ, ਉਹ ਖੰਡਰ ਦੇ ਵਿੱਚ ਚਮਗਿੱਦੜੀ ਚਮਗਿੱਦੜ ਨੇ। ਇਹ ਤਾਂ ਕੁਛ ਵੀ ਨਹੀਂ, ਜੇ ਤੂੰ ਆਖੇ ਮੈਂ ਤੇਰੇ ਵਾਸਤੇ ਚਿੜੀਆਂ ਦਾ ਦੁੱਧ ਵੀ ਲੈ ਆਵਾਂ। ਹਾਈ ਡਾਰਲਿੰਗ, ਯੂ ਆਰ ਸੋ ਸਵੀਟ। ਓਏ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ। ਤੂੰ ਐਂ ਦੱਸ, ਕੱਲ ਨੂੰ ਕੀ ਬਣਾਵਾਂ? ਕੋਬਰੇ ਦਾ ਸੂਪ। ਯੂ ਨੋ, ਕੱਲ ਤੈਨੂੰ ਮੈਂ ਕੋਬਰੇ ਦਾ ਸੂਪ ਬਣਾਉਣਾ ਦੱਸੂੰਗੀ। ਕੋਬਰੇ ਦਾ ਸੂਪ? ਨਾ, ਉਹਦੇ ਵਿੱਚ ਜ਼ਹਿਰ ਨਹੀਂ ਹੁੰਦਾ, ਉਹ ਤਾਂ ਸਿਰ ਚ ਹੁੰਦਾ। ਅੱਛਾ, ਉਹ ਸਿਰੀ ਤੁਸੀਂ ਕੱਢ ਦਿੰਦੇ ਹੋ? ਓਏ ਹੋਏ, ਮੈਂ ਤੇਰੇ ਵਾਸਤੇ ਕੋਬਰੇ ਦਾ ਮੀਟ YouTube ਤੋਂ ਬਣਾਉਣਾ ਸਿੱਖ ਲੂੰਗਾ। ਤੁਸੀਂ ਮੈਨੂੰ ਕਿੰਨਾ ਲਵ ਕਰਦੇ ਹੋ। ਪਿਆਰ ਤਾਂ ਮੈਂ ਤੈਨੂੰ ਬਹੁਤ ਕਰਦਾ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੈਨੂੰ ਪਿਆਰ ਕੀਤਾ। ਬਸ ਹੁਣ ਤੂੰ ਕੋਈ ਕੰਮ ਨਹੀਂ ਕਰਨਾ, ਬਸ ਸਾਰਾ ਦਿਨ ਆਰਾਮ ਨਾਲ ਮੰਜੇ ਦੇ ਉੱਤੇ ਪੈਰ ਰੱਖ ਕੇ ਬੈਠੀ ਰਹਿਣਾ, ਪੈਰਾਂ ਨੂੰ ਮੈਲ ਨਹੀਂ ਲੱਗਣ ਦੇਣੀ। ਹਾਂ, ਤੇਰੀ ਤਾਂ ਮੈਂ ਮੰਜੇ ਤੇ ਬੈਠੀ ਦੀ ਸੇਵਾ ਕਰੂ ਮਹਾਰਾਣੀਆਂ ਵਾਂਗੂ। ਆ ਤਾਂ ਸੂਪ ਤਾਂ ਕੁਛ ਵੀ ਨਹੀਂ, ਮੈਂ ਤਾਂ ਸੂਪ ਬਹੁਤ ਸਵਾਦ ਬਣਾਇਆ ਕਰੂ। ਆ ਲੈ ਕਰ ਟੇਸਟ। ਸੋ ਯਮੀ। ਓਏ ਮੈਂ ਵੀ ਪੀ ਕੇ ਦੇਖਦਾ। ਓਏ ਮੈਂ ਕੱਲ ਨੂੰ ਪੀਊਂਗਾ, ਕੱਲ ਨੂੰ ਪੀਊਂਗਾ। ਲੈ ਤੂੰ ਪੀ ਲੈ। ਇਟਸ ਡਿਲੀਸ਼ੀਅਸ। ਬਾਹਰ ਨਿਕਲ, ਤੂੰ ਸਾਨੂੰ ਬਰਬਾਦ ਕਰਕੇ ਰੱਖਤਾ। ਨਾ ਕੀ ਗੱਲ ਵਾ, ਕਿਵੇਂ ਤੜਕਾ ਤੜਕਾ ਸੰਗ ਪਾੜਿਆ ਇੱਥੇ? ਮੇਰੀ ਗੱਲ ਸੁਣ, ਉਹ ਚੀਨ ਨੂੰ ਜਿੱਥੋਂ ਲੈ ਕੇ ਆਈਆਂ ਉੱਥੇ ਛੱਡ ਕੇ ਆ। ਲੈ ਵਿਕਿਆ ਮਾਲ ਕਦੇ ਵਾਪਸ ਨਹੀਂ ਹੁੰਦਾ, ਹੁਆ ਨਾਲੇ ਚਾਈਨਾ ਦੇ ਮਾਲ ਦੀ ਕੋਈ ਗਾਰੰਟੀ ਨਹੀਂ। ਵਿਆਹ ਕੀਤਾ ਵਿਆਹ, ਉਹ ਤੂੰ ਆਪਦੇ 50,000 ਦੀ ਖਾਤਰ ਸਾਡੀ ਇੱਜ਼ਤ ਮਿੱਟੀ 'ਚ ਰੋਲ ਕੇ ਰੱਖਦੀ। ਮੇਰਾ ਤਾਂ ਬਿਜ਼ਨਸ ਹੀ ਆ। ਆ ਮੈਨੂੰ ਪਤਾ ਤੇਰੇ ਬਿਜ਼ਨਸ ਦਾ, ਕਿਹੜਾ ਬਿਜ਼ਨਸ ਕਰਦੀਆਂ ਤੂੰ? ਤੀਵੀਆਂ ਸਪਲਾਈ ਕਰਦੀਆਂ, ਤੀਵੀਆਂ ਵੇਚਦੀਆਂ ਤੂੰ? ਵਾ ਕੀ ਕਹਿੰਦਾ ਵੇ ਬਿੱਲਿਆ, ਵਿਆਹ ਦੱਸ ਜਰੀਏ ਕਿ ਤੂੰ ਤਨ ਗਾਉਣ ਨਹੀਂ ਜਾਣਦਾ ਹੈ? ਕਿਹੜੀ ਤੇ ਮਿੰਤਾ ਤੂੰ ਸਿੱਤਰ ਨਹੀਂ ਖਾਦੇ? ਜਾਣਦਿਆਂ ਤੈਨੂੰ ਵੱਡੀ ਸਤੀ ਸੁਬਿੱਤਰੀ ਨੂੰ ਗੋਲੂ ਵਿਖਾਣ ਤੂੰ ਲੁੱਟ ਕੇ ਖਾ ਗਈ। ਮਾਰ ਕੋ ਅੰਦਰ ਦੱਬ ਤੂੰ ਭੈਣ ਦੇ ਖਾਸ ਮਾਰੂ ਕਰਦਾ ਕੀ ਹੈ? ਤੈਨੂੰ ਤੇ ਚੀਨ ਨੂੰ ਨਾ ਚੀਨ ਦਾ ਬਾਰਡਰ ਟਪਾ ਕੇ ਆਵਾਂਗੇ। ਜੇ ਇੰਨੀ ਅਣਖਾ ਰਹੇ ਹੋ ਨਾ, ਤਾਂ ਆਪਦੇ ਬੁੜਦਾ ਜਾ ਕੇ ਗੋਟਾ ਲਾਹੋ ਗੋਟਾ। ਨਾ ਮੇਰੀ ਗੱਲ ਸੁਣਨੀ, ਉਹ ਬਿਮਾਰੀ ਤਾਂ ਸਾਡੀ ਪੱਲੇ ਪਾਉਣੀ ਸੀ, ਜਿਉਂਦੇ ਜਾਨਵਰਾਂ ਨੂੰ ਖਾ ਜਾਂਦੇ ਜਿਹੜੀ। ਤੂੰ ਦੇ 50,000, ਤੈਨੂੰ ਕਰਾ ਦਿੰਦੀ ਹਾਂ ਟੋਪ ਦਾ ਰਿਸ਼ਤਾ 50,000 ਚ। ਤੇ ਹੋਰ 50 ਚ ਆ ਜਾਂਦੀ ਹੈ ਬਿਲਕੁਲ। ਆ ਤਾਂ ਗੱਲ ਹੀ ਬਣ ਗਈ ਫੇਰ। ਓਏ ਆਪਾਂ ਇੱਥੇ ਲੜਨ ਆਇਆ? ਖੂਨ ਪੀ ਜਾਗਾ ਤੇਰਾ, ਖੂਨ ਪੀ ਜਾਗੇ ਅਸੀਂ ਤੇਰਾ। ਹੈ ਵੱਡੀ ਆਈ ਆ, ਹੈ ਅੱਜ ਦਾ ਗਾਟਾ ਲਾ ਕੇ ਜਾਵਾਂਗੇ। ਓ ਪੰਜ ਆ ਜਾਓ, ਕੋਈ ਫਾਇਦਾ ਨਹੀਂ, ਮੈਂ ਲਾੜਾ ਸਾਹਿਬ ਉਹ ਔਰਤਾਂ ਦੀ ਥਾਂ ਤੇ ਬਿਲਕੁਲ ਸਹੀ ਆ। ਆ ਜਾਓ, ਚਲੋ ਚਲੋ ਮੋੜੋ 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 ਚਲੋ 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 ਹੀ ਜਨਾਨੀ ਦੇ ਮੂੰਹ ਨਹੀਂ ਲੱਗੀ ਨਾ ਹੁੰਦਾ। ਚਲੋ 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 ਆ ਜਾਓ, ਆ ਜਾਓ। ਤੂੰ ਸਹੀ ਆ, ਮੈਂ ਲਾੜਾ ਸਾਹਿਬ ਤੇਰਾ। ਆ ਦੇਖੋ ਵੀ ਮੈਂ ਕਹਿੰਦਾ ਵੀ ਬੰਤੋ ਦਾ ਦੇ ਵਿੱਚ ਕੋਈ ਕਸੂਰ ਨਹੀਂ, ਉਹਦੀ ਵਿਚਾਰੀ ਦੀ ਦੁਕਾਨਦਾਰੀ ਆ। ਆ ਫੁੱਦੂ ਜਿਹਾ ਸਕੀਮਾਂ ਤੇ ਕੋਲੇ ਰੱਖਿਆ ਕਰ, ਸਮਝ ਗਿਆ? ਓਹੋ ਬਈ, ਤੁਹਾਡੇ ਜਾਣ ਤੋਂ ਬਾਅਦ ਮੈਂ ਸੋਚਿਆ ਵੀ ਬੰਤੋ ਵਿਚਾਰੀ ਬਿਲਕੁਲ ਸਹੀ ਆਪਦੀ ਥਾਂ ਤੇ। ਅੱਛਾ, ਜੇ ਸਾਡੇ ਚ ਕੋਈ ਮਰ ਜਾਂਦਾ ਫੇਰ? ਪੁੱਤਰ ਫੇਰ ਵੀ ਮੈਂ ਇਹੀ ਗੱਲ ਕਹਿਣੀ ਸੀ ਵੀ ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ, ਨਾ ਵਿਚਾਰੀ ਬੰਤੋ ਦਾ ਕਸੂਰ ਆ। ਵੈਸੇ ਕੀ ਗੱਲ ਆ, ਕਸੂਰ ਮੇਰਾ ਵੀ ਕੋਈ ਨਹੀਂ। ਨਾ ਨਾ ਮਾਮਾ, ਹੈਗਾ ਤਾਂ ਦਾਦਾ ਸਾਡਾ, ਗਲਤੀ ਆ। ਓਏ ਹੋਏ, ਓਏ ਤੁਹਾਡੀ ਮਾਂ ਉਹਨੂੰ ਟਾਈਮ ਨਾਲ ਰੋਟੀ ਨਹੀਂ ਸੀ ਦਿੰਦੀ, ਤੁਹਾਡੇ ਦਾਦੇ ਨੂੰ ਕੋਈ ਤੱਤੀ ਚਾਹ ਕੋਈ ਪਾਣੀ ਨਹੀਂ ਸੀ ਫੜਾਉਂਦੀ। ਹੈ ਬਈ, ਗ੍ਰਹਿਆਂ ਦੇ ਮੁਤਾਬਕ ਨਾ ਕੈਲਾ ਆਪਦੀ ਥਾਂ ਤੇ ਬਿਲਕੁਲ ਸਹੀ ਆ। ਆ ਸਾਰੀ ਪੌੜੇ ਦੀ ਜਾਨ ਨਾ ਚਮਕਿੱਦੜਾ ਦਾ ਸੂਪ ਪੀਣੀ ਹੈ। ਬਿਲਕੁਲ ਗਲਤ ਆ, ਉਹ ਬਗਾਨੇ ਮੁਲਕ ਦੇ ਵਿੱਚ ਉਹ ਚੀਨਨ ਨੂੰ ਵਿਚਾਰੇ ਨੂੰ ਸਾਰੇ ਦੀ ਲੋੜ ਸੀ, ਪੈਸੇ ਦੀ ਲੋੜ ਸੀ, ਸਾਰਾ ਮਿਲਿਆ ਉਹਨੂੰ ਕਿਹੜਾ? ਆ ਤੁਹਾਡਾ ਬੁੜਾ ਫੜੂਸ, ਅਚੀਨਨ ਆਪਦੀ ਥਾਂ ਤੇ ਵਿਚਾਰੀ ਬਿਲਕੁਲ ਸਹੀ ਆ। ਉਹ ਫੇਰ ਗਲਤ ਕੌਣ ਹੈ? ਗਲਤ ਕੌਣ ਹੈ? ਓਏ ਇਹੀ ਤਾਂ ਮੈਂ ਸੋਚੀ ਜਾਨਾ। ਉਹ ਮੈਨੂੰ ਐ ਦੱਸ, ਤੇਰੀ ਕੋਈ ਸਕੀਮ ਪਾਸ ਹੋਈ ਹੈ ਕਿ ਨਹੀਂ? ਓਏ ਉਹ ਲੱਤ ਪਵਾ ਮੇਰੀ ਵਿੰਕੀ ਆ, ਪਰ ਗੱਲ ਮੈਂ ਜਵਾਂ ਸਿੱਧੀ ਕਰਦਾ। ਓ ਟੀਚਕ ਮਾਮਾ, ਤੂੰ ਸਿਰਫ ਭੌਂਕਣਾ ਜਾਣਦਾ। ਤਾਂ ਮੈਨੂੰ ਇਹ ਕੁਝ ਕਰਨਾ ਪਊ। ਚਾਲੀ ਚੁੱਲਾ ਛੇਤੀ ਵਿਹਲਾ ਕਰ, ਸੁੱਜੇ ਮੂੰਹ ਵਾਲੀਏ।
ਨਾਲੇ ਗੱਲ ਸੁਣ, ਜੇ ਆਹੀ ਗੰਦ ਬਲਾ ਖਾਣੀਆਂ ਨੇ ਤਾਂ ਆਪਣੀ ਟਿੰਡ ਫੋੜੀ ਬਾਹਰ ਲੈ ਘਰੇ ਲੈ ਜਾਓ ਚੱਕ ਕੇ। ਕਿੱਥੇ ਘਰ ਨੂੰ ਹੱਡਾ ਰੋੜੀ ਬਣਾ ਛੱਡਿਆ ਬੈਤਲ ਨੇ। ਚਾ ਚਾ ਆਪਣਾ ਕੰਮ ਕਰ, ਮੈਂ ਛੋਟੇ ਲੋਕੋਂ ਕੇ ਮੂੰਹ ਨਹੀਂ ਲੱਗਦੀ। ਚੋ ਚੋ ਗ੍ਰੈਂਡ, ਕੀ ਕਿਹਾ ਸੀ ਨੀ, ਛੋਟੇ ਲੋਕਾਂ ਦੇ ਮੂੰਹ ਨਹੀਂ ਲੱਗਦੀ ਹੈ? ਨੀ ਸਾਰਾ ਤਾਂ ਮੇਰਾ ਬੜਾ ਚੁਲੜੀਆ ਸਰਦਾਰ ਹੈ, ਹੈ ਜਿਹਦੇ ਨਿੱਤ ਮੂੰਹ ਲੱਗਦੀ ਹੈ, ਹੈ? ਮੈਂ ਇਸ ਘਰ ਕੀ ਮਾਲਕਿਨ ਹੂੰ, ਯੂ ਡਰਟੀ ਵੂਮਨ। ਓ ਜਾ ਜਾ, ਕੱਲ ਦੀ ਭੂਤ ਨਹੀਂ ਸਿਵਿਆ ਚੱਦ, ਕੁੱਤੀ ਕਿਸੇ ਥਾਂ ਦੀ ਆ ਗਈ ਘਰ ਨੂੰ ਉਜਾੜਨ। ਤੁਹਾਨੂੰ ਮੁਝੇ ਭੂਤ ਨਹੀਂ ਕਹਾ, ਉਹੀ ਮੂੰਹ ਛਕੇ ਫੋਈ। ਹਾਂ ਤੈਨੂੰ ਕਿਹਾ ਭੂਤ ਨਹੀਂ ਕੁੱਤੀ ਹੈ, ਕਿੱਥੇ ਸਾਡੇ ਘਰ ਨੂੰ ਉਜਾੜਨ ਆ ਗਈ। ਚੋ ਕੁੱਤੀ, ਉਹੀ ਮੂੰਹ ਛਕੀ ਪੂਈ। ਹਾਏ ਚੀਨੀ ਚਗਾਲ, ਨੀ ਤੇਰੀ ਚਿੱਕੀ ਪੂਈ, ਤੇਰੀ ਮਾਂ ਦੀ ਚਿੱਕੀ ਪੂਈ, ਤੇਰੀ ਭੈਣ ਦੀ ਚਿੱਕੀ ਪੂਈ, ਤੁਹਾਡੇ ਖਾਨਦਾਨ ਦੀ ਚਿੱਕੀ ਪੂਈ, ਨੀ ਮੈਂ ਤਾਂ ਲੱਤ ਤੇ ਲੱਤ ਧਰ ਕੇ ਪਾੜ ਦੂੰ ਚੜੇਲ ਜਨਾਨੀ ਨੂੰ। ਉਹੀ ਮੂੰਹ ਚਿੱਕੀ ਪੂਈ। ਖਰਜਾ ਤੇਰੀ ਚਿੱਕੀ ਪੂਈ ਨੂੰ ਲਾਵਾਂ ਅੱਗ। ਆਜਾ ਆਜਾ, ਤੈਨੂੰ ਮੈਂ ਕਰਾਂ ਸਿੱਧੀ ਤੈਨੂੰ, ਆਜਾ ਤੈਨੂੰ। ਵੱਡੀ ਆਈ ਹੈ ਘਰ ਦੀ, ਨੰਬਰਦਾਰ ਨਹੀਂ ਬਣਨੀ ਤੂੰ। ਖਰਜਾ ਤੈਨੂੰ ਮੈਂ ਕਰਾਂ ਤੈਨੂੰ ਤੋਰਾ, ਤੈਨੂੰ ਚੀਨਾ ਨੂੰ, ਤੈਨੂੰ ਡਰ ਗਿਆ ਹੋਣਾ ਕੋਈ ਹੋਰ ਹੈ ਤੇਤੋਂ। ਆ ਜਿਹੜੀ ਚੜੇਲ ਖੜੀ ਹੈ, ਇਹਨਾਂ ਨੇ ਮੇਰੇ ਟੱਬਰ ਤੇ ਹੱਥ ਚੱਕਿਆ। ਬਾਪੂ ਅਸੀਂ ਤੇਰਾ ਟੱਬਰ ਨਹੀਂ। ਓ ਸ਼ਟ ਅਪ, ਮਾਈ ਯੋਰ ਲੈਂਗੁਏਜ, ਨਾ ਠੀਕ ਆਏ। ਚਿੱਕੀ ਮੁੱਕੀ ਮੁੱਕੀ ਚਿੱਕੀ ਪਾਈ। ਦੇਖੋ ਸਰਪੰਚ ਜੀ, ਇਹਨੇ ਮੈਨੂੰ ਚੀਨੀ ਚਗਾਲ ਕੱਢੀ। ਉਹ ਤੈਨੂੰ ਕਿਵੇਂ ਪਤਾ ਭਾਈ ਇਹਨੇ ਚੀਨੀ ਚਗਾਲ ਕੱਢੀ? ਦੇਖੋ ਜੀ, ਸਾਨੂੰ ਪਿਆਰ ਦੀ ਭਾਸ਼ਾ ਸਮਝ ਆਵੇ ਚਾਹੇ ਨਾ ਆਵੇ, ਪਰ ਗਾਲਾਂ ਤਾਂ ਸਾਡੇ ਹਿੱਕ ਤੇ ਜਾ ਕੇ ਵੱਜਦੀਆਂ ਨੇ। ਫਿਰ ਮੈਂ ਵੀ ਜੈਲਦਾਰਾਂ ਦੀ ਧੀ ਹੈ, ਸਾਰੀਆਂ ਭਾਸ਼ਾਵਾਂ ਜਾਣਦੀ ਹੈ। ਭਾਈ ਗੱਲ ਨੂੰ ਵਧਾਓ ਨਾ ਨਿਬੇੜੋ। ਮੈਂ ਆਪਣੇ ਹਿੱਸੇ ਦੀ ਜ਼ਮੀਨ ਸੂਜੀ ਦੇ ਨਾਲ ਕਰਾਉਣ ਲੱਗਿਆ। ਕੰਨ ਖੋਲ ਕੇ ਸੁਣ ਲਓ ਸਾਰੇ। ਤੂੰ ਤੂੰ ਮੇਰੀ ਮਾਤਿਆ ਚੱਕ। ਓ ਚਾਚਾ, ਭਰੀ ਪੰਚਾਇਤ ਚ ਕਿਉਂ ਜਲੂਸ ਕੱਢੀ ਜਾਂਦਾ? ਅਰੇ ਕੁੱਤੀ ਚੜੈਲ ਨੇ ਵੀ ਮੈਨੂੰ ਗਾਲਾਂ ਕੱਢੀਆਂ। ਮੰਮੀ ਮੈਨੂੰ ਮਾਫ ਕਰ ਦੇ ਮੰਮੀ, ਸਾਡੇ ਨਿੱਕੇ ਨਿੱਕਿਆਂ ਦੀ ਮਾਂ ਮਰ ਗਈ ਸੀ, ਅਸੀਂ ਮਾਂ ਬਾਹਰੇ ਹੋ ਗਏ, ਰੱਬ ਨੇ ਸਾਨੂੰ ਗੋਲ ਮਟੋਲ ਜੀ ਮੰਮੀ ਦੇਤੀ। ਮੰਮੀ ਤੇਰੇ ਪੈਰਾਂ 'ਚ ਜੰਨਤ ਹੈ, ਤੇਰੇ ਪੈਰ ਕਿੱਥੇ ਨੇ? ਸਾਰੇ ਲੋਕਾਂ 'ਚ ਥੂ ਥੂ ਹੋ ਗਈ। ਮੈਨੂੰ ਮਾਫ਼ ਕਰ ਦੇ ਮੰਮੀ, ਮਾਫ਼ ਕਰ ਦੇ। ਸੰਤਰੇ ਰਲ ਮਿਲ ਕੇ ਰਹੋ, ਆਪਦੀ ਸੱਸ ਤੋਂ ਮਾਫ਼ੀ ਮੰਗ। ਸਰਪੰਚ ਸਾਹਿਬ, ਸਿੰਦਰ ਵੱਡੀ ਹੈ ਜੀ, ਤੇ ਆਹ ਸੂਜੀ ਛੋਟੀ ਹੈ ਜੀ। ਚੱਲ ਸੂਜੀ, ਮਾਫ਼ੀ ਮੰਗ। ਸੌਰੀ ਨੂਰਾਨੀ। ਨਾ ਨਾ ਮੰਮੀ, ਇਹ ਕਿਵੇਂ ਹੋ ਸਕਦਾ ਹੈ? ਸਿੰਦਰੇ ਮਾਫ਼ੀ ਮੰਗ ਮੰਮੀ ਤੋਂ, ਮਾਫ਼ੀ ਮੰਗ। ਹਾਂ ਪ੍ਰਾਹੁਣਾ ਆਪਦੀ ਥਾਂ ਤੇ ਸਹੀ ਹੈ ਜਮਾ। ਮੈਂ ਵੀ ਸੌਰੀ ਆ ਮਦਰਲਾ। ਚੱਲ ਮਾਫ਼ ਕਰ ਦੇ। ਹੁਣ ਸਾਡੀਆਂ ਖੁੱਲ ਗਿਆ ਅੱਖਾਂ, ਇਹਨਾਂ ਨੂੰ ਹੋ ਗਈ ਰਿਸ਼ਤੇ ਦੀ ਪਛਾਣ। ਕਹਿੰਦੇ ਹੁੰਦੇ ਨਾ ਬਈ, ਜਿਹੜਾ ਸ਼ਾਮ ਨੂੰ ਘਰੇ ਮੁੜ ਆਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ। ਲਓ ਜੀ, ਸਾਡੇ ਪਰਿਵਾਰ ਦੀ ਹੋ ਗਈ ਸਹਿਮਤੀ, ਠੀਕ ਹੈ ਜੀ। ਓਏ ਹੁਣ ਤਾਂ ਨਹੀਂ ਖੁੱਜੇ ਨਾਲ ਗੁੱਸੇ, ਠੀਕ ਹੈ। ਲਓ ਜੀ, ਪੰਚਾਇਤ ਆਪਦੀ ਥਾਂ ਤੇ ਸਹੀ ਆ, ਟੱਬਰ ਆਪਦੀ ਥਾਂ ਤੇ ਸਹੀ ਆ, ਹੈ? ਮੈਂ ਕਹਿੰਦਾ ਹੁੰਦਾ ਨਾ ਵੀ ਲੱਤ ਭਵਾਂ ਮੇਰੀ ਵਿੰਗੀ ਆ, ਪਰ ਗੱਲ ਮੈਂ ਜਮਾਂ ਸਿੱਧੀ ਕਰਦਾ ਜਿਵੇਂ ਪਿਆ। ਚਲ ਚੱਲੀਏ ਸਾਰੇ। ਆਓ ਮੰਮੀ, ਚੰਗਾ ਜੀ, ਸਤਿ ਸ਼੍ਰੀ ਅਕਾਲ। ਆ ਦਾਦ ਨੂੰ ਤੁਹਾਡੇ ਨੇ ਹੱਥ ਚੱਕੀ ਹੋਈ ਆ, ਇਹਨੇ ਸਾਰਾ ਘਰ ਖਰਾਬ ਕਰਤਾ, ਇਹਨੂੰ ਚੰਗੀ ਤਰ੍ਹਾਂ ਸਭ ਕੁਝ ਸਿਖਾਉਣਾ ਆਪਾਂ, ਆਪਦੇ ਦਿਮਾਗ 'ਚ ਬਿਠਾ ਲਓ ਗੱਲ, ਹੈ? ਸਮਝ ਗਏ ਨਾ? ਹਾਂ ਰੋਡੂ ਪੁੱਤ, ਦਾਦੇ ਨੇ ਤੁਹਾਡੇ ਨੇ ਸਾਰਾ ਘਰ ਖਰਾਬ ਕਰ ਰੱਖਿਆ, ਹੈ? ਚੁੱਪ ਕਰਕੇ ਉਹਦਾ ਘੁੱਗਾ ਚਿੱਤ ਕਰ ਦਿਓ, ਸਮਝ ਗਿਆ ਮੇਰੀ ਗੱਲ? ਹੈ ਆਪਾਂ ਚੱਲਾਂਗੇ ਸਾਰੇ ਜਣੇ, ਬੁਰੀ 'ਚ ਪਾ ਕੇ ਕੁੱਟਾਂਗੇ ਮੇਰੇ ਸਾਲੇ ਨੂੰ। ਪ੍ਰਾਹੁਣਾ ਸਾਹਿਬ, ਬੁੜੇ ਨੂੰ ਚੁੱਪ ਕਰਕੇ ਗੱਡੀ ਚੜਾ ਦੇ, ਅੱਜ ਵਾਕ ਬੈਠਿਆ, ਇਹਨਾਂ ਦੇ ਹਿੱਸੇ ਕੁਝ ਆਜੂਗਾ। ਜੇ ਉਹਨੇ ਚੀਨਣ ਜੀ ਨੂੰ ਸਾਰਾ ਕੁਝ ਦਿੱਤਾ ਨਾ, ਸਾਡੇ ਪੱਲੇ ਕੱਖ ਨੀ ਰਹਿਣਾ। ਤੋਪਾਂ, ਗ੍ਰਨੇਡ, ਗੰਡਾਸੇ, ਟਕੂਏ, ਜੋ ਕੁਛ ਮਿਲਦਾ ਚੱਕ ਲਓ। ਲੱਤ ਭਾਵਾਂ ਮੇਰੀ ਵਿੰਗੀ ਆ, ਪਰ ਗੱਲ ਮੈਂ ਐਨ ਸਿੱਧੀ ਕਰਦਾ ਜਲੇਬੀ ਵਾਂਗੂ। ਹਾਂ
ਸਾਰੀ ਪੰਚਾਇਤ ਵਿੱਚ ਜਲੂਸ ਨਿਕਲ ਗਿਆ। ਉਹ ਜਲੂਸ ਭਾਈ ਆਪਦੀ ਜਗ੍ਹਾ ਤੇ ਬਿਲਕੁਲ ਸਹੀ ਆ। ਨਾ ਮਾਮਾ, ਅਸੀਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਲੱਗੇ ਨਹੀਂ ਰਹੇ। ਸਾਰੇ ਲੋਕਾਂ 'ਚ ਥੂ ਥੂ ਹੋ ਗਈ। ਉਹ ਭਾਂਜੇ, ਨਾਮ ਖੱਟਣ ਵਾਸਤੇ ਨਾ ਬਦਨਾਮ ਹੋਣਾ ਪੈਂਦਾ। ਸਿੰਦਰੇ, ਇਹਨੂੰ ਚੁੱਪ ਕਰਾ ਲੈ, ਮੈਂ ਇਹਦੀ ਦੂਜੀ ਲੱਤ ਵੀ ਤੋੜ ਦੂੰ। ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ। ਉਹ ਪਰੇਸ਼ਾਨੀ ਆਪਣੀ ਜਗ੍ਹਾ ਤੇ ਸਹੀ ਆ, ਪਰ ਇਸ ਚੀਜ਼ ਦਾ ਨਾ ਇੱਕ ਹੱਲ ਹੈਗਾ। ਉਹ ਰਹਿਣ ਦੇ, ਉਹ ਰਹਿਣ ਦੇ, ਰਹਿਣ ਦੇ। ਸੁਣ ਤਾਂ ਲਓ ਕਿ ਮਾਮਾ ਕਹਿੰਦਾ ਕੀ ਹੈ। ਮਾਮਾ ਦੱਸ ਕੀ ਗੱਲ ਹੈ। ਓਏ ਓਏ, ਇਹਦੀ ਸਕੀਮ ਨੂੰ ਮੈਂ ਜਾਣਦਾ। ਬੁੜਾ ਭੀਸਰਿਆ ਫਿਰਦਾ ਹੈ, ਉਹਨੇ ਆਪਣੇ ਸਾਰੇ ਦੇ ਖੁੰਬੜ ਚ ਚਾਈਨਾ ਮੇਰੇ ਪਿਸਤੌਲ ਨਾਲ ਗੋਲੀ ਮਾਰ ਦੇਣੀ ਹੈ। ਓਏ ਹੋਏ, ਪ੍ਰਾਹੁਣੇ ਤੂੰ ਤਾਂ ਉਹੀ ਮੌਕ ਮਾਰਨ ਲੱਗ ਜਾਣਾ ਯਾਰ। ਓਏ ਲਾਤ ਦੀ ਖਾਤਰ ਇੰਨੀ ਕੀ ਕੁਰਬਾਨੀ ਦੇਣੀ ਪੈਂਦੀ ਆ। ਓ ਤੁਸੀਂ ਸਕੀਮ ਸੁਣੋ, ਰੋਡੂ ਨੇ ਤੈਨੂੰ ਮਾਰ ਦੇਣੀ ਆ ਗੋਲੀ। ਤੂੰ ਮਰ ਜਾਣਾ ਪਿਸਤੌਲ ਬੁੜੇ ਦਾ, ਬੁੜਾ ਜੇਲ ਦੇ ਅੰਦਰ, ਉਦੋਂ ਬਾਅਦ ਚ ਬੱਚੀ ਚਾਈਨਾ ਮੇਡ, ਉਹਨੂੰ ਆ ਮੁੰਡੇ ਨੇ ਤੰਗ ਕਰ ਕਰਕੇ ਮਾਰ ਦੇਣਾ। ਕਿਵੇਂ ਪ੍ਰਾਹੁਣਿਆ, ਕਿਵੇਂ ਲੱਗੀ ਸਕੀਮ? ਸਕੀਮ ਤਾਂ ਤੇਰੀ ਬਹੁਤ ਵਧੀਆ ਹੈ ਨਾ। ਮੇਰਾ ਸਾਲਿਆ ਆਪਣੀ ਭਾਣਜੀ ਨੂੰ ਮੰਡੀ ਕਰਨੀ ਚਾਹੁੰਦਾ ਹੋਵੇ, ਤੂੰ ਦੇ ਕੁਰਬਾਨੀ, ਕਿਉਂਕਿ ਤੂੰ ਮੇਰੇ ਨਿਆਣਿਆਂ ਦੇ ਮਾਮੇ ਦਾ ਵੀ ਮਾਮਾ ਹੈ। ਪਰੇਸ਼ਾਨ ਕਰ ਰੱਖਿਆ ਤੈਨੂੰ। ਦਫਾ ਜਾ ਤੂੰ, ਦਫਾ ਜਾ। ਕੋਈ ਨਾ ਕੋਈ ਨਾ, ਕੋਈ ਗੱਲ ਨੀ, ਖੰਘ ਵੀ ਠੀਕ ਹੋ ਜੂ, ਸਵਾਹ ਵੀ ਠੀਕ ਹੋ ਜੂ। ਤੈਨੂੰ 20 ਵਾਰੀ ਕਿਹਾ, ਉਹਦੇ ਹੱਥੋਂ ਨਾ ਲੈ ਕੇ ਖਾਇਆ ਕਰ, ਕੁਛ ਹੱਟਦੀ ਤਾਂ ਹੈ ਨੀ ਗੀ। ਸਾਗ ਦੀਆਂ ਭਰ ਭਰ ਕੇ ਦੋ ਬਾਟੀਆਂ ਖਾ ਗਈ, ਜਦੋਂ ਤੈਨੂੰ ਪਤਾ ਤੈਨੂੰ ਪੰਜਾਬੀ ਖਾਣਾ ਨਹੀਂ ਪਚਦਾ, ਆਪਦੀਆਂ ਉਹੀ ਸੱਪ ਸਲੂੰਡੀਆਂ ਖਾ ਲਿਆ ਕਰ, ਵਧੀਆ ਰਹੇਗੀ। ਕੋਈ ਗੱਲ ਨੀ, ਘਬਰਾ ਨਾ, ਜਿੱਥੇ ਮੈਂ ਤੇਰੇ ਤੇ ਪੈਸੇ ਲਾ ਦੇ, ਤੇਰੇ ਇਲਾਜ ਤੇ ਵੀ ਲਾ ਦੂੰਗਾ। ਮੰਮੀ, ਆ ਨਵੀਂ ਬੇਬੇ ਨੂੰ ਕੀ ਹੋ ਗਿਆ? ਬਿਮਾਰ ਹੈ, ਜੈ ਵੱਡੀ ਡਰਾਮੇ ਕਰਦੀ ਹੈ ਡਰਾਮੇ, ਮੈਨੂੰ ਲੱਗਦਾ ਦੁਬਾਰਾ ਸਰਵਿਸ ਹੋਣ ਵਾਲੀ ਹੈ। ਮੰਮੀ ਦੇਖੀ ਦੇਖੀ ਬਾਪੂ ਦਾ ਮੂੰਹ ਕਿਵੇਂ ਬਣਿਆ ਪਿਆ, ਜਿਵੇਂ ਹੁਣੀ ਅਟੈਕ ਆਉਣਾ ਹੁੰਦਾ। ਲੱਗਿਆ 50,000 ਰੁਪਇਆ ਪੂਰਾ ਨਹੀਂ ਹੋਇਆ, ਹੁਣ ਬਿਮਾਰੀ ਦੇ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ। ਕੋਈ ਗੱਲ ਨਹੀਂ, ਉਹ ਗਿਆ ਹੋਇਆ ਲੈਣ, ਆਉਣ ਵਾਲਾ ਹੀ ਆ। ਓਏ ਕੁੜਮਾ, ਆ ਗਿਆ, ਆ ਜਾ ਆ ਜਾ ਓਏ ਆ ਜਾ, ਉਹ ਵੇਖੋ ਕਿਵੇਂ ਪਈ ਆ। ਓਏ ਆ ਜਾ ਆ ਜਾ, ਲੰਘਿਆ, ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆ ਆ ਵੇਖ, ਕੋਈ ਨਹੀਂ ਕੋਈ ਨਹੀਂ, ਕਰਨਾ ਸੀ। ਓਏ ਆ ਜਾ ਆ ਜਾ, ਰੱਖ ਜੈਲੀ ਟਾਈ ਦਾ ਹੁੰਦਾ ਚੰਗ, ਹੋ ਜੂ ਠੀਕ, ਕੁਛ ਨਹੀਂ ਹੋਇਆ, ਹੋ ਜੂ ਹੋ ਜੂ ਹੋ ਜੂ ਠੀਕ। ਕੱਲ ਦੀ ਨੇ ਕੁਛ ਨਹੀਂ ਖਾਦਾ ਹੈਗਾ, ਥੋੜੀ ਜਿਹੀ ਘਬਰਾਹਟ ਹੈ, ਮੈਨੂੰ ਲੱਗਦਾ ਸ਼ਰੀਕਾ ਦੀ ਨਜ਼ਰ ਲੱਗੀ। ਪਰ ਲੱਗੀ ਹੋਣੀ ਆ, ਥੋੜਾ ਜ਼ੋਰ ਦੋ ਨੇ। ਪਾਪਾ ਜੀ ਕੀ ਹੋ ਗਿਆ ਮੰਮੀ ਡਾਰਲਿੰਗ ਨੂੰ? ਉਹ ਥੋੜੀ ਜਿਹੀ ਘਬਰਾਹਟ ਹੈ। ਸਾਹ ਵੀ ਔਖਾ ਔਖਾ ਆਉਂਦਾ। ਆਹੋ ਖੰਘ ਚ ਖਾਂ ਵੀ ਆ ਪਾਪੇ। ਓਏ ਆਹੋ ਬੁਖਾਰ ਵੀ ਹੈ। ਆਹੋ ਹੈ ਉਹ, ਫਿਰ ਤਾਂ ਪਾਪੇ ਮੰਮੀ ਨੂੰ ਕਰੋਨਾ ਹੋ ਗਿਆ। ਸਿੰਦਰੇ, ਮੰਮੀ ਨੂੰ ਕਰੋਨਾ ਹੋ ਗਿਆ, ਮੰਮੀ ਨੂੰ ਕਰੋਨਾ ਹੋ ਗਿਆ। ਖੁਸ਼ਖਬਰੀ ਆ, ਨਿਆਣਾ ਹੋ ਜਾਣਾ, ਪਿਓ ਬਣ ਜਾਣਾ ਤੂੰ। ਹੁਣ ਮੈਂ ਨਾ ਬਚਦੀ, ਮੈਂ ਨਾ ਬਚਦੀ।